ਵੀ ਆਪਾਂ ਗੱਲਬਾਤ ਕਰਾਂਗੇ। ਮੇਰੀ ਮੁਰਾਦ ਹੈ ਸਿੰਘ ਸਾਹਿਬ ਭਾਈ ਬਲਜੀਤ ਸਿੰਘ ਜੀ ਦਾਦੂਵਾਲ ਸਰਬੱਤ ਖਾਲਸਾ ਵੱਲੋਂ ਚੁਣੇ ਹੋਏ ਜਥੇਦਾਰ ਤਖਤ ਦਮਦਮਾ ਸਾਹਿਬ ਦੇ, ਉਹ ਸਾਡੇ ਨਾਲ ਹਾਜ਼ਰ ਹਨ। ਸਭ ਤੋਂ ਪਹਿਲਾਂ ਫਤਿਹ ਸਾਂਝੀ ਕਰਦੇ ਹਾਂ। ਵਾਹਿਗੁਰੂ ਜੀ ਕਾ ਵਾਹਿਗੁਰੂ ਖਾਲਸਾ, ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਵਾਹਿਗੁਰੂ ਜੀ ਕੀ ਫਤਿਹ ਫਤਿਹ ਜੀ। ਜੀ ਤੁਹਾਨੂੰ ਵੀ ਤੇ ਸਾਰੇ ਸਰੋਤਿਆਂ ਨੂੰ। ਸਿੰਘ ਸਾਹਿਬ ਜੀ, ਜਿਹੜਾ ਇੰਗਲੈਂਡ ਦੀ ਫੇਰੀ ਆ, ਕਿਵੇਂ ਆ? ਦੇਖੋ ਭਾਈ ਰਘਵੀਰ ਸਿੰਘ ਜੀ, ਪਰਿਵਾਰਕ ਸੱਦੇ ਦੇ ਉੱਤੇ ਹੀ ਮੈਂ ਇੱਥੇ ਇੰਗਲੈਂਡ ਆਇਆ, ਪਰ ਕਈ ਗੁਰੂ ਘਰਾਂ ਦੇ ਨਾਲ ਜਿਹੜਾ ਸੰਪਰਕ ਹੋਇਆ, ਕਈਆਂ ਦੇ ਫੋਨ ਆਏ ਆ, ਠੀਕ ਹੈ। ਤੇ ਉਹਨਾਂ ਗੁਰਦੁਆਰਿਆਂ ਦੇ ਵਿੱਚ ਸੰਗਤਾਂ ਦੇ ਦਰਸ਼ਨ ਦਿਦਾਰੇ ਵੀ ਕਰਾਂਗੇ। ਜਿਵੇਂ ਗੁਰਦੁਆਰਾ ਸਿੰਘ ਸਭਾ ਸਲੋਹ, ਉੱਥੇ ਐਤਵਾਰ ਨੂੰ ਸਵੇਰੇ 10:30 ਵਜੇ, ਇਸੇ ਤਰ੍ਹਾਂ ਗੁਰਦੁਆਰਾ ਕਰਮਸਰ ਇਲਫੋਰਡ ਹੈ, ਹਾਂਜੀ, ਉੱਥੇ ਸ਼ਾਮ ਦਾ ਪ੍ਰੋਗਰਾਮ ਆ। ਠੀਕ। ਸਾਊਥ ਹਾਲ ਦੇ ਪ੍ਰਧਾਨ ਸਾਹਿਬ ਦਾ ਵੀ ਫੋਨ ਆਇਆ ਸੀਗਾ, ਹੋਰ ਵੀ ਕਈ ਗੁਰੂ ਘਰਾਂ ਦੇ ਪ੍ਰਬੰਧਕਾਂ ਦੇ ਨਾਲ ਜਿਹੜਾ ਸੰਪਰਕ ਹੋਇਆ, ਜਿੱਥੇ ਜਿੱਥੇ ਸਮਾਂ ਬਣਿਆ ਉੱਥੇ ਦਰਸ਼ਨਦਾਰੀ ਕਰਾਂਗੇ। ਵੈਸੇ ਮੈਂ ਪਰਿਵਾਰਕ, ਕਿਉਂਕਿ ਮੇਰੀ ਧਰਮ ਸੁਪਤਨੀ ਦੋਨੇ ਬੇਟੇ ਵੀ ਮੇਰੇ ਨਾਲ ਆਏ ਹੋਏ ਆ, ਤੇ ਇੱਥੇ ਆਪਣਾ ਪਰਿਵਾਰ ਜੋ ਵੱਡੀ ਸਿਸਟਰ ਰਹਿੰਦੇ ਆ, ਠੀਕ, ਤੇ ਉਹਨਾਂ ਦੇ ਕੋਲੇ ਜਿਹੜਾ ਕਾਫੀ ਚਿਰ ਤੋਂ ਉਹ ਕਹਿ ਰਹੇ ਸੀਗੇ, ਤਾਂ ਸਮਾਂ ਬਣਦੇ ਬਣਦੇ ਸਤੰਬਰ ਦੇ ਮਹੀਨੇ ਦੇ ਵਿੱਚ ਜਿਹੜਾ ਵੀਜ਼ਾ ਸੀਗਾ ਉਹ ਲੱਗਿਆ ਸੀਗਾ, ਠੀਕ ਹੈ, ਪਰ ਆਉਂਦੇ ਆਉਂਦੇ ਜਿਹੜਾ ਸੀ ਉਹ ਫਰਵਰੀ ਤੋਂ ਵੀ ਮਾਰਚ ਆ ਗਿਆ। ਠੀਕ। ਸੋ ਇਸ ਤਰੀਕੇ ਦੇ ਨਾਲ ਇਹ ਜਿਹੜਾ ਪ੍ਰੋਗਰਾਮ ਬਣਿਆ। ਵੈਸੇ ਤਾਂ ਤੁਸੀਂ ਹਮੇਸ਼ਾ ਹੀ ਧਰਮ ਦਾ ਪ੍ਰਚਾਰ ਕਰਦੇ ਆ, ਪਰ ਅੱਜ ਕੱਲ੍ਹ ਤੁਹਾਡੀ ਕੀ ਗਤੀਵਿਧੀਆਂ ਸੀ ਪੰਜਾਬ ਦੇ ਵਿੱਚ? ਦੇਖੋ ਇੱਥੋਂ ਆਉਣ ਤੋਂ ਪਹਿਲਾਂ ਜਿਹੜਾ ਸੀਗਾ ਸਾਡੇ ਸਮਾਗਮ ਜਿਹੜੇ ਆ, ਧਾਰਮਿਕ ਦੀਵਾਨ ਗੁਰਦੁਆਰਾ ਸੰਗਤ ਸਰ ਚਾਂਦਪੁਰਾ, 1, 2, 3 ਮਾਰਚ ਦੀ 4 ਤਰੀਕ ਨੂੰ ਮੈਂ ਇੱਧਰ ਨੂੰ ਆਇਆ, ਠੀਕ ਹੈ, ਫਲਾਈਟ ਸੀ ਮੇਰੀ 4 ਦੀ, ਹਾਂ, 3 ਤਰੀਕ ਨੂੰ ਅੰਮ੍ਰਿਤ ਸੰਚਾਰ ਤੇ ਸਮਾਪਤੀ ਦਾ ਦੀਵਾਨ ਸਜਾ ਕੇ ਉੱਥੋਂ ਗੁਰਦੁਆਰਾ ਸਾਹਿਬ ਵਾਪਸ ਗਏ ਤੇ ਉੱਥੋਂ ਇੱਧਰ ਨੂੰ। ਸੋ ਇਸ ਦੇ ਨਾਲ ਹੀ ਪਹਿਲਾਂ 21 ਲੋੜਵੰਦ ਪਰਿਵਾਰਾਂ ਦੀਆਂ ਬੱਚੀਆਂ ਦੇ ਆਨੰਦ ਕਾਰਜ ਜਿਹੜੇ ਉਹ 23 ਫਰਵਰੀ ਨੂੰ ਕੀਤੇ ਸੀਗੇ, ਜਿਹੜੇ ਪਰਿਵਾਰ ਜਿਹਨਾਂ ਦੇ ਜਿਵੇਂ ਮਾਂ ਬਾਪ ਨਹੀਂ ਹੈ, ਠੀਕ, ਜਾਂ ਸ਼ਹੀਦਾਂ ਦੇ ਪਰਿਵਾਰ, ਕਿਹੜੀ ਜਗ੍ਹਾ ਕੀਤੇ? ਗੁਰਦੁਆਰਾ ਗੁਰੂ ਗ੍ਰੰਥ ਸਾਹਿਬ ਦਾਦੂ ਸਾਹਿਬ ਜਿਹੜਾ ਮੁੱਖ ਸਥਾਨ ਆ, ਠੀਕ ਹੈ, ਤੇ ਜਾਂ ਜਿਹਨਾਂ ਦਾ ਰੁਜ਼ਗਾਰ ਦਾ ਸਾਧਨ ਨਹੀਂ ਆ। ਹਾਂ, ਬਕਾਇਦਾ ਇਹ 3-4 ਸਾਲਾਂ ਤੋਂ ਜਿਹੜਾ ਪ੍ਰੋਗਰਾਮ ਚੱਲ ਰਿਹਾ ਕਿ ਇਲਾਕੇ ਦੀਆਂ ਸੰਗਤਾਂ ਦੇ ਵੱਲੋਂ ਹੁਕਮ ਲਾਇਆ ਵੀ ਇਸ ਤਰ੍ਹਾਂ ਦੀ ਗਤੀਵਿਧੀ ਜਿੱਥੇ ਆਪਾਂ ਕੀਰਤਨ ਦਰਬਾਰ ਕਰਦੇ ਹਾਂ, ਧਰਮ ਪ੍ਰਚਾਰ ਕਰਦੇ ਹਾਂ, ਅੰਮ੍ਰਿਤ ਸੰਚਾਰ ਕਰਦੇ ਹਾਂ, ਉੱਥੇ ਸਮਾਜਿਕ ਗਤੀਵਿਧੀਆਂ ਜਿਹੜੀਆਂ ਉਹ ਨਾਲ ਜਿਹੜੀਆਂ ਤੋਰੀਆਂ ਜਾਣ। ਇਸੇ ਤਰ੍ਹਾਂ ਅਸੀਂ ਜਿੱਦਾਂ ਵਰਲਡ ਕੈਂਸਰ ਕੇਅਰ ਸੋਸਾਇਟੀ ਜਿਹੜੀ ਆ, ਜਿੱਥੇ ਕੇਐਸ ਧਾਲੀਵਾਲ ਨੇ ਜਿਹੜੇ ਉਹਨਾਂ ਤੋਂ ਕੈਂਪ ਵੀ ਲਿਆ ਸੀਗਾ, ਠੀਕ ਹੈ, ਤੇ ਉਹ ਕੈਂਪ ਲਾਇਆ ਸੀ, 725 ਦੇ ਕਰੀਬ ਜਿਹੜੇ ਟੈਸਟ ਸੀਗੇ ਉਹਨਾਂ ਨੇ ਕੀਤੇ, ਉਹਦੇ ਵਿੱਚੋਂ ਕਈਆਂ ਨੂੰ ਜਿਹੜਾ ਸੀ ਉਹ ਨਾਮਰਾਦ ਬਿਮਾਰੀ ਕੈਂਸਰ ਦੀ ਸ਼ਿਕਾਇਤ ਵੀ ਜਿਹੜੀ ਆ ਉਹ ਆਈ ਆ। ਸੋ ਇਸੇ ਤਰ੍ਹਾਂ ਜਿਹੜਾ ਬਾਅਦ ਵਿੱਚ ਮੈਡੀਕਲ ਕੈਂਪ ਜਿਹੜੇ ਆ ਲਾਏ ਆ, ਜਿਵੇਂ ਹੜ੍ਹ ਪ੍ਰਭਾਵਿਤ ਇਲਾਕੇ ਸੀਗੇ, ਹਾਂਜੀ, ਫਿਰੋਜ਼ਪੁਰ, ਸੁਲਤਾਨਪੁਰ ਲੋਹੀਆਂ ਤੇ ਰੋਪੜ ਦੇ ਏਰੀਏ ਚ, ਉੱਥੇ ਵੀ ਸੰਗਤਾਂ ਦੇ ਨਾਲ ਬਕਾਇਦਾ ਉੱਥੇ ਰਸਤਾਂ ਬਸਤਾਂ ਜਿਹੜੀਆਂ ਲੈ ਕੇ ਗਏ, ਔਰ ਮੈਡੀਕਲ ਕੈਂਪ ਡਾਕਟਰਾਂ ਦੀ ਟੀਮ ਲੈ ਕੇ ਗਏ। ਸੋ ਇਸ ਤਰ੍ਹਾਂ ਦੀਆਂ ਗਤੀਵਿਧੀਆਂ ਜਿਹੜੀਆਂ ਨੇ, ਇਹ ਜਿਹੜੇ ਮੈਂ ਕਹਿਣਾ ਚਾਹੁੰਦਾ ਕਿ ਜਿਹੜੇ ਬੱਚਿਆਂ ਦੇ ਜੋੜਿਆਂ ਦੇ ਆਨੰਦ ਕਾਰਜ ਅਸੀਂ ਕਰਵਾਏ ਉੱਥੇ, ਬਕਾਇਦਾ ਗੁਰੂ ਘਰਾਂ ਦੀਆਂ ਪ੍ਰਬੰਧਕ ਕਮੇਟੀਆਂ ਉਹਨਾਂ ਨਗਰਾਂ ਦੀਆਂ ਜਿੱਥੋਂ ਦੇ ਬੱਚੇ ਆ, ਤੇ ਬਕਾਇਦਾ ਜਿਹੜੀਆਂ ਨਗਰ ਪੰਚਾਇਤਾਂ ਉਹਨਾਂ ਵੱਲੋਂ ਰਿਕਮੈਂਡ ਕੀਤੇ ਹੁੰਦੇ ਕਿ ਵਾਕਿਆ ਹੀ ਇਹ ਲੋੜਵੰਦ ਆ, ਪਹਿਲਾਂ ਖੋਜ ਕਰਦੇ। ਹਾਂ, ਬਕਾਇਦਾ ਪੂਰਾ ਦੇਖ ਕੇ ਫਿਰ ਉਹਨਾਂ ਨੂੰ ਘਰ ਦਾ ਵਰਤੋਂ ਵਿਹਾਰ ਦਾ ਸਾਰਾ ਸਾਜੋ ਸਮਾਨ ਦੇ ਕੇ ਸੰਗਤਾਂ ਦੇ ਸਹਿਯੋਗ ਨਾਲ ਸਾਰਾ ਆਪ ਮੁਹਾਰੇ ਸੰਗਤਾਂ ਜਿਹੜੀਆਂ ਕਰਦੀਆਂ, ਕੋਈ ਉਗਰਾਹੀ ਵਗੈਰਾ ਨਹੀਂ ਕਿਸੇ ਤਰ੍ਹਾਂ ਦੀ, ਆਪ ਮੁਹਾਰੇ ਸੰਗਤਾਂ ਦੇ ਸਹਿਯੋਗ ਦੇ ਨਾਲ ਇਹ ਜਿਹੜਾ ਬਹੁਤ ਵੱਡਾ ਇਕੱਠ ਇਕੱਤਰਤਾ, ਜਿੱਥੇ ਕਥਾ ਕੀਰਤਨ ਸੁਣਨ ਸੰਗਤ ਆਉਂਦੀ ਆ, ਉੱਥੇ ਜਿੱਦਾਂ ਵਿਆਹਾਂ ਵਾਲੇ ਪਰਿਵਾਰ ਜਿਹੜੇ ਬੱਚੇ ਬੱਚੀਆਂ ਦੇ ਆਉਂਦੇ ਆ। ਸੋ ਇਸ ਤਰੀਕੇ ਦੇ ਨਾਲ ਜਿੱਥੇ ਧਰਮ ਪ੍ਰਚਾਰ, ਅੰਮ੍ਰਿਤ ਸੰਚਾਰ, ਉੱਥੇ ਪੰਥ ਮੁੱਦੇ ਤੇ, ਕੋਈ ਵੀ ਪੰਥ ਦੇ ਮੁੱਦੇ ਤੇ ਕੋਈ ਇਸ਼ੂ ਹੋਵੇ,
ਉੱਥੇ ਆਪਣੀ ਬਣਦੀ ਡਿਊਟੀ ਜਿਹੜੀ ਬਣਦਾ ਯੋਗਦਾਨ ਪਾਉਣ ਦੀ ਕੋਸ਼ਿਸ਼ ਕਰੀਦੀ ਆ ਕਿ ਇੱਕ ਸਿੱਖ ਹੋਣ ਦੇ ਨਾਤੇ ਅਤੇ ਜੋ ਸਾਡੀਆਂ ਪੰਥ ਨੇ ਸੇਵਾਵਾਂ ਲਾਈਆਂ ਨੇ ਉਸ ਦੇ ਨਾਤੇ ਅਸੀਂ ਹਰ ਮਸਲੇ ਦੇ ਉੱਤੇ ਕਿਸੇ ਤਰ੍ਹਾਂ ਦਾ ਵੀ ਹੋਵੇ, ਚਾਹੇ ਉਹ ਦਰਬਾਰ ਸਾਹਿਬ ਦੇ ਸਾਹਮਣੇ ਬੁੱਤ ਹਟਾਉਣ ਦਾ ਮਸਲਾ ਸੀਗਾ, ਠੀਕ ਹੈ, ਉੱਥੇ ਵੀ ਜਾ ਕੇ ਹਾਜ਼ਰੀ ਭਰੀ ਉਹਦੇ 'ਤੇ, ਜਾਂ ਕੋਈ ਵੀ ਪੰਥ ਦਾ ਇਸ਼ੂ ਜਿਹੜਾ ਹੁੰਦਾ ਉਹਦੇ ਵਿੱਚ ਆਪਣੀ ਸ਼ਮੂਲੀਅਤ, ਇਸ ਤਰ੍ਹਾਂ ਦੀਆਂ ਧਰਮ ਪ੍ਰਚਾਰ ਦੀਆਂ ਗਤੀਵਿਧੀਆਂ ਜਿਹੜੀਆਂ ਨੇ ਉਹ ਪੰਜਾਬ, ਹਰਿਆਣਾ, ਹੋਰ ਸਟੇਟਾਂ ਦੇ ਵਿੱਚ, ਭਾਰਤ ਦੇ ਵਿੱਚ ਜਿਹੜੀਆਂ ਚੱਲਦੀਆਂ ਰਹਿੰਦੀਆਂ, ਕਿਉਂਕਿ ਜਿਹੜੇ ਵਿਦੇਸ਼ਾਂ ਵਿੱਚ ਸਿੱਖ ਕਿਤੇ ਵੀ ਬੈਠਾ ਉਹਦੀ ਜਿਹੜੀ ਆ, ਚਾਹੇ ਅਮਰੀਕਾ, ਕਨੇਡਾ, ਇੰਗਲੈਂਡ ਕਿਤੇ ਵੀ ਹੋਵੇ ਤਾਂ ਉਹਦੀ ਨਜ਼ਰ ਹਮੇਸ਼ਾ ਪੰਜਾਬ ਦੇ ਮੁੱਦਿਆਂ 'ਤੇ, ਚਾਹੇ ਉਹ ਸਿਆਸੀ ਹੋਣ, ਚਾਹੇ ਧਾਰਮਿਕ ਹੋਣ, ਅਤੇ ਚਾਹੇ ਕੋਈ ਵੀ ਹੋਰ ਮਸਲਾ ਜਿਹੜਾ ਸਮਾਜਿਕ ਹੋਣ, ਉਹਨਾਂ ਵੱਲ ਲੱਗੀ ਰਹਿੰਦੀ ਹੈ ਅਤੇ ਬੜਾ ਫਿਕਰਮੰਦ ਆ ਕਿ ਇਹਦੇ ਲਈ ਕੋਈ ਨਾ ਕੋਈ ਕੁਝ, ਜਿੱਦਾਂ ਜਦੋਂ ਇਹਦੇ ਵਿਚਲੀ ਸਾਡੇ ਆਪਣੇ ਜਿਹੜੇ, ਮੈਂ ਪ੍ਰਚਾਰਕਾਂ 'ਤੇ ਆਊਂਗਾ ਸਭ ਤੋਂ ਪਹਿਲਾਂ, ਕਿ ਜਿਹੜੇ ਪ੍ਰਚਾਰਕ ਆ ਉਹਨਾਂ ਦਾ ਹੀ ਅੱਜ ਜ਼ੋਰ ਲੱਗਾ ਹੋਇਆ ਕਿ ਮਤਲਬ ਸਾਡਾ ਜਿਹੜਾ ਪ੍ਰਚਾਰ ਹੈ ਜੀ ਇਹ ਪਹਿਲਾਂ ਸਹੀ ਨਹੀਂ ਰਿਹਾ। ਆਪਾਂ ਸਿੱਧੇ ਰੂਪ ਦੇ ਵਿੱਚ ਭਾਈ ਰਣਜੀਤ ਸਿੰਘ ਢੱਡਰੀਆਂ ਵਾਲੇ ਦੀ ਗੱਲ ਕਰ ਲੈਂਦੇ ਹਾਂ ਕਿ ਉਹਨਾਂ ਨੇ ਜਿਹੜੇ ਮਸਲੇ ਛੇੜੇ ਆ, ਜਿਹਦੇ ਬਾਰੇ ਤੁਸੀਂ ਵੀ ਹੁਣ ਜਿੱਦਾਂ ਵਿੱਚ ਇਨਵੋਲਵ ਹੋਏ ਆ, ਜਾਂ ਇਹ ਲਾ ਲਓ ਤੁਹਾਨੂੰ ਆਉਣਾ ਪਿਆ, ਜਾਂ ਤੁਸੀਂ ਇਹ ਆਪ ਸਪਸ਼ਟ ਕਰਿਓ ਵੀ ਕਿਉਂ ਤੁਹਾਨੂੰ ਇਹ ਗੱਲ ਦੇ ਵਿੱਚ ਸ਼ਾਮਿਲ ਹੋਣਾ ਪਿਆ, ਜਿਹਦੇ ਵਿੱਚ ਇਸ ਵੇਲੇ ਜਿਹੜਾ ਮਸਲਾ ਆ ਇੱਕ ਪਾਸੇ ਸਾਰਾ ਪੰਥ ਆ ਅਤੇ ਇੱਕ ਪਾਸੇ ਭਾਈ ਰਣਜੀਤ ਸਿੰਘ ਢੱਡਰੀਆਂ ਵਾਲੇ, ਅਤੇ ਉਹ ਕਹਿ ਰਿਹਾ ਮੈਂ ਸਹੀ ਹਾਂ, ਇਹ ਜਿਹੜੇ ਆ ਇਹ ਪੁਜਾਰੀਵਾਦ ਆ, ਤੁਹਾਨੂੰ ਸਾਰਿਆਂ ਨੂੰ, ਜਾਂ ਉਹ ਕਹਿੰਦੇ ਜੀ ਇਹ ਟਕਸਾਲੀ ਆ ਜਿੰਨੇ ਵੀ ਹੈਗੇ ਪੁਜਾਰੀਵਾਦ ਆ, ਇਹ ਥੋੜ੍ਹੀ ਜਿਹੀ ਸਥਿਤੀ ਸਪਸ਼ਟ ਕਰੋ ਬਈ ਪੁਜਾਰੀਵਾਦ ਕੌਣ ਆ ਅਤੇ ਸੱਚਾ ਤੇ ਝੂਠਾ ਕੌਣ। ਦੇਖੋ ਜੇ ਗੁਰਬਾਣੀ ਦੇ ਵਿੱਚ ਦੇਖੀਏ ਤੇ ਧੁਰਕੀ ਬਾਣੀ ਦਾ ਵਚਨ ਆ ਕਿ ਠਾਕੁਰ ਕਾ ਸੇਵਕ ਸਦਾ ਪੁਜਾਰੀ, ਠੀਕ ਹੈ ਨਾ, ਤੇ ਗੁਰੂ ਸਾਹਿਬ ਨੇ ਜਿਹੜਾ ਹੈਗਾ ਪੁਜਾਰੀ ਨੂੰ ਮਾੜਾ ਤੇ ਆਖਿਆ ਨੀ ਉੱਥੇ। ਹਾਂ, ਅਸੀਂ ਪੁਜਾਰੀਵਾਦ ਪੁਜਾਰੀਵਾਦ ਦਾ ਰੌਲਾ ਪਾ ਲਿਆ। ਹਾਂ, ਜਦੋਂ ਅਸਲ ਜਿਹੜਾ ਬ੍ਰਾਹਮਣ ਪੁਜਾਰੀ ਆ ਨਾ, ਹਾਂਜੀ, ਜਦੋਂ ਉਹਨੇ ਧਰਮ ਦੇ ਨਾਂ ਦੇ ਉੱਤੇ ਪਖੰਡ ਕੀਤਾ ਤਾਂ ਉਹਨੂੰ ਪੁਜਾਰੀ ਨੂੰ ਵੀ ਮਾੜਾ ਕਿਹਾ ਗਿਆ। ਠੀਕ ਹੈ, ਜਿੱਦਾਂ ਕੋਈ ਲੀਡਰ ਆ, ਆਗੂ ਆ, ਜਦੋਂ ਉਹ ਸਿਆਸਤ ਦੇ ਨਾਂ ਦੇ ਉੱਤੇ ਜਿਹੜਾ ਵਿਕਾਸ ਦੀ ਗੱਲ ਘੱਟ ਗੱਲ ਕਰਦਾ, ਵਿਕਾਸ ਦੇ ਕੰਮ ਘੱਟ ਕਰਦਾ, ਨਿੱਜੀ ਵਿਕਾਸ ਦੇ ਜ਼ਿਆਦਾ ਕਰਦਾ, ਜਾਂ ਸਮਗਲਿੰਗ, ਕਤਲੋ ਗਾਰਦ, ਗੁੰਡਾ ਕਰਦਾ, ਫਿਰ ਉੱਥੇ ਉਹ ਸਿਆਸੀ ਲੀਡਰ ਆਗੂ ਬਦਨਾਮ ਹੁੰਦੇ ਆ। ਠੀਕ ਹੈ, ਇਸੇ ਤਰ੍ਹਾਂ ਕੋਈ ਸੰਤ ਸਾਧੂ ਜਿਹੜਾ ਹੈਗਾ ਉਹ ਗੁਰਮਤ ਤੋਂ ਪਰੇ ਜਾ ਕੇ ਕੋਈ ਕੰਮ ਕਰਦਾ ਤਾਂ ਉਹ ਸੰਤ ਸਾਧੂ ਲਫ਼ਜ਼ ਜਿਹੜਾ ਉਹ ਬਦਨਾਮ ਹੋ ਜਾਂਦਾ। ਠੀਕ ਹੈ, ਜੇ ਕੋਈ ਭਾਈ ਲਫ਼ਜ਼ ਲਿਖਾ ਕੇ ਜਾਂ ਕੋਈ ਇਸ ਤਰ੍ਹਾਂ ਦਾ ਕੰਮ ਕਰਦਾ ਤਾਂ ਉੱਥੇ ਭਾਈ ਲਫ਼ਜ਼ ਵੀ ਬਦਨਾਮ ਹੁੰਦਾ। ਇਸ ਤਰ੍ਹਾਂ ਜਿਹੜਾ ਪੁਜਾਰੀ ਲਫ਼ਜ਼ ਇਸ ਤਰ੍ਹਾਂ ਬਦਨਾਮ ਕੀਤਾ ਗਿਆ, ਪਰ ਜਿਹੜਾ ਪੁਜਾਰੀ ਸ਼ਬਦ ਦਾ ਮੈਂ ਸਮਝਦਾ ਸਤਿਕਾਰਯੋਗ ਸ਼ਬਦ ਆ, ਗੁਰੂ ਗ੍ਰੰਥ ਸਾਹਿਬ ਦੀ ਬਾਣੀ 'ਚ ਸਤਿਗੁਰ ਕਹਿ ਰਹੇ ਆਪ ਕਿ ਠਾਕੁਰ ਕਾ ਸੇਵਕ ਸਦਾ ਪੁਜਾਰੀ, ਹੈ ਨਾ, ਵੀ ਇਹਦੇ 'ਚ ਕੋਈ ਇਹਦਾ ਸੇਵਾਦਾਰ ਸੇਵਕ ਹੋਣ ਦੀ ਗੱਲ ਹੈ, ਇੱਥੇ ਕੋਈ ਮਾੜੀ ਤਾਂ ਗੱਲ ਹੈ ਨਹੀਂ। ਬਾਕੀ ਜਿਹੜੀ ਗੱਲ ਹੈ ਕਿ ਜਿਹੜੇ ਵੀਰ ਕਹਿੰਦੇ ਆ ਕਿ ਪਹਿਲਾਂ ਸਾਡਾ ਗਲਤ ਸੀਗਾ ਤੇ ਹੁਣ ਅਸੀਂ ਸਹੀ ਹਾਂ, ਉਹ ਕੀ ਪਤਾ ਹੋਰ 4 ਸਾਲਾਂ ਨੂੰ ਕਹਿ ਦੇਣ ਕਿ ਹੋਣ ਵਾਲਾ ਜਿਹੜਾ ਸੀ ਉਹ ਗਲਤ ਆ, ਠੀਕ ਹੈ, ਤੇ ਅਸੀਂ ਜਿਹੜਾ ਹੁਣ ਕਰ ਰਹੇ ਉਹ ਸਹੀ ਆ। ਉਹ ਅਸਲ ਮੈਂ ਸਮਝਦਾ ਵੀ ਇਹਦੇ ਪਿੱਛੇ ਜਿਹੜਾ ਹੈਗਾ ਕੋਈ ਐਸੀ ਸੋਚ ਆ ਜਿਹੜੀ ਸਿੱਖ ਵਿਰੋਧੀ ਆ, ਜਿਹੜੀ ਸਾਰਾ ਕੁਛ ਹੀ ਕੰਡੈਮ ਕਰੀ ਜਾਂਦੀ ਆ, ਸਾਰਾ ਕੁਛ ਹੀ ਜੋ ਪੰਥ ਦੀਆਂ ਪਰੰਪਰਾਵਾਂ, ਮਰਿਆਦਾ, ਜੋ ਸ੍ਰੀ ਅਕਾਲ ਤਖ਼ਤ ਸਾਹਿਬ, ਸ੍ਰੀ ਦਰਬਾਰ ਸਾਹਿਬ, ਅੰਮ੍ਰਿਤ ਸਰੋਵਰ, ਸੰਪਰਦਾਵਾਂ, ਸੰਤ ਮਹਾਂਪੁਰਸ਼, ਟਕਸਾਲਾਂ, ਜਿਹੜਾ ਜੋ ਪ੍ਰਚਾਰ ਪ੍ਰਸਾਰ ਹੋਇਆ ਉਹਨੂੰ ਰੱਦ ਕਰਕੇ ਵੀ ਇਸ ਤਰ੍ਹਾਂ ਦੀ ਜਿਹੜੀ ਸਾਜਿਸ਼ ਆ ਉਹਦੇ ਪਿੱਛੇ ਵੀ ਸਾਰਾ ਕੁਛ ਇਹਨਾਂ ਦਾ ਖਤਮ ਕਰ ਦੇ, ਉਹਨੂੰ ਬੌਧਿਕ ਤੌਰ ਤੇ ਖਤਮ ਵੀ ਜਿਸਮਾਨੀ ਤੌਰ ਤੇ ਖਤਮ ਕੰਮ ਕਰਨੀ ਚਾਹੀਦੀ ਆ। ਤਾਂ ਇਹਨਾਂ ਨੇ ਵੰਗਾਰ ਕੇ ਆਖਿਆ ਕਿ ਮੈਨੂੰ ਸਾਡੀ ਦਾਤਰੀ, ਅਸੀਂ ਮੈਨੂੰ ਦੇ ਸੋਏ, ਜਿਉਂ ਜਿਉਂ ਮੈਨੂੰ ਵੱਢਦਾ ਅਸੀਂ ਦੂਣ ਸਵਾਏ ਹੋਏ, ਵੀ ਇਹਨਾਂ ਨੂੰ ਜਿਸਮਾਨੀ ਤੌਰ ਤੇ ਤਾਂ ਖਤਮ ਨਹੀਂ ਕਰ ਸਕੇ। ਪਹਿਲਾਂ ਘੱਲੂ ਘਾਰਾ ਕਾਹਨੂੰਵਾਨ ਛੰਭ ਦੇ ਵਿੱਚ ਹੋਇਆ, 11,000 ਸਿੰਘ ਸਿੰਘਣੀਆਂ ਭਜੰਗੀ ਭਜੰਗਣਾ ਸ਼ਹੀਦ ਕੀਤੇ ਗਏ, ਫਿਰ ਦੂਜਾ ਘੱਲੂ ਘਾਰਾ ਜਿਹੜਾ ਉਹਦੇ ਵਿੱਚ 35,000 ਦੇ ਕਰੀਬ ਸਿੰਘ ਸਿੰਘਣੀਆਂ ਸ਼ਹੀਦ ਕੀਤੇ ਗਏ, ਅੱਧੀ ਕੌਮ ਹੀ ਜਿਹੜੀ ਸ਼ਹੀਦ ਕਰ ਦਿੱਤੀ ਸੀ।
ਜੂਨ 84 ਦਾ ਘੱਲੂਘਾਰਾ, ਨਵੰਬਰ 84 ਦਾ ਕਤਲੇਆਮ ਆ, ਵੀ ਇਹਨਾਂ ਨੂੰ ਸਰੀਰਕ ਤੌਰ ਤੇ ਮਾਰ ਕੇ ਦੇਖਿਆ। ਇਹ ਅੱਧੇ ਅੱਧੇ ਟੁੱਕੇ ਵੀ ਦਰਬਾਰ ਸਾਹਿਬ ਦੇ ਦਰਸ਼ਨ ਕਰਕੇ, ਅੰਮ੍ਰਿਤ ਸਰੋਵਰ ਜਾ ਇਸ਼ਨਾਨ ਕਰਕੇ, ਗੁਰੂ ਦੀ ਬਾਣੀ ਪੜ੍ਹ ਕੇ ਫਿਰ ਤਿਆਰ ਫਿਰ ਤਿਆਰ ਹੋ ਜਾਂਦੇ ਆ। ਠੀਕ, ਤਾਂ ਉਹਨਾਂ ਨੇ ਹੁਣ ਬੌਧਿਕ ਤੌਰ ਤੇ ਜਿਹੜਾ ਹੈਗਾ ਨਾ, ਇਹਨਾਂ ਨੂੰ ਖਤਮ ਕਰਨ ਵਾਸਤੇ, ਇਹਨਾਂ ਨੂੰ ਵਿਚਾਰਕ ਤੌਰ ਤੇ ਖਤਮ ਕਰਨ ਲਈ ਇਸ ਤਰ੍ਹਾਂ ਦੇ ਜਿਹੜੇ ਵਿਵਾਦ ਆ। ਕਿਸੇ ਇੰਗਲਿਸ਼ ਵਿਦਵਾਨ ਦੇ ਮੈਂ ਪੜ੍ਹ ਰਿਹਾ ਸੀ, ਉਹ ਕਹਿੰਦੇ ਜਿਹੜੇ ਦੇਸ਼ ਨੂੰ ਬਰਬਾਦ ਕਰਨਾ ਜਾਂ ਜਿਹੜੀ ਕੌਮ ਨੂੰ, ਉਹਦੇ ਚ ਧਾਰਮਿਕ ਲੜਾਈ ਛੇੜ ਦਿਓ, ਠੀਕ, ਧਾਰਮਿਕ ਮੁੱਦੇ ਨੂੰ ਛੇੜ ਦਿਓ, ਆਪੋ ਜਿਉਂ ਦੀ ਲੜ ਕੇ ਜਿਹੜਾ ਹੈਗਾ ਉਹ ਮਰ ਜਾਣਗੇ, ਵਿਕਾਸ ਵਾਲੇ ਪਾਸੇ ਨਹੀਂ ਤੁਰ ਸਕਣਗੇ। ਹਾਂਜੀ, ਅੱਜ ਮੈਂ ਸਮਝਦਾ ਵੀ ਇਸੇ ਕਰਕੇ ਜਿਹੜਾ ਤੁਸੀਂ ਕਿਹਾ ਵੀ ਤੁਸੀਂ ਇਨਵਾਲਵ ਹੋਏ ਇੰਟਰਵਿਊ, ਇਸੇ ਕਰਕੇ ਮੈਂ ਇਹਦੇ ਵਿੱਚ ਹੋਇਆ ਕਿ ਵੇਖਿਆ ਕਿ ਇਹਦੇ ਨਾਲ ਬਹੁਤ ਵੱਡਾ ਨੁਕਸਾਨ ਹੋ ਰਿਹਾ ਵਾ। ਠੀਕ ਹੈ, ਭਾਈ ਰਣਜੀਤ ਸਿੰਘ ਹੋਣਾ ਦਾ, ਬਾਬੇ ਹਰਨਾਮ ਹੋਣਾ ਨਾਲ ਪਹਿਲਾਂ ਜਿਹੜਾ ਟਕਰਾਅ ਚੱਲਿਆ ਉਹਦੇ ਵਿੱਚ ਦੇਖੋ, ਭਾਈ ਰਣਜੀਤ ਸਿੰਘ ਦਾ ਇੱਕ ਸਾਥੀ ਮਾਰਿਆ ਗਿਆ। ਹਾਂਜੀ, ਅੱਜ ਉਹਦੀ ਧਰਮ ਪਤਨੀ ਉਹਦੇ ਬੱਚਿਆਂ ਨੂੰ ਪੁੱਛਿਆ ਜਾਣੀ ਦਾ, ਜਿਹੜੇ ਬੱਚਿਆਂ ਦੇ ਸਿਰ ਤੋਂ ਬਾਪ ਦਾ ਸਾਇਆ ਉੱਠ ਗਿਆ, ਜਿਹੜੀ ਔਰਤ ਦੇ ਸਿਰ ਤੋਂ ਸਿਰ ਦੇ ਸਾਈਂ ਦਾ ਸਾਇਆ ਉੱਠ ਗਿਆ, ਠੀਕ ਹੈ, ਉਹਦਾ ਦਿਲ ਪੁੱਛਿਆ ਜਾਣੀ ਦਾ। ਤੇ ਇਸੇ ਤਰ੍ਹਾਂ ਜਿਹੜਾ ਵਿਵਾਦ ਹੁਣ ਫਿਰ ਏਡਾ ਹਿੰਸਕ ਰੂਪ ਧਾਰ ਰਿਹਾ ਸੀਗਾ, ਤਾਂ ਮੈਂ ਇਨਵਾਲਵ ਹੋਇਆ ਸੀਗਾ, ਆਪਾਂ ਨੂੰ ਬੈਠ ਕੇ ਗੱਲਬਾਤ ਕਰਕੇ ਇਹਨੂੰ ਸੁਲਝਾ ਲੈਣਾ ਚਾਹੀਦਾ। ਠੀਕ ਹੈ, ਕਿ ਭਾਈ ਰਣਜੀਤ ਸਿੰਘ ਨੂੰ ਆਪਣੀ ਦਲੀਲ ਨਾਲ ਗੱਲ ਰੱਖਣੀ ਚਾਹੀਦੀ ਹੈ, ਬੈਠ ਕੇ ਉਹਨਾਂ ਸਾਹਮਣੇ ਵੀ ਆਹ ਗੱਲ ਹੈ, ਮੈਨੂੰ ਆਹ ਸਹੀ ਲੱਗਦਾ। ਤੇ ਜਿਹੜੇ ਵਿਦਵਾਨ ਸੱਜਣ ਜਾਂ ਪੰਥ ਦੀਆਂ ਜਥੇਬੰਦੀਆਂ ਜਾਂ ਟਕਸਾਲ, ਉਹ ਆਪਣਾ ਪੱਖ ਰੱਖਣਗੇ ਤੇ ਉਹਦੇ ਨਾਲ ਕੋਈ ਵਿਚਾਰ ਕਰਕੇ ਹੱਲ ਜਿਹੜਾ ਨਿਕਲ ਸਕਦਾ ਵਾ। ਇਹ ਨਹੀਂ ਹੈ ਕਿ ਜਿੱਦਾਂ ਉਹ ਕਹਿੰਦੇ ਆ ਵੀ ਵਿਚਾਰਾਂ ਦਾ ਹੱਲ ਨਹੀਂ, ਜਿਵੇਂ ਪਹਿਲਾਂ ਡਿਬੇਟਾਂ ਹੋਈਆਂ ਜੀ ਕੋਈ ਹੱਲ ਨਹੀਂ ਨਿਕਲਿਆ, ਜੀ ਜਦੋਂ ਸੰਗਤ ਚ ਬੈਠ ਗਏ ਹੋਈਆਂ ਲੜਾਈ ਨਾਲ ਲਾਲਾ ਲਾਲਾ, ਇਹ ਤਾਂ ਐਵੇਂ ਹੀ ਆ। ਗੁਰਬਖਸ਼ ਸਿੰਘ ਕਾਲਾ ਫਗਾਨਾ ਨਾਲ ਬਾਬਾ ਹਰੀ ਸਿੰਘ ਰੰਧਾਵੇ ਵਾਲਿਆਂ ਦੀ ਡਿਬੇਟ ਹੋਈ, ਹਾਂਜੀ, ਤੇ ਇਹ ਵੀ ਗੱਲ ਸਾਹਮਣੇ ਆਈ ਵੀ ਜਿਹੜੀਆਂ ਕਿਤਾਬਾਂ ਸੀ ਵਿਪਰਨ ਕੀ ਰੀਤ ਸੱਚ ਤੋਂ ਮਾਰਗ, ਵੀ ਉਹਦਾ ਕਾਲਾ ਖਬਾਨਾ ਦੀਆਂ ਲਿਖੀਆਂ ਨਹੀਂ ਗਈਆਂ ਸੀ, ਉਹਦੇ ਨਾਂ ਤੇ ਤਾਂ ਪ੍ਰਕਾਸ਼ਿਤ ਹੋਈਆਂ, ਕਿਸੇ ਨੇ ਰਿਲੀਜ਼ ਕਰਤੀਆਂ ਨਹੀਂ, ਰਿਲੀਜ਼ ਇਹਨਾਂ ਨੇ ਕੀਤੀਆਂ ਨਾਂ ਤੇ, ਠੀਕ ਹੈ, ਪਰ ਉਹ ਕਿਸੇ ਦੀਆਂ ਸੀ, ਨਾ ਕਾਰੇ ਖਬਾਨੇ ਦਾ ਸੀਗਾ, ਮਤਲਬ ਪੜਦੇ ਦੇ ਅੱਗੇ ਚਿਹਰਾ ਹੋਰ ਸੀਗਾ, ਪਿੱਛੋਂ ਕੋਈ ਫੌਜ ਹੋਰ ਸੀਗੀ। ਠੀਕ ਹੈ, ਜਿਸ ਤਰ੍ਹਾਂ RSS ਆ ਜਾਂ ਜਿਹੜਾ ਆਪਣਾ ਨਾਗਪੁਰੀ ਸੋਚ ਕਹਿੰਦੇ ਵੀ ਪਿੱਛੇ ਵਰਤਦੀ ਆ ਵੀ ਇਹਨਾਂ ਨੂੰ ਸਿੱਖਾਂ ਨੂੰ ਲੜਾਇਆ ਜਾਵੇ, ਤਾਂ ਇਸ ਤਰੀਕੇ ਦੇ ਨਾਲ ਫਿਰ ਉਹ ਡਿਬੇਟ ਜਿਹੜੀ ਹੋਈ, ਦੇਖੋ ਉਹਨੂੰ ਫਿਰ ਸ੍ਰੀ ਅਕਾਲ ਤਖਤ ਸਾਹਿਬ ਤੇ ਤਲਬ ਕੀਤਾ ਗਿਆ, ਉਹ ਨਹੀਂ ਹਾਜ਼ਰ, ਉਹਨੂੰ ਛੇਕਿਆ ਗਿਆ, ਤੇ ਉਹ ਗੁਰਬਖਸ਼ ਸਿੰਘ ਕਾਲਾ ਅਫਗਾਨਾ, ਜਿਹਨੂੰ ਜਿਵੇਂ ਅੱਜ ਭਾਈ ਰਣਜੀਤ ਸਿੰਘ ਨੂੰ ਜਿੱਦਾਂ ਲੋਕ ਕੁਛ ਜਿਹੜੇ ਆ ਗੁੰਮਰਾਹ ਹੋ ਰਹੇ ਆ, ਇਸੇ ਤਰ੍ਹਾਂ ਗੁਰਬਖਸ਼ ਸਿੰਘ ਕਾਲਾ ਅਫਗਾਨਾ ਨੂੰ ਕਹਿੰਦੇ ਤਾਂ ਸੱਚ ਦਾ ਸੂਰਜ ਆ। ਠੀਕ ਹੈ, ਵੀ ਉਹਨੇ ਬੜੀ ਵੱਡੀ ਖੋਜ ਕੀਤੀ ਵਿਪਰਨ ਕੀ ਰੀਤ ਸੱਚ ਤੋਂ ਸੱਚ ਦਾ ਮਾਰਗ, ਜਿਹੜੀਆਂ ਕਿਤਾਬਾਂ ਸੀ ਮੈਂ ਵੀ ਇੱਕ ਦੋ ਦੇਖੀਆਂ ਉਹ ਕਿਤਾਬਾਂ। ਠੀਕ ਹੈ, ਪਰ ਬਾਅਦ ਵਿੱਚ ਕੀ ਹੋਇਆ, ਹਸ਼ਰ ਕੀ ਹੋਇਆ, ਗੁਰਬਖਸ਼ ਸਿੰਘ ਕਾਲਾ ਅਫਗਾਨਾ ਇੱਕ ਗੁੰਮਨਾਮੀ ਦੀ ਮੌਤ ਜਿਹੜਾ ਸੀਗਾ ਮਰਿਆ, ਪਤਾ ਹੀ ਨਹੀਂ ਅੱਜ ਕਿਸੇ ਨੂੰ ਵੀ ਉਹ ਜਿਉਂਦਾ ਕਿ ਮਰ ਗਿਆ ਕਿ ਹੈਗਾ ਕਿ ਨਹੀਂ ਹੈਗਾ। ਇਸੇ ਤਰ੍ਹਾਂ ਜਿਹੜੀ ਡਿਬੇਟ ਸੀ ਪ੍ਰੋਫੈਸਰ ਦਰਸ਼ਨ ਸਿੰਘ ਨਾਲ ਹੋਈ, ਹਾਂਜੀ, ਪ੍ਰੋਫੈਸਰ ਦਰਸ਼ਨ ਸਿੰਘ ਐਡੇ ਵਿਦਵਾਨ ਸੀਗੇ, ਇੰਨੇ ਮਤਲਬ ਉਹਨਾਂ ਦੀ ਦਲੀਲ ਦੇ ਵਿੱਚ ਦਮ ਹੁੰਦਾ ਸੀਗਾ, ਪਰ ਜਦੋਂ ਵਿਚਾਰਾਂ ਹੋਈਆਂ, ਵਿਚਾਰਾਂ ਤੋਂ ਬਾਅਦ ਉਹਨਾਂ ਨੂੰ ਅਕਾਲ ਤਖਤ ਸਾਹਿਬ ਦੇ ਤਲਬ ਕੀਤਾ ਗਿਆ, ਉਹ ਨਹੀਂ ਅਕਾਲ ਤਖਤ ਸਾਹਿਬ ਤੇ ਬੈਠ ਕੇ ਗੱਲ ਨਹੀਂ ਕੀਤੀ, ਅਕਾਲ ਤਖਤ ਸਾਹਿਬ ਦੇ ਸਾਹਮਣੇ ਗੋਲਕ ਤੇ ਆਪਣਾ ਪੱਖ ਰੱਖ ਕੇ ਤੇ ਮੁੜ ਆਏ। ਅੱਜ ਗੁਰਬਖਸ਼ ਸਿੰਘ ਜਿਹੜੇ ਪ੍ਰੋਫੈਸਰ ਦਰਸ਼ਨ ਸਿੰਘ ਆ, ਉਹਨਾਂ ਦੇ ਹਾਲਾਤ ਕੀ ਆ ਤੁਸੀਂ ਦੇਖ ਸਕਦੇ ਆ, ਕਿ ਅੱਜ ਜਿਹੜਾ ਹੈਗਾ ਉਹ ਸਮਾਗਮ ਉਹਨਾਂ ਦੇ ਕਿੱਥੇ ਕਿੱਡੇ ਵੱਡੇ ਵੱਡੇ ਸਮਾਗਮ ਸੀਗੇ, ਕਿੰਨਾ ਕੁਛ ਸੀਗਾ, ਪੰਥ ਚ ਮਾਣ ਸਨਮਾਨ ਸੀ, ਅੱਜ ਕੀ ਹਾਲਤ ਬਣ ਗਈ ਹੈ। ਇਸੇ ਤਰ੍ਹਾਂ ਬਹੁਤ ਸਾਰੀਆਂ ਦਲੀਲਾਂ ਬੜੇ ਪ੍ਰਚਾਰਕਾਂ ਬਾਰੇ ਦਿੱਤੀਆਂ ਜਾ ਸਕਦੀਆਂ ਨੇ, ਇਹ ਨਹੀਂ ਕਿ ਡਿਬੇਟ ਹੋਈ ਤੇ ਉਹਦਾ ਕੋਈ ਹੱਲ ਨਹੀਂ, ਡਿਬੇਟਾਂ ਦਾ ਹੱਲ ਹੀ ਹੈ ਕਿ ਦੇਖੋ ਉਹਨਾਂ ਬੰਦਿਆਂ ਦਾ ਸੱਚ ਜਿਹੜਾ ਸੀ ਲੋਕਾਂ ਸਾਹਮਣੇ ਆਇਆ ਡਿਬੇਟ ਤੋਂ ਬਾਅਦ। ਇਸੇ ਕਰਕੇ ਭਾਈ ਰਣਜੀਤ ਸਿੰਘ ਜਿਹੜਾ ਜਨਤਕ ਡਿਬੇਟ ਤੋਂ ਕਿਨਾਰਾ ਕਰ ਰਹੇ ਆ, ਕਿ ਉਹ ਜਨਤਕ ਡਿਬੇਟ ਨਹੀਂ ਕਰਨੀ ਚਾਹੁੰਦੇ, ਉਹਨਾਂ ਨੇ ਕੋਈ ਨਾ ਕੋਈ ਐਸਾ ਇਸ਼ੂ ਜਿਹੜਾ ਉਹ ਕ੍ਰੀਏਟ ਕਰ ਦਿੰਦੇ ਆ ਕਿ ਕਿਸੇ ਨਾਲ ਹੋ ਹੀ ਨਾ ਸਕੇ। ਜਿਸ ਤਰ੍ਹਾਂ ਉਹਨਾਂ ਨੇ ਹੁਣ ਜਿਸ ਤਰ੍ਹਾਂ ਮੈਂ ਕਿਹਾ ਸੀਗਾ, ਮੈਂ ਕਿਹਾ ਵੀ ਚਲੋ
ਜੇ ਜਥੇਦਾਰ ਅਜਨਾਲਾ ਸਾਹਿਬ ਨਾਲ ਜਾਂ ਗਿਆਨੀ ਹਰਪ੍ਰੀਤ ਸਿੰਘ ਨਾਲ ਨਹੀਂ ਹੋ ਸਕਦੀ ਡਿਬੇਟ ਕਿਸੇ ਕਾਰਨ, ਤਾਂ ਮੈਂ ਹਾਜ਼ਰ ਹਾਂ ਤੇ ਆਪਾਂ ਆਪਸ 'ਚ ਗੱਲਬਾਤ ਕਰ ਲੈਂਦੇ, ਕੋਈ ਲੜਾਈ ਕੋਈ ਝਗੜਾ ਥੋੜੀ ਕਰਨਾ, ਵਿਚਾਰ ਕਰਕੇ ਆਪਾਂ ਕੋਈ ਮਸਲੇ ਦੇ ਹੱਲ ਤੱਕ ਪਹੁੰਚੀਏ। ਪਰ ਉਹਨਾਂ ਵੱਲੋਂ ਇਸ ਹੱਲ ਵਾਲੇ ਪਾਸੇ ਆਏ ਨੀ ਗਏ। ਮੈਂ ਸਮਝਦਾ ਜਿਹੜੇ ਪ੍ਰਚਾਰਕ ਹੁੰਦੇ, ਪ੍ਰਚਾਰ ਦਾ ਮਤਲਬ ਤਾਂ ਇਹੀ ਹੈ ਕਿ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਤੇ ਸਿੱਖ ਇਤਿਹਾਸ, ਇਹ ਸਿੱਖ ਪ੍ਰਚਾਰ ਦਾ ਬਸ ਹਿੱਸਾ ਕਿ ਇਸ ਚੀਜ਼ ਨੂੰ ਸੰਗਤ 'ਚ ਪ੍ਰਚਾਰਿਆ ਜਾਵੇ ਵੀ ਗੁਰਬਾਣੀ 'ਚ ਆਹ ਲਿਖਿਆ ਤੇ ਸਿੱਖ ਇਤਿਹਾਸ ਵਿੱਚ ਆਹ ਲਿਖਿਆ, ਇਸ ਜਿਹੜਾ ਸਿੱਖ ਇਤਿਹਾਸ ਆ ਸਾਡਾ ਆਹ ਆ, ਗੁਰਬਾਣੀ ਸਾਨੂੰ ਆਹ ਕਹਿੰਦੀ ਆ। ਹੁਣ ਉਹਨਾਂ ਨੇ ਆਪਣਾ ਹੀ ਜਿਹੜਾ ਵਿਜ਼ਨ ਬਣਾ ਲਿਆ, ਆਪਣਾ ਹੀ ਅਰਥ ਬਣਾ ਲਿਆ, ਉਹ ਜਿੱਦਾਂ ਮਰਜ਼ੀ ਦੇ ਨਾਲ ਅਰਥ ਕਰੀ ਜਾਂਦੇ ਆ ਵੀ ਆਹ ਅਰਥ ਇੱਦਾਂ ਆਹ ਅਰਥ ਇੱਦਾਂ ਗੁਰਬਾਣੀ ਦੇ। ਹੁਣ ਗੁਰਬਾਣੀ ਦੇ ਅਰਥ ਜਿਹੜੇ ਮਹਾਂਪੁਰਸ਼ਾਂ ਨੇ ਵਿਦਵਾਨਾਂ ਪ੍ਰਚਾਰਕਾਂ ਪੜ੍ਹਾਏ, ਇੱਕ ਕੱਖਰੀ ਅਰਥ ਹੈ, ਇੱਕ ਅੰਦਰੀ ਅਰਥ ਆਪਾਂ ਕਰਦੇ ਹਾਂ, ਠੀਕ ਹੈ। ਹੁਣ ਭਾਈ ਰਣਜੀਤ ਸਿੰਘ ਕਹਿੰਦੇ ਵੀ ਇਹ ਜੀ ਏਦਾਂ ਕਹਿੰਦੇ ਆ, ਜਾਂ ਉਹਨਾਂ ਦੇ ਜਿਹੜੇ ਸੁਣਨ ਵਾਲੇ ਆ ਕੋਈ ਦੋ ਚਾਰ ਉਹਨਾਂ ਦੇ ਬੰਦੇ ਜਿਹੜੇ ਸੋਸ਼ਲ ਮੀਡੀਆ ਤੇ ਬੋਲਦੇ ਆ, ਉਹ ਕਹਿੰਦੇ ਜੀ ਇਹਦਾ ਅਰਥ ਜਿਹੜਾ ਇੱਦਾਂ ਬਣਦਾ ਇੱਦਾਂ ਬਣਦਾ, ਜੀ ਸਾਨੂੰ ਕਰਕੇ ਦਿਖਾਓ। ਤੁਸੀਂ ਕਹਿੰਦੇ ਹੋ ਕਿ ਦਰਬਾਰ ਸਾਹਿਬ ਸਰੋਵਰ ਚ ਨਹਾ ਕੇ ਅੱਖਾਂ ਆ ਗਈਆਂ ਜਾਂ ਪਿੰਗਲਾ ਰਾਜੀ ਹੋ ਗਿਆ, ਅਸੀਂ ਦਿੰਨੇ ਆ ਤੁਹਾਨੂੰ ਜੀ ਪਿੰਗਲੇ ਤੇ ਅੰਨੇ ਤੇ ਤੁਸੀਂ ਕਰਕੇ ਦਿਖਾਓ। ਇਹ ਗੁਰੂ ਘਰ, ਇਹ ਤਾਂ ਗੁਰੂ ਮਹਾਰਾਜ ਨੂੰ ਚੁਣੌਤੀ ਦੇਣ ਵਾਲੀ ਗੱਲ ਆ, ਅਕਾਲ ਪੁਰਖ ਖੁਦਾ ਦੀ ਖੁਦਾਈ ਨੂੰ ਚੁਣੌਤੀ ਦੇਣ ਵਾਲੀ ਗੱਲ ਆ। ਉੱਥੇ ਸੁਧੇ ਸਿੱਧ ਕਰਾਮਾਤਾਂ ਵਰਤਦੀਆਂ, ਸੁਧੇ ਸਿੱਧ ਇਹ ਜਿਹੜੇ ਕੌਤਕ ਜਿਹੜੇ ਗੁਰੂ ਦੇ ਵਰਤਦੇ, ਸੁਧੇ ਸਿੱਧ ਕਈ ਕਿਰਪਾ ਹੁੰਦੀ। ਜਿਵੇਂ ਰਣਜੀਤ ਸੋਹਣੇ ਵੀ ਜਿੱਦਣ ਹਮਲਾ ਹੋਇਆ ਤਾਂ ਉਦਣ ਕਹਿੰਦੇ ਸੀ ਵਾਹਿਗੁਰੂ ਦੀ ਕਿਰਪਾ ਨਾਲ ਗੁਰੂ ਸਾਹਿਬ ਦੇ ਗੁਰੂ ਮਹਾਰਾਜ ਨੇ ਬਚਾ ਲਿਆ ਤੇ ਸੰਗਤਾਂ ਦੀਆਂ ਅਰਦਾਸਾਂ, ਅੱਜ ਉਹ ਗੁਰੂ ਮਹਾਰਾਜ ਤੋਂ ਤੇ ਸੰਗਤਾਂ ਦੀਆਂ ਅਰਦਾਸਾਂ ਤੋਂ ਵੀ ਮੁਨਕਰ ਹੋ ਗਏ। ਹੁਣ ਉਹ ਕਹਿੰਦੇ ਆ ਵੀ ਮੈਂ ਜਿਹੜਾ ਬਾਹਰ ਦੇ ਕਿਸੇ ਰੱਬ ਨੂੰ ਮੰਨਦਾ ਹੀ ਨਹੀਂ ਆ, ਜਦੋਂ ਕਿ ਗੁਰੂ ਸਾਹਿਬ ਨੇ ਵੀ ਜਿਹੜਾ ਹੈ ਕਹਿੰਦੇ ਸਾਰਾ ਕੁਛ ਅੰਦਰ ਹੀ ਆ ਸਾਰਾ ਕੁਛ। ਤੇ ਉਦੋਂ ਪਹਿਲੇ ਦੀਵਾਨਾਂ ਵਿੱਚ ਕਹਿੰਦੇ ਸੀ ਉਹ ਵੱਡਾ ਉੱਤੇ ਵੱਡੀ ਤਾਕਤ ਬੈਠੀ ਆ, ਵੱਡੀ ਤਾਕਤ ਆ। ਹੁਣ ਆਪਾਂ ਵੀ ਦੇਖਦੇ ਹਾਂ ਵੀ ਏਡਾ ਵੱਡਾ ਸੰਸਾਰ ਚੱਲ ਰਿਹਾ ਵਾ, ਸਾਰਾ ਕੁਛ ਇੱਕ ਤਾਕਤ ਤੋਂ ਬਿਨਾਂ ਥੋੜੀ ਚੱਲ ਰਿਹਾ, ਇੱਕ ਛੋਟੇ ਜਿਹੇ ਘਰ ਦਾ ਸਿਸਟਮ ਨਹੀਂ, ਇੱਕ ਲਾਣੇਦਾਰ ਤੋਂ ਬਿਨਾਂ ਚੱਲਦਾ, ਤੇ ਇੱਕ ਵਾਹਿਗੁਰੂ ਅਕਾਲ ਪੁਰਖ ਤੋਂ ਬਿਨਾਂ ਏਡਾ ਸੰਸਾਰ ਥੋੜੀ ਚੱਲ ਰਿਹਾ। ਤੇ ਉਹਨੂੰ ਜੇ ਕਹਿਣਾ ਵੀ ਅੰਦਰ ਹੀ ਆ ਉਹ ਸਾਡੇ ਅੰਦਰ ਤਾਂ ਹੈ ਹੀ ਆ, ਉਹ ਤਾਂ ਗੁਰਬਾਣੀ ਕਹਿ ਰਹੀ ਆ, ਸਤਿਗੁਰ ਕਹਿੰਦੇ ਕਾਹਿਰੇ ਬਣ ਖੋਜਣ ਜਾਈ ਸਰਬ ਨਿਵਾਸੀ ਸਦਾ ਲੇਪਤ, ਉਹੀ ਸੰਗ ਸਮਾਈ ਵੀ ਉਹਦੀ ਅੰਸ਼ ਜਿਹੜੀ ਉਹ ਤੇਰੇ ਅੰਦਰ ਆ। ਵਾਹਿਗੁਰੂ ਨੇ ਆਪਣੀ ਜੋਤ ਤੇਰੇ ਅੰਦਰ, ਇੱਕ ਪਰਿਪੂਰਨ ਪਰਮਾਤਮਾ, ਇੱਕ ਤੇਰੇ ਅੰਦਰ ਆਤਮਾ। ਸਾਬਿਤ ਕੀ ਕਰਨਾ ਚਾਹੁੰਦੇ ਆ? ਸਾਬਤ ਇਹ ਆ ਵੀ ਸਾਰੇ ਜਿਹੜੇ ਆ ਉਹ ਅਣਜਾਣ ਆ, ਸਾਰੇ ਝੂਠੇ ਆ ਤੇ ਮੈਂ ਇੱਕ ਸੱਚਾ ਵਾ, ਠੀਕ ਆ। ਸਾਰੇ ਜਿਹੜੇ ਆ ਮੇਰੀ ਵਿਦਵਤਾ ਦੇ ਥੱਲੇ ਆ, ਮੇਰੀ ਵਿਦਵਤਾ ਸਾਰਿਆਂ ਤੋਂ ਉੱਪਰ ਆ। ਕਿਉਂਕਿ ਜਿਹੜੀ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ 5 ਮੈਂਬਰੀ ਕਮੇਟੀ ਬਣਾਈ ਗਈ ਆ, ਉਹ ਵਿਦਵਾਨ ਆ, ਮਤਲਬ ਕੌਮ ਦੇ ਵਿੱਚ ਉਹਨਾਂ ਨੂੰ ਪ੍ਰਵਾਨਿਤ ਆ, ਵੱਡੇ ਵੱਡੇ ਸੈਮੀਨਾਰ, ਵੱਡੇ ਵੱਡੇ ਕਾਲਜਾਂ ਦੇ ਵਿੱਚ, ਇੱਥੋਂ ਤੱਕ ਕਿ ਬਾਹਰ ਵਿਦੇਸ਼ਾਂ ਦੇ ਵਿੱਚੋਂ ਵੀ ਉਹਨਾਂ ਨੇ ਡਿਗਰੀਆਂ ਪ੍ਰਾਪਤ ਕੀਤੀਆਂ ਹੋਈਆਂ, ਉਹਨਾਂ ਦੇ ਨਾਲ ਵੀ ਬਹਿਣ ਤੇ ਓਨਕਾਰੀ ਆ, ਇਹ ਜੀ ਤੁਹਾਡੇ ਆ, ਇਹ ਜੀ ਤੁਹਾਡੇ ਆ, ਉਹਨਾਂ ਨੂੰ ਮਤਲਬ ਹਲਕੇ ਨਾਲ ਨਹੀਂ, ਜਿੱਦਾਂ ਇੱਦਾਂ ਲੈਂਦੇ ਆ ਜਿੱਦਾਂ ਵਿਰੋਧੀ ਹੁੰਦੇ ਵੀ ਇਹ ਜੀ ਇਹ ਗ੍ਰੰਥ ਵੀ ਤੁਹਾਡਾ ਆ, ਇਹ ਆ ਵੀ ਚੀਜ਼ ਤੁਹਾਡੀ ਆ, ਤੁਹਾਡੇ ਬ੍ਰਹਮ ਗਿਆਨੀ ਇੱਦਾਂ ਦੇ ਆ ਜਾਂਦੇ ਆ ਨਾ, ਮੈਂ ਨਾ ਮੰਨੂ ਵਾਲੀ ਗੱਲ, ਉਹ ਨਾ ਮੰਨੂ ਉਹ ਗੱਲ, ਹਰ ਗੱਲ ਨੂੰ ਮਤਲਬ ਜਿਹੜਾ ਕ੍ਰਿਟੀਸਾਈਜ਼ ਕਰਨਾ, ਹਰ ਗੱਲ ਦੇ ਉੱਤੇ ਜਿਹੜਾ ਹੈਗਾ ਉਹਨੂੰ ਮਤਲਬ ਇਗਨੋਰ ਕਰਨਾ ਵੀ ਇਹ ਤੁਹਾਡੇ ਜੀ ਏਦਾਂ ਜੀ ਏਦਾਂ ਜੀ, ਹਨਾ, ਹਰੇਕ ਚੀਜ਼ ਨੂੰ ਜਿਹੜਾ ਹੈਗਾ ਉਹ ਕੰਡੈਮ ਕਰੀ ਜਾਣਾ, ਹਰੇਕ ਚੀਜ਼ ਤੇ ਸੁਹਾਗਾ ਫੇਰੀ ਜਾਣਾ। ਮੈਂ ਤੇ ਇੱਕ ਗੱਲ ਕਹੀ ਹੈ ਕਿ ਦੇਖੋ ਆਪਾਂ ਆਪਣੇ ਸਿੱਖ ਭਰਾਵਾਂ ਦੇ ਨਾਲ ਜਾਂ ਕਿਸੇ ਧੜੇ ਨਾਲ ਵੀ ਹੋਣ, ਗੱਲਬਾਤ ਤੋਂ ਜਿਹੜਾ ਬੰਦਾ ਕਹਿੰਦਾ ਮੈਂ ਵਿਦਵਾਨ ਆ, ਮੈਨੂੰ ਇਲਾਹੀ ਲਹਾਮ ਆ, ਮੈਨੂੰ ਬ੍ਰਹਮ ਗਿਆਨ ਹੋ ਗਿਆ, ਉਹ ਬੰਦਾ ਕਿਉਂ ਕਿਸੇ ਦੇ ਵਿਚਾਰ ਤੋਂ ਭੱਜਦਾ? ਗੁਰੂ ਨਾਨਕ ਸਾਹਿਬ ਦੇ ਸਿੱਖ ਹਾਂ, ਗੁਰੂ ਨਾਨਕ ਸਾਹਿਬ ਨੇ ਤੇ ਕਿਸ ਸੁਣੀਆਂ ਕਿਸ ਕਹੀਆਂ ਦਾ ਸਾਨੂੰ ਵਚਨ ਜਿਹੜਾ ਉਹ ਦਿੱਤਾ ਵਾ, ਠੀਕ ਹੈ ਨਾ। ਜਦੋਂ ਆਪਸ ਵਿੱਚ ਵਿਚਾਰਧਾਰਾ ਵਿਚਾਰ ਕਰਨੀ ਆ, ਕਿਸੇ ਨਾਲ ਵੀ ਕੋਈ ਗੈਰ ਸਿੱਖ ਵੀ ਆ ਕੇ ਕਰੇ, ਮੈਂ ਤਾਂ ਗੈਰ ਸਿੱਖ ਨਾਲ ਵੀ ਜਿਹਦੇ ਨਾਲ ਸਾਡਾ ਇੰਟਰਫੇਅਰ ਧਰਮ ਦਾ ਵੀ ਫਰਕ ਆ, ਮੈਂ ਤਾਂ ਉਹਦੇ ਨਾਲ ਵੀ ਵਿਚਾਰ ਕਰਨ ਤੋਂ ਕਹਿੰਦਾ ਵਾ ਕਿ ਨਹੀਂ ਪਿੱਛੇ ਹਟਣਾ ਚਾਹੀਦਾ। ਵਿਚਾਰ ਜਿਹੜੀ ਆ ਵਿਚਾਰ ਕਰੋ ਤੇ ਵਿਚਾਰਾਂ ਨਾਲ ਹੱਲ ਜ਼ਰੂਰ ਨਿਕਲਦਾ। ਜਦੋਂ ਆਪਾਂ ਇੱਕ ਗੱਲ ਤੇ ਅੜ ਜਾਵਾਂਗੇ, ਜਿੱਦ ਕਰਾਂਗੇ
ਜਿਵੇਂ ਤ੍ਰਿਆ ਹੱਠ, ਰਾਜ ਹੱਠ, ਬਾਲ ਹੱਠ। ਤਾਂ ਹਾਂਜੀ ਮੈਂ ਸਮਝਦਾ ਭਾਈ ਰਣਜੀਤ ਸਿੰਘ ਦਾ ਬਾਲ ਹੱਠ ਹੀ ਆ ਬਚਪਨ ਦਾ, ਜਿੱਦਾਂ ਬਾਲ ਹੱਠ ਆ ਨਾ, ਉਸ ਹੱਠ ਤੇ ਆ ਕੇ ਇਸ ਮਸਲੇ ਦਾ ਹੱਲ ਨਹੀਂ ਚਾਹੁੰਦੇ, ਉਲਝਾ ਰਹੇ ਆ। ਹੁਣ ਜਿਹੜਾ ਉਹਨਾਂ ਨੇ ਕਹਿ ਤਾ, ਦੇਖੋ ਵੀ ਸਾਰਿਆਂ ਨਾਲ ਮੈਂ ਵਿਚਾਰ ਕਰਨ ਲਈ, ਉਹਨਾਂ ਨਾਲ ਗਿਆਨੀ ਹਰਪ੍ਰੀਤ ਸਿੰਘ ਨਾਲ ਕਰੂੰ, ਅਮਰੀਕ ਸਿੰਘ ਨਾਲ ਵੀ, ਬਲਜੀਤ ਸਿੰਘ ਨਾਲ ਮੈਂ ਨਹੀਂ ਕਰਦਾ, ਹੈ ਨਾ। ਕਾਰਨ ਉਹ ਕਹਿੰਦੇ ਵੀ ਕਹਿੰਦੇ ਵੀ ਜਿਹੜੇ ਮੇਰੇ ਦੀਵਾਨ ਰੋਕਣ ਆਏ ਆ ਜਾਂ ਜਿਹਨਾਂ ਮੈਨੂੰ ਟਾਈਮ ਦਿੱਤਾ, ਤੇ ਮੈਂ ਕਿਹਾ ਵੀ ਹੁਣ ਜਦੋਂ ਮਸਲੇ ਦਾ ਹੱਲ ਕੱਢਣਾ, ਕਿ ਮੈਨੂੰ ਵੀ ਇਹੀ ਕਹਿਣਾ ਪਊ ਜੇ ਰਜਨਾਲਾ ਸਾਹਿਬ ਵਾਂਗੂ, ਵੀ ਟਾਈਮ ਤੇਰਾ, ਜਗ੍ਹਾ ਤੇਰੀ, ਜਾਂ ਤੇਰੇ ਸਮਾਗਮ ਰੋਕਣ ਵਾਲਾ ਪਊਗਾ ਗੱਲ ਕਰਨ ਵਾਸਤੇ। ਤੇ ਗੱਲ ਉਹੀ ਆ, ਨਾਲੇ ਉਹੀ ਆ ਜਿਹਨਾਂ ਨੂੰ ਤੁਸੀਂ ਟੈਲੀਫੋਨ ਤੇ, ਜਿਹਨਾਂ ਨੂੰ ਤੁਸੀਂ ਬੁਲਾਉਂਦੇ ਸੀ, ਜਿਹਨਾਂ ਨਾਲ ਤੁਸੀਂ, ਜਿਹਨਾਂ ਦੇ ਟੈਲੀਫੋਨ ਤੇ ਤੁਸੀਂ ਜਾ ਕੇ ਦੀਵਾਨ ਲਾਉਂਦੇ ਸੀਗੇ, ਠੀਕ, ਤੁਹਾਨੂੰ ਤਾਂ ਪਤਾ ਹੀ, ਤੁਹਾਡੇ ਦਾ ਘਰ ਜਦੋਂ ਇੱਥੇ ਇੰਗਲੈਂਡ ਦੀ ਧਰਤੀ ਤੇ ਮੈਂ ਹਾਂਜੀ ਇੱਥੇ ਸੀ, ਇੱਥੇ ਉਹ ਆਏ ਸੀ ਤੁਹਾਡੇ ਭਰਾ ਦੇ ਘਰ ਹਾਂਜੀ, ਮੇਰੇ ਕੋਲੇ ਆ ਕੇ ਬੈਠ ਗਏ, ਸਾਰੀ ਰਾਤ ਬੈਠੇ ਰਹੇ, ਤੁਸੀਂ ਸਾਰੇ ਬਾਹਰ ਬੈਠੇ ਸੀਗੇ, ਹਾਂਜੀ ਤੇ ਸਾਰੀ ਸਾਰੀ ਰਾਤ ਮੇਰੇ ਕੋਲੇ ਜਿਹੜਾ ਸੀ ਬੈਠੇ ਵਿਚਾਰਾਂ ਕਰਦੇ ਰਹੇ। ਇਸ ਤੋਂ ਇਲਾਵਾ ਵੀ ਹੋਰ ਬਹੁਤ ਥਾਈ ਉਹਨਾਂ ਸਪੀਕਰ ਦੇ ਨੇ, ਵੀ ਇਹ ਕਹਿੰਦੇ ਸੀ ਵੀ ਸਾਡਾ ਸ਼ੇਰ ਆ ਗਿਆ, ਇਹ ਜੀ ਡਾਂਗ ਵਾਲਾ ਬਾਬਾ ਸਾਹਿਬ, ਮਤਲਬ ਸੰਤਿਆ ਜੀ ਨੇ ਸਾਰਿਆਂ ਨੂੰ, ਮਤਲਬ ਸੱਚੇ ਵਾਲੇ ਨੂੰ ਮੂਹਰੇ ਲਾਇਆ ਹੋਇਆ। ਹਾਂ ਨਹੀਂ, ਉਹ ਸਾਰਾ ਦੇਖੋ ਉਹਨਾਂ ਨੇ ਸਟੇਜਾਂ ਦੇ ਇਲਾਵਾ ਵੀ ਵਰਤ ਦਿੱਤੇ, ਜੋ ਅਸੀਂ ਸੰਘਰਸ਼ ਲੜਿਆ ਉਹਦੇ ਬਾਰੇ ਸਟੇਜਾਂ ਤੇ ਬਕਾਇਦਾ ਉਹਨਾਂ ਨੇ ਕਿਹਾ। ਮੈਨੂੰ ਆਪਣੇ ਸਥਾਨ ਦੇ ਉੱਤੇ ਵੀ ਲੈ ਕੇ ਗਏ, ਦੇਖੋ ਆਪਣੀ ਕੋਠੀ, ਆਪਣੀ ਰਹਾਇਸ਼ ਦੇ ਵਿੱਚ ਵੀ ਮੈਂ ਉਹਨਾਂ ਦੀ ਰਿਹਾ ਉੱਥੇ ਰਾਤ, ਠੀਕ ਹੈ, ਤੇ ਗੱਲਾਂ ਬਾਤਾਂ ਬੜੀਆਂ ਸਾਰੀ ਰਾਤ, ਸਵੇਰੇ ਦਿਨੇ ਵੀ ਗੱਲਾਂ ਬਾਤਾਂ, ਸਾਰੀ ਆਸੇ ਪਾਸੇ ਦੀ ਜਾਣਾ ਆਉਣਾ ਵੀ ਰੱਦ ਕਰਕੇ ਮੇਰੇ ਨਾਲ ਗੱਲਾਂ ਬਾਤਾਂ ਜਿਹੜੀਆਂ ਸਾਰੇ ਕਰਦੇ ਰਹੇ, ਜੋ ਹਾਲਾਤਾਂ ਬਾਰੇ, ਹੈ ਨਾ, ਜੋ ਠੀਕ ਹੈ। ਤਾਂ ਕਹਿਣ ਤੋਂ ਭਾਵ ਵੀ ਉਹੀ ਆ ਅੱਜ ਵਿਚਾਰ ਤੋਂ, ਬਾਕੀ ਅਸੀਂ ਇਹਦੇ ਚ ਕੋਈ ਕਿਸੇ ਨੂੰ ਨੀਵਾਂ ਨਹੀਂ ਦਿਖਾਉਣਾ ਚਾਹੁੰਦੇ, ਠੀਕ ਹੈ ਨਾ। ਸਤਿਗੁਰੂ ਵੀ ਕਹਿੰਦੇ ਕਬੀਰ ਸਾਹਿਬ ਤੇ ਹਮ ਬੁਰੇ, ਭਗਤਾਂ ਦੀ ਰਚਨਾ ਦੁਆਰਾ, ਹਮ ਤਾਂ ਅੱਜ ਭਲੋ ਸਭ ਕੋਈ, ਅਸੀਂ ਕਹਿੰਦੇ ਸਾਡੇ ਨਾਲੋਂ ਸਾਰੇ ਚੰਗੇ ਆ, ਅਸੀਂ ਸਭ ਤੋਂ ਬੁਰੇ ਆ, ਪਰ ਆਪਾਂ ਵਿਚਾਰ ਕਰੀਏ ਬੈਠ ਕੇ, ਅਸੀਂ ਕਿਸੇ ਨੂੰ ਨੀਵਾਂ ਨਹੀਂ ਦਿਖਾਉਣਾ ਚਾਹੁੰਦੇ, ਇਹਦੇ ਚ ਆਪਾਂ ਹੱਲ ਚਾਹੁੰਦੇ ਆ ਕਿ ਪੰਥ ਦਾ ਜਿਸ ਤਰ੍ਹਾਂ ਜਲੂਸ ਕੱਢਿਆ ਜਾ ਰਿਹਾ, ਜਿਸ ਤਰ੍ਹਾਂ ਕੌਮ ਦੇ ਹਾਲਾਤ ਬਣੇ ਹੋਏ ਆ, ਬਣਾਏ ਆ, ਕਿ ਕੰਮ ਤਾਂ ਹੋਰ ਬੜੇ ਆ ਕਰਨ ਵਾਲੇ, ਇਹ ਕਿਹੜੇ ਪਾਸੇ ਕੌਮ ਨੂੰ ਪਾਤਾ, ਕਿਹੜੇ ਪਾਸੇ ਸਾਰੇ ਪੰਥ ਦਾ ਧਿਆਨ ਖਿੱਚਦਾ। ਗੱਲ ਤਾਂ ਚੱਲ ਰਹੀ ਸੀ ਬਰਗਾੜੀ ਦੇ ਮੋਰਚੇ ਦੇ ਇਨਸਾਫ ਦੀ, ਕਿ ਜੋ ਬਰਗਾੜੀ ਬੇਅਦਬੀ ਹੋਈ ਆ, ਬਰਗਾੜੀ ਬੇਅਦਬੀ ਦਾ ਇਨਸਾਫ ਹੋਵੇ, ਬਹਿਬਲ ਕਾਂਡ ਦੇ ਦੋਸ਼ੀਆਂ ਨੂੰ ਪੂਰੀ ਜਿਹੜਾ ਹੈਗਾ ਇਨਸਾਫ ਮਿਲੇ, ਅੱਧ ਅਧੂਰਾ। ਜਿੰਨਾ ਕੁ ਉਹ ਕਹਿੰਦੇ ਬਰਗਾੜੀ ਤੋਂ ਵਿਹਲੇ ਹੋ ਗਏ ਸੀ, ਕਹਿੰਦੇ ਵੀ ਜਿੰਨੀ ਕੁ ਹਰ ਸਿੱਖ ਦਾ ਫਰਜ਼ ਆ, ਸਾਡੇ ਤੋਂ ਥੋੜੀ ਸੇਵਾ ਹੋਈ, ਤੁਸੀਂ ਬਹੁਤੀ ਕਰ ਲਓ। ਹੁਣ ਆਓ, ਮੈਦਾਨ ਖਾਲੀ ਹੈ, ਤੁਸੀਂ ਉਹਨਾਂ ਦਾ, ਬੰਦੀ ਸਿੰਘ ਜੇਲ੍ਹਾਂ 'ਚ ਬੈਠੇ 20-30 ਸਾਲ ਦੇ, ਉਹਨਾਂ ਦੀ ਰਿਹਾਈ ਲਈ, ਜੇ ਤੁਹਾਡਾ ਜਥੇਦਾਰ ਮਹਾਰਾ ਸਾਹਿਬ ਨਾਲ ਭਾਈ ਰਣਜੀਤ ਸਿੰਘ ਦਾ ਪਿਆਰ ਨਹੀਂ, ਭਾਈ ਰਾਜਵਾਣੇ ਦਾ ਨਾਲ ਰਣਜੀਤ ਸਿੰਘ ਦਾ ਪਿਆਰ ਨਹੀਂ, ਇੱਕ ਸਿੱਖ ਦਾ ਸਿੱਖ ਨਾਲ ਪਿਆਰ ਹੋਣਾ ਚਾਹੀਦਾ, ਕਿ ਤੁਹਾਡੇ ਵੀ ਉਹ ਕੁਛ ਲੱਗਦੇ ਆ, ਤੁਸੀਂ ਉਹਨਾਂ ਨਾਲ ਪਿਆਰ ਜਿਤਾਓ, ਜਿਹੜੇ ਕੋਈ 10-20 ਹਜ਼ਾਰ ਤੁਹਾਨੂੰ ਸੁਣਨ ਆਉਂਦੇ ਆ, 2 ਦਿਨ ਲੈ ਕੇ ਪਟਿਆਲੇ ਜੇਲ੍ਹ ਮੂਹਰੇ ਬੈਠੋ, ਤਿਹਾੜ ਜੇਲ੍ਹ ਮੂਹਰੇ ਬੈਠੋ, ਨਾਲੇ ਪਤਾ ਲੱਗੂਗਾ ਵੀ ਵਾਕਿਆ ਹੀ ਇਹ ਜਿਹੜੇ ਤੁਹਾਨੂੰ ਸੁਣਨ ਆਉਂਦੇ ਤੁਹਾਡੇ ਨਾਲ ਆ। ਨਹੀਂ, ਉਹ ਤਾਂ ਕਈ ਵਾਰੀ ਗੱਲ ਕਰਦੇ ਬਾਬਾ ਜੀ, ਇਹ ਵੀ ਗੱਲ ਕਹਿ ਜਾਂਦੇ ਆ, ਜਿੱਦਾਂ ਜਦੋਂ ਉਹਨਾਂ ਦੀ, ਮਤਲਬ ਗੌਰ ਦੇ ਨਾਲ ਸੁਣੋ, ਬਈ ਜਿਹੜਾ ਚੋਲੇ ਵਿੱਚ ਜਾਂ ਬਾਣੇ ਵਿੱਚ ਹਥਿਆਰ ਚੱਕਦਾ ਹੈ ਉਹ ਜੀ ਬਣ ਜਾਂਦਾ ਸ਼ਹੀਦ, ਤੇ ਜੇ ਕੋਈ ਉਦਾਂ ਚੱਕਦਾ ਉਹ ਗੈਂਗਸਟਰ ਫਰਾਨਾ ਤਕੜਾ। ਇਹ ਤਰਕ ਮਤਲਬ ਕਿੱਥੇ ਮਾਰਦੇ ਆ, ਉਹ ਕੀ ਕਹਿਣਾ ਚਾਹੁੰਦੇ ਆ? ਇੱਕ ਗੱਲ ਕਹਿਣਾ ਚਾਹੁੰਦਾ, ਦੇਖੋ ਉਹਨਾਂ ਦੀ ਲੜਾਈ ਜਿਹੜੀ ਕੁਛ ਹੋਰ ਤੇ ਲੈ ਗਏ ਪਾਸੇ ਨੂੰ, ਸ਼ਹੀਦਾਂ ਦੇ ਉੱਤੇ ਹੀ ਟੀਕਾ ਟਿੱਪਣੀ ਕਰ ਦਿੱਤੀ ਕੌਮ ਤੇ, ਫਿਰ ਤੁਸੀਂ ਚੋਲਾ ਕਾਹਤੋਂ ਪਾਇਆ? ਦੱਸੋ, ਤੁਸੀਂ ਲਾ ਦਿਓ ਚੋਲਾ, ਫਿਰ ਪੈਂਟ ਸ਼ਰਟ ਪਾ ਲਓ, ਹਨਾ ਭਾਈ ਰਣਜੀਤ ਸਿੰਘ, ਫਿਰ ਚੋਲਾ ਕਾਹਤੋਂ ਪਾਇਆ? ਦੂਜਿਆਂ ਨੂੰ ਕੰਡੈਮ ਕਰਦੇ, ਮੈਂ ਜੀ ਸ੍ਰੀ ਅਕਾਲ ਤਖਤ ਸਾਹਿਬ ਦੀ ਮਰਿਆਦਾ ਇੰਨ ਬਿੰਨ ਮੰਨਦਾ, ਕਿੱਥੇ ਹੈ ਇੰਨ ਬਿੰਨ? ਸ੍ਰੀ ਅਕਾਲ ਤਖਤ ਸਾਹਿਬ ਦੀ ਮਰਿਆਦਾ ਚ ਜਿਹੜੀ ਪ੍ਰਚਲਿਤ ਆ, ਉਹਦੇ ਚ ਲਿਖਿਆ ਹੋਇਆ ਜੋ ਸ਼੍ਰੋਮਣੀ ਕਮੇਟੀ ਵੱਲੋਂ ਛਪਦੀ ਆ, ਕਿ ਅੰਮ੍ਰਿਤ ਸੰਚਾਰ ਵਾਸਤੇ ਸ਼ਾਂਤ ਜਗ੍ਹਾ ਹੋਵੇ, ਆਵਾਜਾਈ ਲਾਂਘਾ ਨਾ ਹੋਵੇ, ਨਵੇਕਲੀ ਜਗ੍ਹਾ ਹੋਵੇ, 6 ਸਿੰਘ ਹੋਣ, 1 ਮਹਾਰਾਜ ਦੀ ਤਾਬਿਆ ਬੈਠੇ, 5 ਸਿੰਘ ਤਿਆਰ ਬਰ ਤਿਆਰ, ਤੇ ਉਹਦੇ ਚ ਸਿੰਘਣੀਆਂ ਨੂੰ ਵੀ ਸ਼ਾਮਿਲ ਕੀਤਾ ਜਾ ਸਕਦਾ। ਇਹ ਸ਼੍ਰੋਮਣੀ ਕਮੇਟੀ ਦੀ ਪ੍ਰਚਲਿਤ ਛਪੀ ਹੋਈ ਮਰਿਆਦਾ ਚ ਛਪਿਆ ਹੋਇਆ ਵਾ, ਬਕਾਇਦਾ ਅੰਮ੍ਰਿਤ ਸੰਚਾਰ ਦੇ ਹੈਡਿੰਗ ਦੇ ਹੇਠ। ਠੀਕ ਹੈ, ਮੈਨੂੰ ਤੁਸੀਂ ਦੱਸੋ, ਪਹਿਲੀ ਗੱਲ ਤਾਂ ਭਾਈ ਰਣਜੀਤ ਸਿੰਘ ਨੇ ਕਿੱਥੇ ਬੀਬੀਆਂ ਨੂੰ ਅੰਮ੍ਰਿਤ ਸੰਚਾਰ ਚਲਾਇਆ ਵਾ?
ਠੀਕ ਹੈ। ਉਹਦੇ ਜਿਦਾਂ ਲਿਖਿਆ ਹੋਇਆ, ਉਹ ਕਹਿੰਦੇ ਮੈਂ ਇਹਨੂੰ ਭਿੰਨ ਮੰਨਦਾ, ਹਾਂ ਅੱਜ ਤੱਕ ਜਿੰਨੇ ਅੰਮ੍ਰਿਤ ਸੰਚਾਰ ਭਾਈ ਰਣਜੀਤ ਸਿੰਘ ਨੇ ਕੀਤੇ, ਸਿੰਘ ਹੀ ਪੰਜ ਪਿਆਰਿਆਂ ਚ ਲੱਗੇ ਆ, ਬੀਬੀਆਂ ਨੂੰ ਕਿੱਥੇ ਲਾਇਆ ਵਾ, ਜਾਂ ਸ਼੍ਰੋਮਣੀ ਕਮੇਟੀ ਜਿਹੜੀ ਮਰਿਆਦਾ ਛਾਪਦੀ ਆ ਪ੍ਰਚਲਿਤ ਮਰਿਆਦਾ, ਮੈਨੂੰ ਇੱਕ ਵੀ ਪ੍ਰਮਾਣ ਦੇ ਦਿਓ ਵੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਕਿਤੇ ਬੀਬੀਆਂ ਨੂੰ ਅੰਮ੍ਰਿਤ ਸੰਚਾਰ ਦੇ ਵਿੱਚ ਪੰਜ ਪਿਆਰਿਆਂ ਚ ਲਾਇਆ ਹੋਵੇ ਠੀਕ ਹੈ ਕਿਤੇ ਵੀ। ਕਈ ਜਾਂਦੇ ਇੰਨ ਬਿੰਨ ਮੰਨਦੇ ਆ, ਜਦੋਂ ਅਸੀਂ ਇਹ ਗੱਲ ਕਹਿੰਦੇ, ਕਈ ਕਹਿੰਦੇ ਜੀ ਮਰਿਆਦਾ ਤੋਂ ਭਗੌੜੇ ਆ ਬਾਗੀ ਆ, ਮਰਿਆਦਾ ਤੋਂ ਬਾਕੀ ਜਿਹੜਾ ਮਰਿਆਦਾ ਦਾ ਖਰੜਾ ਤਿਆਰ ਹੋਇਆ ਸੀ ਉਹ ਪ੍ਰਮਾਣਿਤ ਨਹੀਂ ਸੀ ਹੋਇਆ। ਉਹਦੇ ਵਿੱਚ 1933 ਦੀ ਗੱਲ ਆ ਜਿਹੜੀ ਕਿ ਉੱਥੇ ਜਿਹੜੀ ਗਰਮਾ ਗਰਮ 2 ਦਿਨ ਬਹਿਸ ਹੋਈ, ਬਹਿਸ ਤੋਂ ਬਾਅਦ ਅਣਮਿੱਥੇ ਸਮੇਂ ਲਈ ਉਹ ਮੁਲਤਵੀ ਹੋ ਗਈ। ਬਾਅਦ ਚ ਆਪਣੇ ਤਰੀਕੇ ਚੋਰ ਮੁੜੀ ਤਰੀਕੇ ਨਾਲ SGPC ਨੇ ਉਹਨੂੰ ਛਪਾਉਣਾ ਸ਼ੁਰੂ ਕਰਤਾ ਖਰੜੇ ਨੂੰ, ਉਹਨੂੰ ਪ੍ਰਮਾਣਿਤ ਦੇ ਰੂਪ ਚ ਕੋਈ ਸਰਬ ਹਿੰਦ ਮਿਸ਼ਨ ਬੋਰਡ ਵੀ ਬਣਿਆ ਸੀਗਾ, ਸਿੱਖ ਬੋਰਡ ਉਦੋਂ ਜਿਹੜੇ ਸੀ ਆਪਣਾ ਭੀਮ ਰਾਓ ਅੰਬੇਦਕਰ ਉਹ ਸਿੱਖ ਪੰਥ ਚ ਸ਼ਾਮਿਲ ਕਰਨ ਲਈ ਉਹਨਾਂ ਨਾਲ ਵਿਚਾਰ ਚਰਚਾ ਕਰਨ ਲਈ, ਫਿਰ ਉਹਨਾਂ ਨੇ ਜਿਹੜਾ ਧਿਆਨ ਨਹੀਂ ਦਿੱਤਾ ਤੇ ਉਹ ਚਲੋ ਗੱਲਾਂ ਬਾਤਾਂ ਹੋਰ ਬੜੀਆਂ ਕਿ ਉਹ ਬੁੱਧ ਧਰਮ ਨੂੰ ਉਹਨਾਂ ਨੇ ਜੁਆਇਨ ਕਰ ਲਿਆ ਹਨਾ। ਸੋ ਇਸ ਤਰੀਕੇ ਨਾਲ ਉਸ ਸਮੇਂ ਜਿਹੜਾ ਮਰਿਆਦਾ ਦਾ ਮਸਲਾ ਸੀਗਾ ਉਸ ਵੇਲੇ ਬਹੁਤ ਹਾਈਲਾਈਟ, ਤੁਸੀਂ ਵਿਦਵਾਨਾਂ ਨੂੰ ਸੁਣੋ ਜਿਹੜੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਵੀ ਰਹੇ ਆ, SGPC ਦੇ ਮੈਂਬਰ ਜਾਂ ਸ਼੍ਰੋਮਣੀ ਕਮੇਟੀ ਧਰਮ ਪ੍ਰਚਾਰ ਕਮੇਟੀ ਦੇ ਮੈਂਬਰ, ਉਹਨਾਂ ਨੇ ਵੀ ਕਿਹਾ ਕਿ ਇਹ ਪੰਥ ਪ੍ਰਚਲਿਤ ਮਰਿਆਦਾ ਵਾ, ਪ੍ਰਵਾਨਿਤ ਮਰਿਆਦਾ ਨਹੀਂ। ਇੱਕ ਪੰਥ ਪ੍ਰਵਾਨਿਤ ਸ਼ਬਦ ਜਿਹੜਾ ਹੁੰਦਾ ਉਹ ਹੁੰਦਾ ਸਰਬੱਤ ਖਾਲਸੇ ਦਾ, ਵੀ ਸਾਰਿਆਂ ਨੂੰ ਸਰਬੱਤ ਖਾਲਸੇ ਨੂੰ ਸਾਰਿਆਂ ਨੂੰ ਪ੍ਰਵਾਨਿਤ ਹੈ ਸਾਰੇ ਖਾਲਸੇ। ਉਹ ਮਰਿਆਦਾ ਜਿਹੜੀ ਸ਼੍ਰੋਮਣੀ ਕਮੇਟੀ ਛਾਪਦੀ ਵੀ ਆ ਜਾਂ ਜਿਹਨੂੰ ਕਹਿੰਦੇ ਤੁਸੀਂ ਖਰੜਾ ਸੀ ਜਾਂ ਪ੍ਰਚਲਿਤ ਮਰਿਆਦਾ ਕਹਿੰਦੇ, ਉਹਦੇ ਤੇ ਉਸ ਵੇਲੇ ਤੇ ਕਿਸੇ ਜਥੇਦਾਰ ਦੇ ਸਾਈਨ ਨਹੀਂ ਗਏ, ਕੋਈ ਦਸਤਖਤ ਨਹੀਂ। ਬਿਲਕੁਲ, ਹੁਣ ਵੀ ਦੇਖੋ ਉਹਦੇ ਤੇ ਇੱਕ ਗੱਲ ਹੋਰ ਆ, ਸਾਰੀਆਂ ਸੰਪਰਦਾਵਾਂ ਟਕਸਾਲਾਂ ਦੇ ਵਿੱਚ ਜਿਸ ਤਰ੍ਹਾਂ ਪਰੰਪਰਾਵਾਂ ਚੱਲੀਆਂ ਆਉਂਦੀਆਂ, ਪਰ ਉਹਨਾਂ ਦਾ ਕਦੇ ਰੌਲਾ ਨਹੀਂ ਸ੍ਰੀ ਅਕਾਲ ਤਖਤ ਸ਼੍ਰੋਮਣੀ ਕਮੇਟੀ ਦੇ ਨਾਲ, ਠੀਕ ਹੈ, ਜਿਹੜੇ ਉੱਥੇ ਸੇਵਾ ਨਿਭਾ ਰਹੇ ਆ ਉਹਨਾਂ ਨਾਲ ਕਦੇ ਟਕਰਾਅ ਨਹੀਂ, ਉਹ ਸਾਰੇ ਇੱਕ ਦੂਜੇ ਦੇ ਸਾਥ ਆ। ਜਿਵੇਂ ਕੱਲ ਹੀ ਸਮੁੱਚੀਆਂ ਨਿਹੰਗ ਸਿੰਘ ਜਥੇਬੰਦੀਆਂ ਸ੍ਰੀ ਅਕਾਲ ਤਖਤ ਸਾਹਿਬ ਤੇ ਇਕੱਤਰ ਹੋਈਆਂ, ਗਿਆਨੀ ਹਰਪ੍ਰੀਤ ਸਿੰਘ ਨੂੰ ਉੱਥੇ ਮਿਲੀਆਂ ਹਨਾ, ਸਾਰਿਆਂ ਨੇ ਜਿਹੜਾ ਹੈਗਾ ਉਹ ਪੰਥ ਨੂੰ ਏਕਤਾ ਦਾ ਸੱਦਾ ਦਿੱਤਾ। ਉਹਨਾਂ ਦੀਆਂ ਭਾਵੇਂ ਕੁਛ ਡਿਫਰੈਂਸਸ ਵੀ ਆ ਜੋ ਉਹਨਾਂ ਦੀਆਂ ਪਰੰਪਰਾਵਾਂ ਚੱਲਦੀਆਂ ਨੇ, ਪਰ ਉਹਨਾਂ ਦਾ ਤਕਰਾਰ ਨੀ, ਲੜਾਈ ਨੀ ਇੱਕ ਦੂਜੇ ਨੂੰ, ਸ੍ਰੀ ਅਕਾਲ ਤਖਤ ਸਾਹਿਬ ਨੂੰ ਚੈਲੰਜ ਨੀ ਆ। ਇੱਥੇ ਤਾਂ ਭਾਈ ਰਣਜੀਤ ਸਿੰਘ ਪਤਾ ਨੀ ਕਿਉਂ ਕੀ ਉਹਨਾਂ ਦੇ ਦਿਮਾਗ ਚ ਉਹਦਾ ਸਿੱਧਾ ਅਕਾਲ ਤਖਤ ਸਾਹਿਬ ਨੂੰ ਚੈਲੰਜ ਕਰੀ ਜਾ ਰਹੇ ਆ ਮਰਿਆਦਾ ਦੇ ਨਾਂ ਤੇ। ਫਿਰ ਮਰਿਆਦਾ ਦੇ ਜਿਹੜੇ ਹੋਰ ਬਹੁਤ ਕੁਛ ਆ ਵਿੱਚ, ਮੈਨੂੰ ਦੱਸਣ ਵੀ ਭਾਈ ਰਣਜੀਤ ਸਿੰਘ ਸਾਰਾ ਕੁਛ ਮੰਨਦੇ ਆ। ਮਰਿਆਦਾ ਤੇ ਇੱਕ ਵੱਡੀ ਗੱਲ ਹੈ, ਜਿੱਦਾਂ ਮਤਲਬ ਤੁਸੀਂ ਵੀ ਕੀ ਹੈ ਕੀਰਤਨ ਪ੍ਰਚਾਰ ਕਰਦੇ ਆ ਉਹ ਵੀ ਕਰਦੇ ਆ, ਜਿੱਦਾਂ ਹੁਣ ਜਿਹੜੀਆਂ ਧਾਰਨਾ ਆ ਇਹ ਵੀ ਮਰਿਆਦਾ ਦੇ ਵਿੱਚ। ਹਾਂ, ਉਹਦੇ ਵਿੱਚ ਜਦੋਂ ਆਪਾਂ ਧਾਰਨਾ ਦੇਖੋ, ਰਾੜੇ ਵਾਲੀ ਸੰਪਰਦਾ ਧਾਰਨਾ ਪੜ੍ਹਦੀ ਆ, ਸੰਗ ਸੱਚ ਵੀ ਧਾਰਨਾ ਪੜ੍ਹੀ ਜਾਂਦੀਆਂ, ਸੰਤ ਜਰਨੈਲ ਸਿੰਘ ਵੀ ਪੜ੍ਹਦੇ ਹੁੰਦੇ ਸੀ, ਪੰਛੀ ਗੱਲਾਂ ਇਹਦੇ ਮਗਰ ਸਰਕਾਰੀ ਬਹੁਤੇ, ਸੰਤ ਕਰਤਾਰ ਸਿੰਘ ਵੀ ਪੜ੍ਹਦੇ, ਜਰ ਜਾਵੇ ਤਾਂ ਜਾਵੇ ਮੇਰਾ ਸਿੱਖੀ ਸਦਕ ਨਾ ਜਾਵੇ, ਜਦੋਂ ਉਹਨਾਂ 37 ਮਹਾਨਗਰ ਕੀਰਤਨ ਕੱਢੇ ਆ। ਠੀਕ ਹੈ, ਤੇ ਇਹ ਧਾਰਨਾ ਹੀ ਆ, ਇਹ ਲਫ਼ਜ਼ ਜਿਹੜਾ ਹੈਗਾ ਠੀਕ ਹੈ ਵਰਤਿਆ ਜਾਂਦਾ, ਤੇ ਆਪਾਂ ਸਿੱਖੀ ਨਾਲ ਜੋੜਨ ਦਾ ਯਤਨ ਹੁੰਦਾ ਇਹ ਧਾਰਨਾ ਦੇ ਰਾਹੀਂ, ਵੀ ਚਲੋ ਸਿੱਖੀ ਨਾਲ ਗੁਰੂ ਦੇ ਇਤਿਹਾਸ ਨੂੰ ਜਾਂ ਗੁਰੂ ਦੀ ਬਾਣੀ ਦੇ ਅਰਥਾਂ ਨੂੰ ਧਾਰਨਾ ਚ ਗਾ ਕੇ ਸੰਗਤ ਨੂੰ ਜੋੜਨਾ। ਪਰ ਜਿਹੜੀ ਪ੍ਰਚਲਿਤ ਮਰਿਆਦਾ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਸ਼੍ਰੋਮਣੀ ਕਮੇਟੀ ਛਾਪਦੀ, ਉਹਦੇ ਚ ਬਕਾਇਦਾ ਲਿਖਿਆ ਕਿ ਵਾਧੂ ਧਾਰਨਾ ਜਿਹੜੀ ਆ ਤੁਕ ਤੋਂ ਬਾਹਰ ਨਹੀਂ ਲਾਉਣੀ, ਭਾਈ ਰਣਜੀਤ ਸਿੰਘ ਉਹ ਵੀ ਪੜ੍ਹਦੇ ਆ। ਫਿਰ ਇਹਨੂੰ ਬਿਨ ਮਰਿਆਦਾ ਵਾਲੀ ਗੱਲ ਹੈ ਕਿੱਥੇ ਆ? ਇਹ ਤਾਂ ਐਵੇਂ ਕੁਝ ਸੰਗਤਾਂ ਨੂੰ ਮੈਂ ਸਮਝਦਾ ਸ੍ਰੀ ਅਕਾਲ ਤਖਤ ਸਾਹਿਬ ਦੇ ਨਾਂ ਤੇ ਗੁੰਮਰਾਹ ਕਰਕੇ। ਅਸੀਂ ਤੁਹਾਡੇ ਤੋਂ ਥੋੜਾ ਜਿਹਾ ਇਹ ਵੀ ਸਪਸ਼ਟ ਕਰਾਉਣਾ ਚਾਹੁੰਦੇ ਆ, ਕਰਨਾ ਚਾਹੁੰਦੇ ਆ ਵੀ ਆਮ ਲੋਕਾਂ ਦਾ ਸਵਾਲ ਆ ਕਿ ਲੜਾਈ ਵਰਸਸ ਦਮਦਮੀ ਟਕਸਾਲ ਤੇ ਭਾਈ ਰਣਜੀਤ ਸਿੰਘ ਦੀ ਆ, ਕੀ ਇਹ ਸੱਚ ਹੈ? ਨਹੀਂ, ਬਿਲਕੁਲ ਨਹੀਂ ਆ। ਦੇਖੋ ਜਿਹੜੀ ਸ਼ੁਰੂਆਤ ਸੀਗੀ, ਝਗੜਾ ਸੀ ਉਹ ਬਾਬੇ ਹਰਨਾਮ ਸਿੰਘ ਦਾ ਤੇ ਭਾਈ ਰਣਜੀਤ ਸਿੰਘ ਦਾ ਸੀਗਾ, ਪਰ ਭਾਈ ਰਣਜੀਤ ਸਿੰਘ ਨੇ ਉਹ ਝਗੜਾ ਵੀ ਕਿੱਦਾਂ ਸਟਾਰਟ ਹੋਇਆ ਉਹਦੇ ਪਿੱਛੇ ਵੀ ਤੁਹਾਨੂੰ ਵੀ ਪਤਾ, ਇੱਥੇ ਸ਼ਾਇਦ ਬਾਬਾ ਸੰਘ ਗੁਰਦੁਆਰਾ ਸਮੇਤ ਗਏ, ਇੱਥੇ ਭਾਈ ਰਣਜੀਤ ਸਿੰਘ ਬੋਲ ਰਿਹਾ ਸੀ ਜਾਂ ਕੋਈ ਹੋਰ ਸਟੇਜ ਉੱਥੇ ਗਏ, ਸਾਹਿਬ ਦੀ ਪੱਗ ਲੀਰਾਂ ਲੀਰਾਂ ਕਰਤੀ ਜੀ, ਕਹਿੰਦਾ
ਹੁਣ ਬਾਬੇ ਜਰਨੈਲ ਸਿੰਘ ਦੀ ਪੱਗ ਲੀਰਾਂ ਲੀਰਾਂ ਕਰਤੀ ਜੀ, ਉਹ ਪੱਗ ਦਾ ਦੇਖੋ ਤੁਸੀਂ ਰਾੜੇ ਸੰਪਰਦਾ ਚ ਪੜ੍ਹੇ, ਤੁਹਾਨੂੰ ਕੀ ਹੱਕ ਆ ਕਿ ਤੁਸੀਂ 95 ਟਕਸਾਲ ਦੀ ਪੱਗ ਤੇ ਬੋਲੋ, ਹਨਾ। ਹਾਂਜੀ ਜੇ ਕੋਈ ਨਿੱਜੀ ਮਤਭੇਦ ਵੀ ਹੈ ਜਾਂ ਕਿਸੇ ਨਾਲ ਕੋਈ ਉਸ ਤਰ੍ਹਾਂ, ਉਹਨਾਂ ਨੂੰ ਜਿਹੜਾ ਹੈਗਾ ਸਟੇਜਾਂ ਦੇ ਉੱਤੇ ਪ੍ਰਚਾਰਨਾ, ਹਨਾ, ਜਾ ਕੇ ਬਹਿਣਾ, ਲੜਨਾ ਲੜਨਾ ਸਰਸੇ ਵਾਲੇ ਨਾਲ ਲੜੋ, ਲੜਨਾ ਭਣਿਆਰੇ ਨਾਲ ਲੜੋ, ਲੜਨਾ ਜਿਹੜੇ ਦੇਹਧਾਰੀ ਗੁਰੂ ਬਣੇ ਬੈਠੇ ਸਰਕਾਰ ਨੇ ਉਹਨਾਂ ਨਾਲ ਕਿੰਨੇ ਲੜੋ, ਹੱਕ ਆ ਲੜਨਾ ਪੰਜਾਬ ਦੇ। ਕਿੰਨੇ ਮਸਲੇ ਆ ਉਹਨਾਂ ਦੇ, ਤੁਸੀਂ ਆਪਸ ਇਸ ਪਾਸੇ ਲੜਾਈ ਤਾਂ ਸੀ, ਬਾਬੇ ਹਰਨਾਮ ਸੋਹਣਾ ਪੈਦਾ ਕੀਤੀ ਰਣਜੀਤ ਸਿੰਘ ਨੇ, ਠੀਕ ਹੈ, ਫਿਰ ਜਦੋਂ ਉਹਨਾਂ ਨੇ ਕਿਤੇ ਮਾੜਾ ਜਿਹਾ ਕਹਿ ਦਿੱਤਾ ਵੀ ਇਹ ਘੱਗਰੀ ਲਾਲ ਰੰਗ ਦੇ ਚੋਲੇ ਜਾਂ ਹੋਰ ਏਦਾਂ ਦੇ ਵੀ ਕੱਪੜੇ ਰੰਗ ਬਿਰੰਗੇ ਪਾਉਣੇ ਪੰਥ ਦੇ ਖਿਲਾਫ਼ ਬੋਲ, ਫਿਰ ਇਹਨਾਂ ਨੇ ਉਹਨੂੰ ਬਾਗੜ ਬਿੱਲਾ ਉਹਨਾਂ ਨੂੰ ਕਹਿਣਾ, ਹਾਂਜੀ ਜਿਹੜਾ ਵੇਟਰ ਗਿਆ, ਹਨਾ, ਅਪਸ਼ਬਦ ਬੋਲੇ ਬਹੁਤ ਹੈ। ਹਾਂ, ਸੇਵਾ ਦੀ ਭਾਵਨਾ ਚਲੋ ਹੁੰਦੀ ਆ ਕਿਸੇ ਤਰ੍ਹਾਂ ਵੀ, ਭਾਵੇਂ ਕੋਈ ਲੀਡਰ ਆ ਜੇ, ਸੰਗਤ ਆ ਜੇ, ਜਾਂ ਬਾਬਾ ਠਾਕਰ ਸਿੰਘ ਜੀ ਸੰਗਤ ਦੇ ਵਿੱਚ ਪ੍ਰਸ਼ਾਦ ਵਰਤਾਉਂਦੇ ਹੁੰਦੇ ਸੀਗੇ, ਸਾਰੇ ਤਕਰੀਬਨ ਸਾਧੂ ਸੰਤ ਮਹਾਤਮਾ ਸੰਗਤ ਵਿੱਚ ਸੇਵਾ ਕਰਦੇ ਆ, ਤਾਂ ਉਹਨੂੰ ਆਪਾਂ ਵੇਟਰ ਕਹੀਏ, ਵੇਟਰ ਤਾਂ ਲਫ਼ਜ਼ ਠੀਕ ਨਹੀਂ ਸੀ ਨਾ। ਤੇ ਇਸ ਕਾਰਨ ਕਰਕੇ ਮੈਂ ਮੇਰੇ ਭਾਵੇਂ ਨਿੱਜੀ ਤੌਰ ਤੇ ਬਾਬੇ ਹਰਨਾਮ ਸੋਹਣਾ ਮਤਭੇਦ ਹੋਣ, ਪਰ ਜਿਹੜੀ ਗੱਲ ਸਹੀ ਹੈ ਸਹੀ ਹੈ, ਜਿਹੜੀ ਗਲਤ ਆ ਉਹ ਗਲਤ ਆ। ਭਾਈ ਰਣਜੀਤ ਸਿੰਘ ਨਾਲ ਵੀ ਮੇਰਾ ਕੋਈ ਜਾਤੀ ਵਿਵਾਦ ਤਾਂ ਹੈ ਨਹੀਂ, ਮੇਰੇ ਨਾਲ ਤੇ ਇੰਨਾ ਜ਼ਿਆਦਾ ਉਹਨਾਂ ਦਾ ਪਿਆਰ ਸਤਿਕਾਰ ਤੁਹਾਨੂੰ ਵੀ ਪਤਾ, ਮੈਂ ਇਹਦੇ ਚ ਇਨਵਾਲਵ ਵੀ ਹੋਣ ਵੀ, ਮੈਨੂੰ ਉਹਨਾਂ ਦੇ ਕੁਛ ਬੰਦਿਆਂ ਨੇ ਕਿਹਾ ਵੀ ਤੁਹਾਨੂੰ ਤਾਂ ਵੱਡੇ ਭਰਾ ਸਮਝਦੇ ਆ, ਅੱਛਾ ਜੀ, ਤੇ ਤੁਸੀਂ ਜਿਹੜਾ ਉਹਨਾਂ ਨਾਲ ਕਿਉਂ, ਮੈਂ ਕਿਹਾ ਵੀ ਗੱਲ ਰਣਜੀਤ ਸਿੰਘ ਦੀ ਨਹੀਂ ਆ, ਗੱਲ ਪੰਥ ਦੀ, ਕੌਮ ਦੀ, ਤੇ ਅਸੀਂ ਕੌਮ ਦੇ ਆ, ਪੰਥ ਦੇ ਆ, ਸੇਵਾਦਾਰ ਆ, ਸਿੱਖ ਆ, ਤੇ ਸਾਡਾ ਫਰਜ਼ ਆ ਉਹਨਾਂ ਨਾਲ ਜਿਹੜੀ ਆ ਗੱਲਬਾਤ ਅਸੀਂ ਕਰਨੀ ਇਸ ਮਸਲੇ ਤੇ, ਵੀ ਇਸ ਚੀਜ਼ ਨੂੰ ਤੁਸੀਂ ਜਿਹੜਾ ਹੈਗਾ ਨਿਬੇੜੋ, ਇਸ ਵਿਵਾਦ ਨੂੰ ਵਧਾਓ ਨਾ, ਕੰਮ ਬਹੁਤ ਕਰਨ ਵਾਲੇ ਆ ਪੰਥ ਦੇ ਅੰਦਰ। ਤੁਸੀਂ ਕਿਹਾ ਸਾਰੇ ਇਤਿਹਾਸ ਨੂੰ ਰੱਦ ਕਰੀ ਜਾਂ, ਇਤਿਹਾਸ ਵੀ ਦੇਖੋ ਹੁਣ, ਸ਼੍ਰੋਮਣੀ ਕਮੇਟੀ ਗਿਆਨੀ ਕਿਰਪਾਲ ਸਿੰਘ ਕਸੇਲ ਉਹਨਾਂ ਨੇ ਕਈ ਬੁੱਕਾਂ ਜਿਹੜੀਆਂ ਛਾਪ ਦਿੱਤੀਆਂ ਨੇ, ਮੈਂ ਅੱਜ ਦਰਸ਼ਨ ਨਹੀਂ ਕੀਤੇ, ਪਰ ਉਹ ਕਹਿੰਦੇ ਉਹਨਾਂ ਨੇ ਜਿਹੜੀਆਂ ਵਿਵਾਦਿਤ ਸਾਖੀਆਂ ਉਹ ਕੱਢ ਦਿੱਤੀਆਂ, ਠੀਕ ਹੈ, ਕਿ ਉਹਨਾਂ ਨੂੰ ਜਿਹੜਾ ਉਹ ਪਿਛਲੇ ਪਾਸੇ ਲੈ ਗਏ ਆ, ਤੇ ਉਹਨਾਂ ਦੱਸਿਆ ਵੀ ਭਾਈ ਵੀਰ ਸਿੰਘ ਨੇ ਵੀ ਇਹਨਾਂ ਦੇ ਉੱਤੇ ਜਿਹੜਾ ਸੀਗਾ ਟੂਕਾਂ ਲਿਖੀਆਂ ਸੀਗੀਆਂ। ਮਤਲਬ ਹੱਲ ਹੋ ਸਕਦਾ ਕੋਈ ਇਦਾਂ ਦਾ ਮਸਲਾ ਤਾਂ ਨਹੀਂ ਹੋ ਸਕਦਾ? ਦੇਖੋ, ਹੱਲ ਕੱਢਣ ਵਾਸਤੇ ਸੁਰਪ੍ਰਤਾਪ ਸੂਰਜ ਗ੍ਰੰਥ ਭਾਈ ਰਣਜੀਤ ਸਿੰਘ ਨੂੰ ਦੇ ਦਿੰਦੇ ਆ, ਠੀਕ ਹੈ, ਉਹਨੂੰ ਕਹਿ ਦਿੰਦੇ ਆ ਵੀ ਲੈ ਭਾਈ ਤੂੰ ਇਹਦੇ ਤੇ ਜਿਹੜੀ ਆ ਜੋ ਕੱਢਣ ਵਾਲਾ ਕੱਢ ਦੇ, ਜੋ ਪਾਉਣ ਵਾਲਾ ਪਾ ਦੇ, ਹਾਂ, ਜੋ ਵਿੱਚ ਰੱਖਣ ਵਾਲਾ ਹੋਵੇ ਤੇ ਦੱਸ, ਉਹ ਬਾਅਦ ਚ ਵਿਦਵਾਨ ਦੇਖ ਲੈਣਗੇ ਸਾਰਾ ਹੀ ਰੱਦ ਕਰਦੇ ਆ। ਫਿਰ ਸਾਰਾ ਤਾਂ ਫਿਰ ਇਤਿਹਾਸ ਦਾ ਸਰੋਤ ਵੀ ਬੰਦੇ ਦਾ ਲਿਖਿਆ ਹੋਇਆ ਇਤਿਹਾਸ ਹੈ, ਇਹਨੂੰ ਕੋ ਤੇ ਭਾਈ ਰਣਜੀਤ ਸਿੰਘ ਵੀ ਬੰਦਾ ਵਾ, ਭਾਈ ਰਣਜੀਤ ਸਿੰਘ ਕੀ ਆ ਫਿਰ ਦੱਸੋ, ਭਾਈ ਰਣਜੀਤ ਸਿੰਘ ਵੀ ਤਾਂ ਬੰਦਾ ਹੀ ਆ ਨਾ, ਜਿਹੜੀਆਂ ਗੱਲਾਂ ਕਹਿ ਰਿਹਾ ਬੰਦੇ ਹੀ ਲਿਖਦੇ ਹੁੰਦੇ ਇਤਿਹਾਸ। ਉਹਨਾਂ ਨੂੰ ਕੋਈ ਇਲਹਾਮ ਹੋ ਗਿਆ ਹੋਵੇ, ਕੋਈ ਰੱਬੀ ਨਹੀਂ, ਜਿਹੜੇ ਏਡੇ ਏਡੇ ਵਿਦਵਾਨ ਹੋਏ ਆ, ਜਿਨ੍ਹਾਂ ਨੇ ਏਡੀ ਏਡੀ ਮਿਹਨਤ ਕਰਕੇ, ਜਿਨ੍ਹਾਂ ਚੂੜਾਮਣੀ ਕਵੀ ਦਾ ਖਿਤਾਬ ਆ, ਉਹਨਾਂ ਕੋਈ ਇਲਹਾਮ ਹੀ ਨਹੀਂ ਸੀਗਾ, ਉਹਨਾਂ ਨੇ ਏਡਾ ਵੱਡਾ, ਏਡੀਆਂ ਕਵਿਤਾਵਾਂ, ਮੈਂ ਕਹਿੰਦਾ ਭਾਈ ਰਣਜੀਤ ਸਿੰਘ ਹੁਣ ਨਾਲੇ ਸਮਾਗਮਾਂ ਤੋਂ ਵੀ ਵਿਹਲੇ ਆ, ਉਹਨਾਂ ਨੇ ਬੰਦ ਕੀਤੇ ਸਮਾਗਮ, ਤਾਂ ਮੈਂ ਕਹਿੰਦਾ 2-4 ਮਹੀਨੇ ਜਾਂ ਸਾਲ ਦੇ ਵਿੱਚ ਕੋਈ ਗ੍ਰੰਥ ਹੀ ਲਿਖ ਦੇਣ, ਇੱਦਾਂ ਦਾ ਸੰਦਾਬੰਦੀ ਦੇ ਵਿੱਚ ਲਿਖਣ, ਪਤਾ ਲੱਗੇ ਸੰਦਾਬੰਦੀ ਦੇ ਵਿੱਚ ਛੰਦ 4 ਲਾਈਨਾਂ ਨਹੀਂ ਲਿਖੀਆਂ ਜਾਂਦੀਆਂ, ਉਹ ਕਹਿੰਦੇ ਸੰਦਾਬੰਦੀ ਚ ਲਿਖਿਆ ਜਾਵੇ ਫਿਰ ਪਤਾ ਲੱਗੇ, ਏਡੀ ਵੱਡੀ ਮਿਹਨਤ, ਏਡਾ ਵੱਡਾ ਸਾਡਾ ਇਤਿਹਾਸ, ਉਹਨੂੰ ਤੁਸੀਂ ਖਤਮ ਕਰੀ ਜਾ ਰਹੇ ਆ ਉਹਦੇ ਚ। ਜੇ ਕੋਈ ਅਸੀਂ ਕਹਿੰਦੇ ਭਾਈ ਰਣਜੀਤ ਸਿੰਘ ਨੂੰ ਕਹਿ ਦਿੰਦੇ ਵੀ ਤੂੰ ਇਹਦੇ ਤੇ ਕਰ ਕੰਮ, ਤੂੰ ਕੱਢ ਦੇ ਵਿਵਾਦ ਸਾਖੀਆਂ, ਬਾਅਦ ਪੰਥ ਵਿਚਾਰ ਲੂਗਾ। ਉਹਨਾਂ ਤਾਜ਼ੀ ਇੰਟਰਵਿਊ ਚ ਇਹ ਕਿਹਾ ਕਿ ਤੁਸੀਂ ਮੇਰੇ ਕੋਲ ਇੱਥੇ ਪੜ੍ਹੇ ਲਿਖੇ ਬੰਦੇ ਜਿਹੜੇ ਐਜੂਕੇਟਡ ਬੰਦੇ ਜਿਹਨਾਂ ਡਿਗਰੀਆਂ ਕੀਤੀਆਂ ਲਿਆਓ, ਤੇ ਮੈਂ 1 ਘੰਟੇ ਚ ਉਹਨਾਂ ਨੂੰ ਮਤਲਬ ਜਿਹੜੀ ਆ ਉਹ ਚੀਜ਼ ਲਾਊਗਾ, ਤੇ ਮੈਂ ਉਹ ਮਤਲਬ ਪ੍ਰਚਾਰਕ ਬਣ ਜਾਣਗੇ 1 ਘੰਟੇ ਦੇ ਵਿੱਚ। ਹਾਂ, ਕਹਿੰਦੇ 1 ਘੰਟੇ ਮੇਰੇ ਨਾਲ ਬਿਠਾਓ। ਮੈਨੂੰ ਤਾਂ ਲੱਗਦਾ ਨੀ ਕੋਈ ਏਦਾਂ 20 ਸਾਲਾਂ ਦੇ ਵਿੱਚ ਏਦਾਂ ਦਾ ਪ੍ਰਚਾਰਕ ਪੈਦਾ ਕੀਤੇ ਹੁਣ ਜਿਹੜੇ ਕੌਮ ਦੇ। ਮਤਲਬ ਉਹਨਾਂ ਦੀ ਇੰਟਰਵਿਊ ਦੇ ਵਿੱਚ ਲੱਭ ਗਿਆ, ਹੁਣ ਉਹ ਉਹਨੂੰ ਕਹਿ ਦੇਣ ਜੀ ਮੈਂ ਏਦਾਂ ਨੀ ਏਦਾਂ ਕਿਹਾ। 2-4 ਬੰਦੇ ਉੱਥੇ ਕੀਰਤਨ ਕਰਨ ਵਾਲੇ ਵੀ ਕੀਰਤਨ ਸਿੱਖ ਗਏ ਹੋਣ, ਕੋਈ 2-4 ਬੰਦੇ ਕਥਾ ਵਿਚਾਰਾਂ ਜਿਹੜੀਆਂ ਸਿੱਖ ਗਏ, ਹੁਣ ਦਮਦਮੀ ਟਕਸਾਲ ਦੇ ਵਿਦਿਆਰਥੀ ਤਾਂ ਦੁਨੀਆਂ ਭਰ ਚ ਫੈਲੇ ਹੋਏ ਆ, ਠੀਕ ਹੈ। ਦਮਦਮੀ ਟਕਸਾਲ ਦੇ ਵਿੱਚ ਜੋ ਵਿਦਿਆ ਪ੍ਰਾਪਤ ਕਰਕੇ ਜਾਂ ਸਿੱਖ ਮਿਸ਼ਨਰੀ ਕਾਲਜਾਂ ਦੇ ਵਿੱਚ ਜਿਹੜੇ ਵਿਦਿਆਰਥੀ ਪੜ੍ਹੇ ਆ ਦੁਨੀਆਂ ਭਰ ਦੇ ਵਿੱਚ ਜਿਹੜੇ, ਹਨਾ, ਪਰ ਭਾਈ ਰਣਜੀਤ ਸਿੰਘ ਦੇ ਤਾਂ ਮੈਨੂੰ ਕੋਈ ਲੱਗਦਾ ਨੀ ਵੀ ਏਦਾਂ ਕੋਈ ਕਥਾ ਵਾਚਕ ਤੇ ਇੰਨੇ ਕੀਰਤਨੀਏ ਨਿਕਲ, ਕੋਈ 2-4 ਹੋਣ ਤਾਂ ਕੋਈ ਗੱਲ ਨੀ ਠੀਕ ਹੈ ਕਹਿ ਸਕਦੇ,
ਪਰ ਇੱਦਾਂ ਇੱਕ ਘੰਟੇ ਦੇ ਵਿੱਚ ਪ੍ਰਚਾਰ ਬਣਾਉਣ ਦੀ ਗੱਲ ਜਿਹੜੀ ਆ ਪ੍ਰਚਾਰਕ, ਉਹ ਤਾਂ ਮੈਨੂੰ ਕੋਈ ਇਸ ਤਰ੍ਹਾਂ ਦੀ ਲੱਗਦੀ ਨਹੀਂ। ਹਾਂ ਭਾਈ ਰਣਜੀਤ ਸਿੰਘ ਦਾ ਕੀਰਤਨ ਦਾ ਸਟਾਈਲ ਵਧੀਆ ਵਾ, ਮਿਊਜ਼ਿਕ ਗਰੁੱਪ ਉਹਨਾਂ ਦਾ ਚੰਗਾ ਵਾ, ਹਨਾ, ਕਿ ਉਹਨਾਂ ਦੀਆਂ ਜਿਹੜੀਆਂ ਟਿਊਨਾਂ ਨੇ ਉਹ ਗਾਉਣ ਗਾਣ ਵਾਲਿਆਂ ਨੂੰ ਸੁਣਦੇ ਰਹਿੰਦੇ ਆਪਣੀ ਗੱਡੀ ਦੇ ਵਿੱਚ, ਉਹਨਾਂ ਦੀਆਂ ਕੈਸਟਾਂ ਲਾ ਕੇ, ਸੀਡੀਆਂ ਲਾ ਕੇ, ਨੁਸਰਤ ਫਤਿਹ ਅਲੀ ਖਾਨ ਇੱਦਾਂ ਦੀਆਂ ਕਵਾਲੀਆਂ ਸੁਣਦੇ ਰਹਿੰਦੇ ਆ। ਫਿਰ ਉਦਾਂ ਦੀਆਂ ਜਿਵੇਂ ਮਿਰਜੇ ਦੀ ਹੇਕ ਆ, ਮਿਰਜੇ ਵਾਲੀਆਂ ਜਿਹੜੀਆਂ ਟਿਊਨਾਂ ਉਹ ਉਦਾਂ ਦੀਆਂ ਲਾਉਂਦੇ ਰਹਿੰਦੇ ਆ ਆਪਣੇ ਦੀਵਾਨ ਦੇ ਅੰਦਰ, ਤੇ ਸੰਗਤ ਜਿਹੜੀ ਉਹ ਸੁਣਦੀ ਆ ਕੀਰਤਨ ਦਾ ਢੰਗ ਜਿਹੜਾ ਉਹਨਾਂ ਦਾ ਇਸ ਤਰ੍ਹਾਂ ਦਾ ਕਰਕੇ। ਮਿਊਜ਼ਿਕ ਗਰੁੱਪ ਵਧੀਆ, ਠੀਕ ਹੈ, ਤੇ ਉਹਦਾ ਜਿਹੜਾ ਹੈਗਾ ਆਵਾਜ਼ ਵਧੀਆ ਵਾ, ਸੋ ਇਹਨੂੰ ਚੰਗੇ ਪਾਸੇ ਵਰਤਣਾ ਚਾਹੀਦਾ। ਮਿਊਜ਼ਿਕ ਗਰੁੱਪ ਆ, ਆਵਾਜ਼ ਆ, ਸੰਗਤ ਜੁੜਦੀ, ਇਹਨੂੰ ਚੰਗੇ ਪਾਸੇ ਆਪਾਂ ਵਰਤਦੇ। ਅਸੀਂ ਪੰਥ ਕੀ ਆਪਣੇ ਪੰਥ ਨਾਲ ਹੀ ਲੜਨਾ। ਉਹਦੇ ਸੇਵਾਦਾਰਾਂ ਨੇ ਜਦੋਂ ਮਤਲਬ ਤੁਸੀਂ ਵੀ ਇੰਟਰਵਿਊ ਦਿੱਤੀ ਆ, ਅਜਨਾਲਾ ਸਾਹਿਬ ਨੇ ਵੀ ਵਿਰੋਧ ਕੀਤਾ, ਉਹ ਵੀ ਗਏ ਆ, ਤੇ ਉਸ ਤੋਂ ਬਾਅਦ ਸ੍ਰੀ ਅਕਾਲ ਤਖ਼ਤ ਸਾਹਿਬ ਨੇ ਜਦੋਂ ਉਹਨਾਂ ਨੂੰ ਮਹੀਨਾ ਹੋਰ ਵੀ ਦਿੱਤਾ, ਤੇ ਉਹਨਾਂ ਦੇ ਜਿਹੜੇ ਸਪੋਰਟਰ ਆ, ਹਮੈਤੀ ਆ, ਉਹਨਾਂ ਨੇ ਆ ਅੰਮ੍ਰਿਤਸਰ ਦੇ ਵਿੱਚ ਵੀ ਪਿਛਲੇ ਦਿਨੀ 20-15 ਵੀਹਾਂ ਨੇ ਜਿੱਦਾਂ ਕੀਤਾ ਮੁਜ਼ਾਹਰਾ ਜਿਹਾ, ਵੀ ਅਸੀਂ ਭਾਈ ਰਣਜੀਤ ਸਿੰਘ ਦੇ ਨਾਲ ਆ। ਇੱਕ ਪਾਸੇ ਭਾਈ ਰਣਜੀਤ ਸਿੰਘ ਦਾ ਪ੍ਰਚਾਰ ਆ ਕਿ ਕਿਸੇ ਵਿਅਕਤੀਗਤ ਜਾਂ ਬੰਦੇ ਦੇ ਸੰਦ ਦੇ ਆਪਾਂ ਮਤਲਬ ਦੇਹਧਾਰੀ ਦੇ ਮਗਰ ਨਹੀਂ ਲੱਗਣਾ, ਇਹ ਕੀ ਆ? ਦੇਖੋ ਜਿਹੜਾ ਸ਼ਖਸੀ ਪੂਜਾ ਹੀ ਹੈ, ਸ਼ਖਸੀ ਪੂਜਾ ਹੀ ਕਹਿ ਸਕਦੇ ਹਾਂ ਆਪਾਂ। ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਿੱਖ ਹਾਂ, ਮੈਂ ਦੀਵਾਨਾਂ 'ਚ ਹਮੇਸ਼ਾ ਕਹਿੰਦਾ ਹੁੰਦਾ ਹਰੇਕ ਨੂੰ ਸੁਣੋ, ਰਾਗੀ ਢਾਡੀ ਪ੍ਰਜਾਪਤ ਸੰਤ ਮਹਾਂਪੁਰਸ਼ ਨੂੰ ਮੰਨੋ, ਗੁਰੂ ਗ੍ਰੰਥ ਸਾਹਿਬ ਦੀ ਠੀਕ ਹੈ ਪੈਰੋਕਾਰ। ਅਸੀਂ ਸੰਤਾਂ ਦੇ ਜਾਂ ਪ੍ਰਚਾਰਕਾਂ ਦੇ ਜਾਂ ਰਾਗੀ ਢਾਡੀਆਂ ਦੇ ਨਹੀਂ ਬਣਨਾ, ਉਹਨਾਂ ਤੋਂ ਤਾਂ ਗੁਰੂ ਦੀ ਗੱਲ ਸੁਣਨੀ ਆ, ਜੁੜਨਾ ਗੁਰੂ ਗ੍ਰੰਥ ਸਾਹਿਬ ਨਾਲ। ਹਾਂਜੀ, ਹੁਣ ਭਾਈ ਰਣਜੀਤ ਸਿੰਘ ਨੇ ਪ੍ਰੀ ਪਲਾਨ 2-4 ਥਾਈ ਮੁਜ਼ਾਹਰੇ ਜੇ ਕਰਾਏ ਆ, ਦੇਖ ਲਿਆ ਵੀ ਇਹ ਵੀ ਨਹੀਂ ਚੱਲਣੇ, ਕਿਉਂਕਿ 20-50 ਤੋਂ ਬੰਦੇ ਵੱਧ ਇਕੱਠੇ ਨਹੀਂ ਹੋਏ, ਚਾਹੇ ਉਹ ਅੰਮ੍ਰਿਤ ਸ੍ਰੀ ਅੰਮ੍ਰਿਤਸਰ ਸਾਹਿਬ ਸੀ, ਚਾਹੇ ਕੋਈ ਹੋਰ 2-4 ਥਾਵਾਂ ਤੇ ਸੀਗੇ, ਕੋਈ ਮਤਲਬ ਥੋੜੇ ਥੋੜੇ ਬੰਦੇ ਜਿਹੜੇ ਜਿੱਥੇ ਜਿੱਥੇ ਸਮਾਗਮ ਕੀਤੇ ਉਹਨਾਂ ਨੇ ਉੱਥੋਂ ਹੋਏ ਆ, ਕਿਉਂਕਿ ਜਿਹੜੇ ਇਸ ਤਰ੍ਹਾਂ ਕੀਰਤਨ ਦੀਵਾਨ ਦੇ ਵਿੱਚ ਇਕੱਠ, ਉਹ ਹੋਰ ਗੱਲ। ਹੁਣ ਅਸੀਂ ਆ ਦੇਖੋ, ਸਰਸੇ ਵਾਲੇ ਖਿਲਾਫ਼ ਲੜੇ, 20 ਸਾਲ ਲੜੇ ਉਹਦੇ ਨਾਲ, ਜਦੋਂ ਸਾਡੇ ਦੀਵਾਨ ਹੁੰਦੇ ਦੀਵਾਨਾਂ 'ਚ ਇਕੱਠ ਬਹੁਤ ਜ਼ਿਆਦਾ ਹੁੰਦਾ, ਪਰ ਜਦੋਂ ਅਸੀਂ ਕਿਸੇ ਸੰਘਰਸ਼ ਮੋਰਚੇ 'ਚ ਜਾਂਦੇ ਸੀ, ਉੱਥੇ 500-400 ਬੰਦਾ, 1000 ਬੰਦੇ ਤੱਕ ਬੜੇ ਜ਼ੋਰ ਨਾਲ ਕਰੀਦਾ ਸੀ। ਗੁਰਦੁਆਰਾ ਗਿਆਨ ਗੋਦੜੀ ਵਾਸਤੇ ਅਸੀਂ ਦਿੱਲੀ 'ਚ ਘਰਾਓ ਕੀਤਾ, ਬੜੇ ਮੁਸ਼ਕਲ ਨਾਲ ਰੇਲਾਂ ਦੇ ਡੱਬੇ ਬੁੱਕ ਕੀਤੇ, ਬੱਸਾਂ ਬੁੱਕ ਕੀਤੀਆਂ, ਫਿਰ ਜਾ ਕੇ ਉੱਥੇ ਅਸੀਂ ਬੀਜੇਪੀ ਮੁੱਖ ਦਫ਼ਤਰ ਦਾ ਘਰਾਓ 1100 ਕਰੋੜ ਕੀਤਾ ਸੀ। ਅਸੀਂ ਦੇਹਰਾਦੂਨ ਜਾ ਕੇ ਉੱਥੇ ਗਿਆਨ ਗੋਦੜੀ ਆਜ਼ਾਦੀ ਕਾਨਫਰੰਸ ਕੀਤੀ, ਪੰਜਾਬ 'ਚੋਂ ਗੱਡੀਆਂ ਭਰ ਕੇ ਅਸੀਂ ਲੈ ਕੇ ਗਏ, ਤੇ ਉਹ ਗੱਡੀਆਂ ਉਹਨਾਂ ਨੂੰ ਦਿੱਤੀਆਂ, ਹਨਾ, ਜਿਹੜੀਆਂ ਸੀ ਆਪਣਾ ਬੱਸਾਂ ਦਿੱਤੀਆਂ, ਫਿਰ ਲੈ ਕੇ ਗਏ, ਫਿਰ ਜਾ ਕੇ ਅਸੀਂ ਉਹ ਸੰਘਰਸ਼, ਕੌਮੀ ਸੰਘਰਸ਼, ਉਹ ਪੰਥਕ ਸੰਘਰਸ਼ ਆ। ਇਹ ਜਿਹੜਾ ਹੈਗਾ ਹੁਣ ਭਾਈ ਰਣਜੀਤ ਸਿੰਘ ਨੇ ਉਹਨਾਂ ਨੇ ਨਿੱਜੀ ਸੰਘਰਸ਼ ਵਿੱਢਿਆ ਹੋਇਆ, ਉਹ ਜਾਤੀ ਸੰਘਰਸ਼ ਆ, ਸਖਸੀ ਸੰਘਰਸ਼ ਆ, ਉਹ ਕੌਮੀ ਨੀ, ਪੰਥਕ ਨਹੀਂ ਆ। ਜਿਹੜੇ ਮਸਲੇ ਅੱਜ ਤੱਕ ਕੌਮ ਦੇ ਵਿੱਚ, ਪੰਥਕ ਦੇ ਵਿੱਚ ਵਿਚਾਰਧਾਰਕ ਵਖਰੇਵੇਂ ਪੈਦਾ ਹੁੰਦੇ ਰਹੇ, ਵਿਦਵਾਨ ਬੈਠ ਕੇ ਹੱਲ ਕਰਦੇ ਆ, ਕਈ ਅੱਜ ਵੀ ਜਿਹੜੇ ਆ ਅਜੇ ਤੱਕ ਹੱਲ ਨਹੀਂ ਹੋਏ, ਉਹਨਾਂ ਦੇ ਦੁਬਧਾ ਵਾ, ਪਰ ਉਹਨਾਂ ਦੇ ਝਗੜਾ ਕੋਈ ਨੀ ਪੰਥ ਦੇ ਵਿੱਚ। ਇਹਦੇ 'ਚ ਇਹ ਵੀ ਲਿਖਿਆ ਹੋਇਆ SGPC ਦੀ ਮਰਜ਼ਾਦਾ ਜੋ ਪ੍ਰਕਾਸ਼ ਹੁੰਦੀ, ਵੀ ਸਥਾਨਕ ਪਰੰਪਰਾ ਅਨੁਸਾਰ ਜਿਵੇਂ ਸ੍ਰੀ ਖੰਡਪੜ ਸਾਹਿਬ ਦਾ ਭੋਗ ਪਾਇਆ ਜਾਵੇ, ਪਰੰਪਰਾ ਅਨੁਸਾਰ, ਹਨਾ, ਉਹਨਾਂ ਨੇ ਉਹਦੇ 'ਚ ਵਿਘਨ ਨੀ ਕਹਿੰਦੇ, ਲੜਾਈ ਝਗੜਾ ਪੈਦਾ ਨਾ ਕਰੋ। ਸੋ ਇਸੇ ਤਰ੍ਹਾਂ ਅਸੀਂ ਭਾਈ ਰਣਜੀਤ ਸਿੰਘ ਨੂੰ ਕਹਿੰਦੇ ਵੀ ਪੰਥ ਵਿੱਚ ਜਿਹੜੇ ਮਸਲੇ ਆ ਨਾ, ਇਹਨਾਂ ਨੂੰ ਮਿਲ ਬਹਿ ਕੇ ਹੱਲ ਕੀਤਾ ਜਾ ਸਕਦਾ, ਇਹਨੂੰ ਸੰਗਤ 'ਚ ਇਸ ਤਰ੍ਹਾਂ ਨਾ ਵਿਵਾਦਿਤ ਮੁੱਦਿਆਂ ਨੂੰ ਪ੍ਰਚਾਰ ਹੋਣਾ। ਏਦਾਂ ਤੁਸੀਂ ਹਰ ਵਿਵਾਦਿਤ ਮੁੱਦੇ ਨੂੰ ਪ੍ਰਚਾਰ ਕੇ, ਤੇ ਤੁਸੀਂ ਪਤਾ ਨੀ ਕਿਹੜੀ TRP ਲੈਣੀ ਚਾਹੁੰਦੇ, ਕਿਹੜੀ ਸਿਮਤੀ ਲੋਕਾਂ ਤੋਂ ਲੈਣਾ ਚਾਹੁੰਦੇ। ਅੱਜ ਤੇ ਕਿਸੇ ਨੇ ਦੱਸਿਆ ਨੀ, ਇੱਕ ਮੈਂ ਆ ਜਿਹੜਾ ਨੇ ਲੋਕਾਂ ਨੂੰ ਦੱਸਿਆ, ਲੋਕਾਂ ਤੇ ਪਤਾ ਹੀ ਆ ਨਾ, ਮੈਂ ਵਾਲੀ ਗੱਲ ਆ ਗਈ ਨਾ ਇਹਦੇ ਵਿੱਚ, ਮੈਂ ਹੀ ਆ। ਲੋਕਾਂ ਨੂੰ, ਵਿਦਵਾਨਾਂ ਨੂੰ ਤਾਂ ਸਭ ਨੂੰ ਪਤਾ ਵਾ, ਆਮ ਸੰਗਤ ਕੋਲੇ ਇਸ ਚੀਜ਼ ਦਾ ਹੱਲ ਨੀ ਆ, ਆਮ ਸੰਗਤ ਕੋਲੇ ਇਹਨਾਂ ਗੱਲਾਂ ਨੂੰ, ਸੰਗਤ ਨੂੰ ਤੇ ਆਪਾਂ ਗੁਰੂ ਘਰ ਨਾਲ ਜੋੜਨਾ, ਅਕਾਲ ਤਖ਼ਤ ਸਾਹਿਬ ਨਾਲ ਜੋੜਨਾ, ਹਰਿਮੰਦਰ ਸਾਹਿਬ ਨਾਲ ਜੋੜਨਾ, ਅੰਮ੍ਰਿਤ ਸਰੋਵਰ ਨਾਲ ਜੋੜਨਾ, ਗੁਰੂ ਦੀ ਬਾਣੀ ਨਾਲ, ਗੁਰੂ ਦੇ ਇਤਿਹਾਸ ਨਾਲ ਜੋੜਨਾ, ਹਨਾ,
ਤੇ ਤੁਸੀਂ ਸਾਰਾ ਕੁਛ ਰੱਦ ਕਰੀ ਜਾਂਦੇ ਆ। ਤੁਹਾਡੇ ਲਈ ਅਕਾਲ ਤਖ਼ਤ ਸਾਹਿਬ ਇੱਕ ਆਮ ਇਮਾਰਤ ਆ, ਦਰਬਾਰ ਸਿੰਘ ਆਮ ਇਮਾਰਤ ਆ, ਤੁਸੀਂ ਅੰਮ੍ਰਿਤ ਸਰੋਵਰ ਨੂੰ ਆਮ ਪਾਣੀ ਕਹੀ ਜਾਂਦੇ ਆ। ਹੁਣ ਤੇ ਉਹਦੀ ਦੇਖੋ ਇੰਟਰਪ੍ਰੀਟੇਸ਼ਨ ਇਹ ਆ ਕਿ ਉਹਨੂੰ ਸੁਣਨ ਵਾਲੇ ਜਿਹੜੇ ਆ ਉਹ ਦਰਬਾਰ ਸਾਹਿਬ ਦੇ ਅੰਮ੍ਰਿਤਸਰ ਉਹਨੂੰ ਗੰਦਾ ਪਾਣੀ ਕਹੀ ਜਾ ਰਿਹਾ। ਦੇਖੋ ਤੁਸੀਂ ਉਹ ਕਿੰਨਾ ਕੁਛ ਉਹਨੇ ਕਿਹਾ ਕਿ ਉਹਦੇ ਚ ਜੀ ਜ਼ਖਮ ਵਾਲਾ ਪਾਣੀ ਜਾਂਦਾ ਹੋਊ, ਉਹਦੇ ਚ ਆਹ ਪਾਣੀ ਜਾਂਦਾ, ਉਹਦੇ ਚ ਆਹ ਜਿਹੜਾ ਹੈਗਾ ਆਹ ਹੁੰਦਾ ਹੋਊਗਾ। ਉਹਨੂੰ ਮੰਨਣ ਵਾਲੇ ਜਿਹੜੇ ਜਿੱਦਣ ਦੀਵਾਨ ਬੰਦ ਹੋਏ ਉਹਨਾਂ ਨੇ ਜਿਹੜਾ ਸੁਣਨ ਵਾਲਿਆਂ ਨੇ ਮੰਨਣ ਵਾਲੀ ਗੱਲ ਲਿਖ ਕੇ ਪਾਤਾ, ਜਦੋਂ ਅਕਾਲ ਤਖ਼ਤ ਸਾਹਿਬ ਛੱਡਿਆ ਜੀ, ਅੱਜ ਤੋਂ ਦਰਬਾਰ ਸਾਹਿਬ ਜਾਣਾ ਛੱਡਿਆ ਜੀ, ਸੁਣਨ ਵਾਲਿਆਂ ਨੇ ਕਹਿ ਤਾ ਬਾਬਾ ਬੰਦਾ ਸਿੰਘ ਦੇ ਪੁੱਤ ਦਾ ਕਾਲਜਾ ਕੱਢ ਕੇ ਪਾਇਆ, ਤੁਸੀਂ ਦੇਖਿਆ ਕਹਿੰਦੇ, ਬਾਅਦ ਚ ਮਾਫ਼ੀ ਵੀ ਮੰਗ ਲਈ। ਸੋ ਇਹ ਜਿਹੜਾ ਇਹ ਅਸਰ ਕਰ ਰਹੇ ਆ ਉਹ ਕਿੱਥੇ ਤੇ ਜੋੜਨਾ ਸੀ ਗੁਰੂ ਘਰ ਦੇ ਨਾਲ, ਕਿੱਥੇ ਤਾਂ ਸੰਗਤ ਨੂੰ ਜੋੜਨਾ ਸੀਗਾ ਆਪਾਂ ਆਪਣੀਆਂ ਮਰਿਆਦਾ ਦੇ ਨਾਲ, ਆਪਣੇ ਇਤਿਹਾਸ ਦੇ ਨਾਲ, ਤੇ ਕਿੱਥੇ ਤੁਸੀਂ ਕਿਹੜੇ ਪਾਸੇ ਉਹਨਾਂ ਨੂੰ ਲੈ ਕੇ ਤੁਰੇ ਹੋਏ ਆ। ਸਭ ਤੋਂ ਵੱਡੀ ਗੱਲ ਮੈਂ ਇੱਕ ਗੱਲ ਕਹਿਣੀ ਚਾਹੁੰਦਾ, ਚਾਹੇ ਭਾਈ ਰਣਜੀਤ ਸਿੰਘ ਦੇ ਫਾਲੋਅਰ ਸੁਣਨ ਵਾਲੇ ਆ, ਠੀਕ ਹੈ, ਚਾਹੇ ਪੰਥ ਸਮੁੱਚਾ ਪੰਥ ਕੌਮ ਨੂੰ, ਮਸਲੇ ਇੰਨੇ ਕਰਨ ਵਾਲੇ ਆ। ਭਾਈ ਰਣਜੀਤ ਸਿੰਘ ਇਸ ਪਾਸੇ ਕਿਉਂ ਪਿਆ ਇਸ ਲੜਾਈ ਝਗੜੇ ਦੇ ਵਿੱਚ, ਉਹ ਕਿਉਂ ਨੀ ਉਹਨਾਂ ਬੰਦੀ ਸਿੰਘਾਂ ਦੀ ਰਿਹਾਈ ਲਈ 10-20 ਹਜ਼ਾਰ ਬੰਦਾ ਲੈ ਕੇ ਬਹਿੰਦਾ, ਉਹ ਕਿਉਂ ਨੀ ਬਰਗਾੜੀ ਦੇ ਇਨਸਾਫ਼ ਲਈ ਜਿੱਥੋਂ ਸ਼ੁਰੂ ਕੀਤਾ ਸੀ ਕੋਟਕਪੂਰਾ, ਉਹਨਾਂ ਨੇ ਦੋ ਸ਼ਹੀਦ ਹੋ ਗਏ, ਨੇਕਾਂ ਜ਼ਖਮੀ ਹੋ ਗਏ, ਉਥੋਂ ਭੱਜ ਕੇ ਆ ਕੇ ਮੁੜ ਕੇ ਇਹਨਾਂ ਨੇ ਸਹੁੰਾਂ ਖਾਧੀਆਂ। ਹਾਂਜੀ, ਇਹਨਾਂ ਨੇ ਇਹ ਕਿਹਾ ਕਿ ਅੱਜ ਤੋਂ ਬਾਅਦ ਕਿਸੇ ਧਰਨੇ ਮੁਜ਼ਾਹਰੇ ਚ ਨਹੀਂ ਜਾਣਾ, ਕਿ ਜੇ ਉਹ ਉੱਥੇ ਦੇ ਹਾਲਾਤ ਦੇਖ ਕੇ ਇਹਨੇ ਘਬਰਾ ਕੇ ਡਰ ਗਏ, ਕਹਿੰਦੇ ਨੇ ਪਹਿਲੀ ਚੋਰੀ ਪਹਿਲਾ ਫਾਹਾ, ਪਹਿਲਾਂ ਵੀ ਮੋਰਚੇ ਚ ਗਏ, ਪਹਿਲੇ ਧਰਨੇ ਚ ਤੇ ਪਹਿਲੇ ਜੀ ਏਦਾਂ ਦੇ ਹਾਲਾਤ ਬਣ ਗਏ, ਤੇ ਮੁੜ ਕੇ ਅੱਜ ਉਸ ਤੋਂ ਬਾਅਦ ਇਹਨਾਂ ਨੂੰ ਨਾ ਬਰਗਾੜੀ ਦੇ ਸੀ ਨਾ ਕੋਟਕਪੂਰਾ ਨਾ ਬਿਲਕੁਲ। ਹੁਣ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਨਹੀਂ ਹੁੰਦੀ? ਹਾਂ, ਹੁਣ ਵੀ ਕਿ ਬਹੁਤ ਥਾਵਾਂ ਤੇ ਬੇਅਦਬੀ, ਉਸ ਤੋਂ ਬਾਅਦ ਵੀ ਕਹਿੰਦੇ ਵੀ ਅਸੀਂ ਸਿਰਫ ਗੁਰੂ ਗ੍ਰੰਥ ਸਾਹਿਬ ਨੂੰ ਮੰਨਦੇ ਹਾਂ। ਚਲੋ ਆਪਾਂ ਜੇ ਉਹਨਾਂ ਦਾ ਵੀ ਪੱਖ ਲੈ ਲਈਏ, ਜੇ ਕੱਲਾ ਗੁਰੂ ਗ੍ਰੰਥ ਸਾਹਿਬ ਨੂੰ ਮੰਨਦੇ ਹਾਂ, ਬੇਅਦਬੀ ਬਾਦਲ ਸਰਕਾਰ ਚ ਵੀ ਹੋਈ ਹੈ, ਬੇਅਦਬੀ ਕਾਂਗਰਸ ਸਰਕਾਰ ਚ ਵੀ ਹੋਈ ਹੈ, ਤਾਂ ਹੋ ਵੀ ਰਹੀ ਹੈ, ਹੁਣ ਕਿਉਂ ਨੀ ਉਹਦੇ ਤੇ ਬਿਆਨ ਦਿੱਤਾ ਜਾਂਦਾ? ਬਿਆਨ ਨਹੀਂ ਕਹਦਾ, ਹੁਣ ਦੱਸੋ ਕਿਸੇ ਤੇ ਉਹਨਾਂ ਨੇ ਇਹ ਮਤਾ ਹੀ ਪਾ ਲਿਆ, ਉਹਨਾਂ ਨੇ ਇਹ ਸਹੁੰ ਹੀ ਪਾ ਦਿੱਤੀ ਵੀ ਕਿਤੇ ਕੁਛ ਹੋ ਜਾਏ ਜਾਣਾ ਹੀ ਨੀ। ਕਿੰਨੇ ਥਾਵਾਂ ਤੇ ਬੇਅਦਬੀ, ਅਸੀਂ ਉੱਥੇ ਗਏ, ਰਾਮ ਦਿਵਾਲੀ ਹੋਈ, ਫਿਰ ਆਪਣਾ ਮਲੇਰਕੋਟਲੇ ਦੇ ਨੇੜੇ ਬੇਅਦਬੀ, ਅਸੀਂ ਉੱਥੇ ਪਹੁੰਚੇ, ਜਨਾਲਾ ਸਾਹਿਬ ਵੀ ਪਹੁੰਚੇ, ਮੈਂ ਵੀ ਪਹੁੰਚਿਆ, ਔਰ ਜਥੇਬੰਦੀਆਂ ਸਤਿਕਾਰ ਕਮੇਟੀਆਂ ਵੀ ਪਹੁੰਚੀਆਂ, ਪਰ ਭਾਈ ਰਣਜੀਤ ਸਿੰਘ ਕਦੇ ਨੀ। ਉਹ ਕਹਿੰਦੇ ਅਸੀਂ ਤਾਂ ਸਿਰਫ ਸਟੇਜ ਤੇ ਪ੍ਰਚਾਰ ਕਰਨਾ, ਕਿਸੇ ਧਰਨੇ ਮੁਜ਼ਾਹਰੇ ਪੰਥ ਦੇ ਕੰਮ ਚ ਦਖਲ ਹੀ ਨੀ ਦੇਣਾ। ਹੁਣ ਜਿੰਨੇ ਪੰਥ ਦੇ ਕਾਰਜ ਆ, ਕੀ ਉਹ ਸਾਰੇ ਹੀ ਗਲਤ ਆ ਤੇ ਰਣਜੀਤ ਸਿੰਘ ਸਹੀ ਆ? ਨਹੀਂ, ਉਹ ਤੇ ਸਾਰੇ ਪੰਥ ਦੇ ਜਿੰਨੇ ਮਸਲੇ ਸਾਰੇ ਗਲਤ ਆ ਤੇ ਰਣਜੀਤ ਸਿੰਘ ਕਿਸੇ ਮਸਲੇ ਚ ਭਾਗੀਦਾਰ ਨਹੀਂ ਆ। ਪੰਥ ਦੇ ਕੌਮ ਦੇ ਕਿਸੇ ਮਸਲੇ ਦੇ ਵਿੱਚ ਜਿਹੜੀਆਂ ਪੰਥ ਨੂੰ ਚੁਣੌਤੀਆਂ ਨੇ, ਉਹਦੇ ਨਾਲ ਕਿਸੇ ਦੇ ਵਿੱਚ ਭਾਗੀਦਾਰ ਨਹੀਂ ਆ। ਕਿਤੇ ਕੁਛ ਪੰਥ ਦੇ ਖਿਲਾਫ਼ ਹੋ ਜਾਂਦਾ, ਰਣਜੀਤ ਸਿੰਘ ਦੀ ਜ਼ਬਾਨ ਨਹੀਂ ਬੋਲਦੀ, ਪੰਥ ਵਿੱਚ ਕੁਝ ਹੋ ਜਾਂਦਾ, ਜੇ ਇੱਕ ਨਗਰ ਕੀਰਤਨ ਦੇ ਵਿੱਚ ਬਰੂਦ ਫੜ ਜੇ ਤੇ ਨਾਲ ਦੀ ਨਾਲ ਭਾਈ ਰਣਜੀਤ ਸਿੰਘ ਦਾ ਬਿਆਨ ਆ ਜਾਂਦਾ ਕਿ ਸਾਡਾ ਸਿਸਟਮ ਗਲਤ ਆ, ਸਾਡੇ ਸਿਸਟਮ ਦੀ ਆਹ ਗੱਲ ਆ। ਜੇ ਕੋਈ ਛੋਟਾ ਜਿਹਾ ਬੱਚਾ ਵਿਚਾਰਾ ਬੋਰ ਚ ਡਿੱਗ ਗਿਆ, ਉਹਦੇ ਲਈ ਸਿਸਟਮ ਦੀ ਗੱਲ, ਅਰਦਾਸ ਨਹੀਂ। ਹੁਣ ਅਰਦਾਸ ਨਾ, ਅਰਦਾਸ ਤੁਸੀਂ ਕਿਉਂ ਕਰਦੇ ਹੋ ਫਿਰ ਦੀਵਾਨ ਦੀ ਸਮਾਪਤੀ ਤੇ? ਤੁਹਾਡੇ ਗੁਰਦੁਆਰਾ ਸਾਹਿਬ ਅਰਦਾਸ ਕਿਉਂ ਹੁੰਦੀ ਆ? ਮੈਂ ਤਾਂ ਕਹਿੰਦਾ ਹੁਣ ਕਸਰ ਕੋਈ ਨੀ ਰਹੀ। ਭਾਈ ਰਣਜੀਤ ਸਿੰਘ ਮਹਾਰਾਜ ਦਾ ਸਰੂਪ ਜਿਹੜਾ ਵਾ, ਥੋੜੇ ਚਿਰ ਤੱਕ ਉਹ ਵੀ ਗੁਰਦੁਆਰਾ ਸਾਹਿਬ ਜਿਹੜਾ ਛੱਡ ਆਉਣਗੇ, ਪਰਮੇਸ਼ਰ ਦੁਆਰ ਇੱਕ ਏਦਾਂ ਦਾ ਡੇਰਾ ਬਣ ਜੂ ਜਿੱਥੇ ਗੁਰੂ ਗ੍ਰੰਥ ਸਾਹਿਬ ਨਹੀਂ ਹੋਊਗਾ, ਤੇ ਜਿੱਦਾਂ ਦੇ ਹਾਲਾਤ ਨੇ ਉਹਨਾਂ ਨੇ ਪੈਦਾ ਕੀਤੇ, ਉਹ ਖੁਦ ਇਸ ਪਾਸੇ ਨੂੰ ਤੁਰ ਰਹੇ ਹੋ। ਆਪਣੀ ਫਾਲੋਅਰਸ਼ਿਪ ਸ਼ਖਸੀ ਪੂਜਾ ਜਿਹੜੀ ਆ, ਉਹ ਤਾਂ ਕਹਿੰਦੇ ਆ ਨਾ ਮੈਂ ਛੱਡਦਾ ਸਾਰਾ ਕੁਛ, ਛੱਡਿਆ ਕੀ ਆ ਮੈਨੂੰ ਗੱਲੋਂ ਦੱਸੋ? ਕੱਲਾ ਸੰਤ ਬਾਬਾ ਲਫ਼ਜ਼ ਛੱਡਿਆ ਨਾ, ਭਾਈ ਜੋੜ ਲੈ, ਸੰਤ ਬਾਬਾ ਲਫ਼ਜ਼ ਭਾਈ ਸਾਰੇ ਸਮਰਥ ਆ, ਸਤਿਕਾਰ ਦੇ ਵਾਚਕ ਆ, ਠੀਕ ਹੈ। ਛੱਡਿਆ ਕੀ ਆ ਜਿਹੜਾ ਕਹਿੰਦਾ 15 ਸਾਲ ਗੱਪ ਕਹਾਣੀਆਂ ਸੁਣਾਈਆਂ ਮੈਂ, ਹੁਣ ਮੈਂ ਸਹੀ ਸੁਣਾਉਣ ਲੱਗਾ, ਜਿਹੜਾ 15 ਸਾਲ ਦੀਆਂ ਗੱਪ ਕਹਾਣੀਆਂ ਨਾ ਡੇਰਾ ਤਿਆਰ ਕੀਤਾ ਪਰਮੇਸ਼ਰ ਦੁਆਰ, ਉਹ ਛੱਡਤਾ? ਜਿਹੜਾ 15 ਸਾਲ ਦੀਆਂ ਗੱਪ ਕਹਾਣੀਆਂ ਕਹਿੰਦਾ ਮੈਂ ਸੁਣਾ ਕੇ ਗੱਡੀਆਂ ਕਾਰਾਂ ਜਿਹੜੀਆਂ ਉਹ ਛੱਡਤੀਆਂ, ਜਿਹੜੇ ਸੁੱਖ ਦੇ ਸਾਧਨ ਬਣਾਏ ਸੀ ਉਹ ਛੱਡਤੇ,
ਜੇ ਤੂੰ ਬਦਲਿਆ ਸੀ ਕਹਿੰਦਾ ਉਹ ਗੱਪ ਕਹਾਣੀਆਂ ਸਾਰਾ ਕੁਝ, ਤੇ ਗੱਪ ਕਹਾਣੀਆਂ ਨਾਲ ਜੋ ਸਾਮਰਾਜ ਖੜਾ ਕੀਤਾ ਸੀਗਾ ਉਹ ਸਾਰਾ ਛੱਡ ਕੇ ਨਵੇਂ ਸਿਰਿਓਂ ਜਿਹੜਾ ਤੂੰ ਨਵੀਂ ਕਹਿੰਦਾ ਮੈਂ ਚੇਤਨਾ ਪੈਦਾ ਕਰ ਲਿਆ, ਉਹਦੇ ਸਿਰ ਤੇ ਆਪਣਾ ਟਿਕਾਣਾ ਬਣਾਉਂਦਾ, ਉਹਦੇ ਸਿਰ ਤੇ ਤੂੰ ਆਪਣੇ ਸਾਧਨ ਬਣਾਉਂਦਾ, ਲੋਕਾਂ ਚ ਜਾਂਦਾ, ਸੰਗਤਾਂ ਚ ਜਾਂਦਾ, ਹਨਾ। ਉਹ ਤੂੰ ਕਹਿੰਦਾ ਸਾਰੀਆਂ ਗੱਪ ਕਹਾਣੀਆਂ ਸੀ, ਸੰਤਾਂ ਸਾਧੂਆਂ ਦੇ ਨਾਂ ਨਾਂ ਤੇ, ਪਹਿਲਾਂ ਰਾੜਾ ਸਾਹਿਬ ਦੇ ਨਾਂ ਤੇ ਜਿਹੜੇ ਰਾੜਾ ਸਾਹਿਬ ਦੇ ਪਿਆਰ ਕਰਨ ਵਾਲੇ ਸੀ ਉਹਨਾਂ ਦਾ ਸ਼ੋਸ਼ਣ ਕੀਤਾ, ਫਿਰ ਦਮਦਮੀ ਟਕਸਾਲ ਦੇ ਜਿਹੜੇ ਪਿਆਰ ਕਰਨ ਵਾਲੇ ਦੇਸਾਂ ਪ੍ਰਦੇਸਾਂ ਚ ਉਹਨਾਂ ਦਾ ਸ਼ੋਸ਼ਣ ਕੀਤਾ, ਫਿਰ ਅਖੰਡ ਕੀਰਤਨੀ ਬਣ ਕੇ ਫਿਰ ਅਖੰਡ ਕੀਰਤਨੀ ਜਿਹੜੇ ਪਿਆਰ ਕਰਨ ਵਾਲੇ ਸੀ ਉਹਨਾਂ ਦਾ ਸ਼ੋਸ਼ਣ ਕੀਤਾ। ਇਹ ਤਾਂ ਸਾਰਾ ਸ਼ੋਸ਼ਣ ਹੀ ਆ। ਅੱਜ ਤੱਕ ਇੱਕ ਵੀ ਗੱਲ, ਜਿੰਨੇ ਸੁੱਖ ਦੇ ਸਾਧਨ ਆ, ਤੁਸੀਂ ਜਾ ਕੇ, ਮੈਂ ਤੁਹਾਨੂੰ ਕਹਿੰਦਾ ਕਿ ਕੋਈ ਚੈਨਲ ਕੈਮਰਾ ਲੈ ਕੇ ਜਰਾ ਉਹਦੇ ਗਾਂ ਰਹਿਸ਼, ਚਲੋ ਪ੍ਰਾਈਵੇਟ ਕਿਸੇ ਦੇ ਏਰੀਏ ਚ ਨਹੀਂ ਜਾਣਾ ਚਾਹੀਦਾ, ਪਰ ਇੱਕ ਉਹਦੇ ਨਾਲ ਉਹਨੂੰ ਨਾਲ ਲੈ ਕੇ ਉੱਥੇ ਜਾ ਕੇ ਦੇਖੋ ਵੀ ਜੋ ਕੁਛ ਹੈਗਾ, ਜੋ ਸਾਮਰਾਜ ਸਾਮਰਾਜ ਉਹਦਾ ਅੰਦਰ ਆ, ਹਾਂਜੀ, ਉਹ ਦੱਸੋ ਵੀ ਇੱਕ ਜਿਹੜਾ ਇੱਕ ਕ੍ਰਾਂਤੀਕਾਰੀ ਬੰਦੇ ਦਾ ਹੋ ਸਕਦਾ ਜਿਹੜਾ ਕਹਿੰਦਾ ਮੈਂ ਕ੍ਰਾਂਤੀਕਾਰੀ ਆ, ਜਾਂ ਮੇਰਾ ਸਾਰਾ ਕੁਛ ਜਿਹੜਾ ਉਹ ਦੂਜੇ ਉਹ ਪੁਜਾਰੀ ਨੇ ਤੇ ਮੈਂ ਸਹੀ ਆ। ਜਿੰਨੇ ਬਸਤਰ ਚੋਲੇ ਰਣਜੀਤ ਸਿੰਘ ਦੇ ਤੁਹਾਨੂੰ ਮਿਲਣਗੇ, ਇੰਨੇ ਕਿਸੇ ਸੰਤ ਸਾਧੂ ਦੇ ਨਹੀਂ ਹੋਣਗੇ। ਜਿੰਨੀਆਂ ਘੜੀਆਂ ਤੇ ਜਿੰਨੇ ਜੋੜੇ ਤੇ ਜਿੰਨੀਆਂ ਐਨਕਾਂ ਤੁਹਾਨੂੰ ਭਾਈ ਰਣਜੀਤ ਸਿੰਘ ਦੀਆਂ ਮਿਲਣਗੀਆਂ, ਕਿਸੇ ਸੰਤ ਸਾਧੂ ਦੀਆਂ ਨਹੀਂ ਹੋਣਗੀਆਂ। ਠੀਕ ਹੈ। ਜਿੰਨੀਆਂ ਗੱਡੀਆਂ ਕਾਰਾਂ ਜਿਹੜੀਆਂ ਨਿੱਜੀ ਉਹਦੀਆਂ, ਉਹਨੇ ਕਿਸੇ ਜਿੰਨੇ ਲਗਜ਼ਰੀ ਉਹਦੀ ਰਹਿਸ਼ ਹੋਊਗੀ, ਸ਼ਾਇਦ ਕਿਸੇ ਸੰਤ ਸਾਧੂ ਦੀ ਨਹੀਂ ਹੋਊਗੀ। ਤੇ ਉਹਨਾਂ ਨਾਲ ਇਹ ਤਾਂ ਆਪਣਾ ਆਪ ਨਾ ਢੱਕ ਰਹੇ। ਮੈਂ ਕਹਿੰਦਾ ਦੂਜਿਆਂ ਨੂੰ ਨਿੰਦ ਕੇ ਨਾ, ਦੂਜਿਆਂ ਨੂੰ ਸੰਤਾਂ ਸਾਧੂ ਲੋਕਾਂ ਦੀਆਂ ਅੱਖਾਂ ਚ, ਸਾਡੇ ਸੰਗਤ ਜਿਹੜੀ ਭੋਲੀ ਭਾਲੀ ਗੁਮਰਾਹ ਹੋ ਜਾਂਦੀ ਆ, ਉਹਨਾਂ ਦੀ ਅੱਖਾਂ ਚ ਘੱਟਾ ਪਾ ਕੇ ਉਹ ਆਪਣੀ ਜਿਹੜੀਆਂ ਗੱਲਾਂ ਨੇ ਉਹਨਾਂ ਤੇ ਪੜਦਾ ਪਾ ਰਿਹਾ। ਉਧਰੋਂ ਧਿਆਨ ਮੁੜ ਕੇ ਲੋਕਾਂ ਦਾ ਧਿਆਨ ਹੀ ਉਧਰ ਨੂੰ, ਜਿਵੇਂ ਕੋਈ ਚੋਰ ਨਾ ਚੋਰੀ ਕਰਕੇ ਤੇ ਬਾਅਦ ਵਿੱਚ ਰੌਲਾ ਪਾ ਦਿੰਦਾ, ਚੋਰ 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 ਦੂਜਿਆਂ ਚ ਰਲ ਜਾਂਦਾ, ਦੂਜੇ ਪਾਸੇ ਨੂੰ ਲੈ ਜਾਂਦਾ ਲੋਕਾਂ ਨੂੰ। ਇਸ ਤਰ੍ਹਾਂ ਸਾਰਾ ਕੁਛ ਆਪ ਕਰਕੇ ਉਹਨੇ ਤੇ ਰੌਲਾ ਪਾ ਕੇ ਪੁਜਾਰੀ 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 ਤੇ ਉਹ ਲੋਕਾਂ ਨੂੰ ਲੈ ਗਿਆ ਦੂਜੇ ਪਾਸੇ ਨੂੰ, ਧਿਆਨ ਉਧਰ ਨੂੰ ਲੋਕਾਂ ਦਾ ਡਾਈਵਰਟ ਕਰਤਾ ਤੇ ਆਪਣਾ ਸਾਰਾ ਕੁਛ ਹੀ ਉਹਨੇ ਕਵਰ ਕਰ ਲਿਆ। ਇੱਕ ਵੀ ਚੈਨਲ ਨੂੰ ਮੈਂ ਕਹਿੰਦਾ ਤੁਸੀਂ ਅੰਦਰ ਜਾ ਕੇ ਸਾਰਾ ਕਵਰ ਕਰੋ, ਤੁਹਾਨੂੰ ਪਤਾ ਲੱਗ ਜੂਗਾ ਕਿ ਉੱਥੇ ਕੀ ਹੈ, ਤੇ ਉੱਥੇ ਜੋ ਸਾਰਾ ਕੁਛ ਹੁਣ ਤੱਕ ਹੋਇਆ ਉਹ ਸਾਰਾ ਕੁਛ ਕਵਰ ਕਰ ਲਓ, ਪਤਾ ਲੱਗ ਜੂਗਾ। ਕਹਿੰਦੇ ਦੇਖੋ ਮੈਂ ਮਾੜੀ ਤੇ ਰਿਹਾ, ਮੈਂ ਦੀਵਾਨ ਵੀ ਬੰਦ ਕਰਤੇ ਆ, ਤੇ ਦਾਦੂਵਾਲ ਸਾਹਿਬ ਕਹਿੰਦੇ ਤੈਨੂੰ ਹੁਣ ਪਰਮੇਸ਼ਰ ਦੁਆਰ ਵੀ ਨਹੀਂ ਦੀਵਾਨ ਕਰਨ ਦੇ। ਦੇਖੋ ਮੈਂ ਇੱਕ ਗੱਲ ਕਹੀ ਆ ਕਿ ਜਿਹੜਾ ਗਲਤ ਪ੍ਰਚਾਰ ਆ ਨਾ, ਅਸੀਂ ਕਹਿੰਦੇ ਦੀਵਾਨ ਲਾਓ, ਦੀਵਾਨ ਬੰਦ, ਅੱਜ ਤੱਕ ਕਿਸੇ ਨੇ ਕਿਹਾ ਹੀ ਨਹੀਂ ਬੰਦ ਕਰੋ YouTube ਤੇ ਦੀਵਾਨ ਲਾਓ। ਅਸੀਂ ਤਾਂ ਕਹਿੰਦੇ ਪ੍ਰਚਾਰ ਹੋਵੇ, ਅੰਮ੍ਰਿਤ ਸੰਚਾਰ ਹੋਵੇ, ਕੌਮ ਚ ਪ੍ਰਚਾਰ ਦੀ ਲੋੜ ਆ, ਅੰਮ੍ਰਿਤ ਸੰਚਾਰ ਦੀ ਲੋੜ ਆ, ਠੀਕ ਹੈ, ਅਸੀਂ ਖੁਦ ਸਮਰਥਨ ਕਰਨ ਨੂੰ ਤਿਆਰ ਆ, ਪਰ ਜਿਹੜਾ ਪੰਥ ਦੇ ਖਿਲਾਫ ਪ੍ਰਚਾਰ ਆ, ਮੈਂ ਇਹ ਕਿਹਾ ਸੀਗਾ ਕਿ ਤੁਸੀਂ ਬਾਹਰ ਖੁੱਲੇ ਆਮ ਤਾਂ ਬੰਦ ਕਰਤਾ, ਪਰ ਜੇ ਸੋਚੋ ਵੀ ਅੰਦਰ ਬਹਿ ਕੇ ਡੇਰੇ ਦੇ YouTube ਤੇ Facebook ਤੇ ਕਰੋਗੇ, ਸਮਾਂ ਆਊ ਪੰਥ ਨੇ ਕੌਮ ਨੇ ਵੀ ਨਹੀਂ ਕਰਨ ਦੇਣਾ ਤੁਹਾਨੂੰ, ਜੇ ਤੁਸੀਂ ਸੋਚੋ ਵੀ ਅੰਦਰ ਬਹਿ ਕੇ ਕਰ ਲਾਂਗੇ ਵੀ ਇਸ ਤਰੀਕੇ ਨਾਲ, ਇਹ ਵੀ ਨਹੀਂ ਕਰਨ ਦੇਣਾ। ਇਸ ਕਰਕੇ ਇਹਨਾਂ ਚੀਜ਼ਾਂ ਤੋਂ ਗਰੇਜ ਕਰਕੇ ਤੁਸੀਂ ਖੁੱਲੇ ਆਮ ਪ੍ਰਚਾਰ ਕਰੋ, ਕਥਾ ਕੀਰਤਨ ਕਰੋ। ਆਹ ਕਿਹੜਾ ਪ੍ਰਚਾਰ ਆ ਜਿਹੜਾ ਤੁਸੀਂ 1000-1000 2000 ਪੁਲਿਸ ਫੋਰਸਾਂ ਲਾ ਕੇ ਤੇ ਫਿਰ ਕੀਰਤਨ ਸੁਣਾ ਰਹੇ ਆ, ਫਿਰ ਕਥਾ ਸੁਣਾ ਰਹੇ ਆ, ਇਹ ਕਿਹੜਾ ਪ੍ਰਚਾਰ ਆ? ਗਨ ਮੈਨ ਲੈ ਕੇ ਉਹ ਕਹਿੰਦੇ ਮੇਰੀਆਂ ਫੋਰਸਾਂ ਦੁਖਦੀਆਂ, ਇਹ ਸਾਰੇ ਕੀ ਲਈ ਫਿਰਦੇ ਆ, ਤੁਹਾਡਾ ਵੀ ਨਾਮ ਲਿਆ ਨਹੀਂ, ਬਾਬਾ ਹਰਨਾਮ ਸਿੰਘ ਦਾ ਵੀ ਲਿਆ, ਮੇਰੇ ਨਾਲ ਕਿਹੜੀਆਂ ਫੋਰਸਾਂ ਤੁਸੀਂ ਲੈ ਲਿਆ? ਮੇਰੀਆਂ ਤਾਂ ਜਿੰਨਾ ਹੈਗਾ ਮੇਰੇ ਸਮਾਗਮ ਰੋਕ ਕੇ ਆ, ਮੈਨੂੰ ਜਦੋਂ ਰੋਕਣ ਆਉਂਦਾ ਸੀ ਨਾ ਕੋਈ ਸਰਸੇ ਵਾਲਾ ਮੇਰਾ ਸਮਾਗਮ, ਤੇ ਮੈਨੂੰ ਗ੍ਰਿਫਤਾਰ ਕਰਦੇ ਸੀਗੇ, ਮੇਰੇ ਸਾਥੀਆਂ ਨੂੰ, ਤੇ ਮੇਰੇ ਸਮਾਗਮਾਂ ਤੇ ਪਾਬੰਦੀ ਹੁੰਦੀ ਸੀ। ਰਣਜੀਤ ਸਿੰਘ ਨੂੰ ਰੋਕਣ ਆਉਂਦੇ ਆ ਜਿਹੜੇ, ਉਹਨਾਂ ਨੂੰ ਗ੍ਰਿਫਤਾਰ ਕਰਦੇ ਆ, ਰਣਜੀਤ ਸਿੰਘ ਦੇ ਸਮਾਗਮ ਦਾ ਸਰਕਾਰ ਕਰਾਉਂਦੀ ਆ, ਪੁਲਿਸ ਫੋਰਸਾਂ ਲੱਗਦੀਆਂ ਨੇ। ਮੈਨੂੰ ਇੱਕ ਵੀ ਜਗ੍ਹਾ ਦੱਸ ਦੋ ਮੇਰੇ ਸਰਕਾਰ ਨੇ ਸਮਾਗਮ ਕਰਾਏ ਹੋਣ। ਸਰਕਾਰ ਨੇ ਰੋਕੇ ਆ 1998 ਚ ਰੋਕਿਆ, ਬਾਦਲ ਸਰਕਾਰ ਨੇ ਪਹਿਲੀ ਵਾਰ ਡੇਰੇ ਸਰਸੇ ਵਾਲੇ ਮੇਰੇ 5 ਸਮਾਗਮ ਸੀ, ਕੋਟ ਫਤਿਹ 3 ਲੱਗ ਗਏ, 2 ਸਰਕਾਰ ਨੇ ਰੋਕ ਤੇ ਮੈਨੂੰ ਗ੍ਰਿਫਤਾਰ ਕਰ ਲਿਆ, ਪਾਬੰਦੀ ਲਾ ਦਿੱਤੀ, ਸਰਸੇ ਵਾਲੇ ਨਾਲ ਯਾਰੀ ਨਿਭਾਈ ਉਹਨਾਂ ਨੇ।
ਫਿਰ ਬਾਜਾ ਖਾਨਾ ਕੀ ਹੋਇਆ, ਸਾਡੇ ਸਮਾਗਮ ਸੀ, ਡੇਰੇ ਵਾਲੇ ਵਿਰੋਧ ਕਰਦੇ ਸੀ, ਸਾਡੇ ਤੇ ਗੋਲੀਆਂ ਚਲਾਈਆਂ, ਸਾਨੂੰ ਗ੍ਰਿਫਤਾਰ ਕਰ ਲਿਆ, 307 ਵੀ ਸਾਡੇ ਤੇ ਲਾਤੀ। ਆ ਹੁਣ ਜਾ ਕੇ 8-10 ਸਾਲਾਂ ਬਾਅਦ ਉਹਦੇ ਵਿੱਚੋਂ ਜਿਹੜਾ ਬਰੀ ਹੋਏ ਆ, ਫਿਰ ਜਾ ਕੇ ਭੀਖੀ ਸੀਗਾ, ਸਮਾਗਮ ਸਾਡੇ, ਦੋ ਦੀਵਾਨ ਲੱਗ ਗਏ, ਤੀਜੇ ਦਿਨ ਦਾ ਦੀਵਾਨ ਤੇ ਅੰਮ੍ਰਿਤ ਸੰਚਾਰ ਸੀਗਾ, ਪਰ ਦੂਜੇ ਦੀਵਾਨ ਚ ਬਿਜਲੀ ਦੀਆਂ ਤਾਰਾਂ ਪੁਲਿਸ ਨੇ ਪੱਟਤੀਆਂ ਸਾਡੇ ਸਮਾਗਮ ਦੀਆਂ। ਇਹ ਸਰਸੇ ਵਾਲੇ ਵਿਰੋਧ ਕਰਨ ਵਾਲੇ, ਮੈਂ ਕਿਸੇ ਦੇ ਖਿਲਾਫ਼ ਨੀ ਸੀ ਬੋਲ ਰਿਹਾ, ਮੈਂ ਤਾਂ ਧਰਮ ਪ੍ਰਚਾਰ ਕਰ ਰਿਹਾ ਸੀ। ਇੰਨਾ ਹੀ ਕਿਹਾ ਸੀ ਜਿਹੜੇ ਦਲਿਤ ਭਰਾ ਨੇ ਉਹਨਾਂ ਨੂੰ ਗੁਰੂ ਸਾਹਿਬ ਨੇ ਰੰਗਰੇਟੇ ਗੁਰੂ ਕੇ ਬੇਟੇ ਕਹਿ ਐਡਾ ਮਾਣ ਦਿੱਤਾ, ਆਪਾਂ ਡੇਰਿਆਂ ਦੇ ਪੁਜਾਰੀ ਬਣਨ ਦੀ ਬਜਾਏ ਗੁਰੂ ਗ੍ਰੰਥ ਸਾਹਿਬ ਦੇ ਬਣੀ ਹੈ, ਇੰਨੀ ਗੱਲ ਪਿੱਛੇ। ਤੇ ਬਾਅਦ ਚ ਸਾਨੂੰ ਤੀਜੇ ਦੀਵਾਨ ਦੇ ਗੁਰਦੁਆਰਿਓਂ ਨਿਕਲਦਿਆਂ ਨੂੰ ਗ੍ਰਿਫਤਾਰ ਕਰਕੇ ਫਿਰੋਜ਼ਪੁਰ ਜੇਲ੍ਹ ਚ ਬੰਦ ਕਰਤਾ, ਤੇ ਜਿਹੜੀ ਸੰਗਤ ਇਕੱਠੀ ਹੋਈ ਸੀ ਉਹਨਾਂ ਨੂੰ ਸ਼ਲੀਆਂ ਵਾਂਗੂ ਕੁੱਟਿਆ ਇਹਨਾਂ ਨੇ ਪੁਲਿਸ ਨੇ। ਸੋ ਕਹਿਣ ਤੋਂ ਭਾਵ ਸਾਡੇ ਸਮਾਗਮ ਤਾਂ ਸਰਕਾਰ ਰੱਦ ਕਰਦੀ ਰਹੀ ਆ, ਸਰਸੇ ਵਾਲਿਆਂ ਦੇ ਕਹਿਣ ਫੜਨਾ ਸਰਸੇ ਵਾਲਿਆਂ ਨੂੰ ਚਾਹੀਦਾ ਸੀਗਾ, ਫੜਦੇ ਸਾਨੂੰ ਰਹੇ ਆ। ਹੁਣ ਰਣਜੀਤ ਸਿੰਘ ਦਾ ਜਿਹੜਾ ਵਿਰੋਧ ਕਰਦੇ ਉਹਨਾਂ ਨੂੰ ਸਰਕਾਰ ਫੜਦੀ ਆ, ਰਣਜੀਤ ਸਿੰਘ ਦੇ ਜਿਹੜੇ ਸਮਾਗਮ ਉਹ ਕਰਵਾਏ ਜਾਂਦੇ ਆ। ਅਸੀਂ ਇੱਕ ਗੱਲ ਮੈਂ ਤੁਹਾਨੂੰ ਦੱਸਾਂ, ਦੇਖੋ ਸਾਨੂੰ ਸੁੱਖ ਦੇ ਸਾਧਨ ਰਣਜੀਤ ਸਿੰਘ ਦੇ ਇਦੋਂ ਵੀ ਵੱਧ, ਹੁਣ ਸਾਨੂੰ ਇਤਰਾਜ਼ ਨਹੀਂ, ਠੀਕ ਹੈ, ਇਦੋਂ ਵੀ ਵੱਡੀ ਉਹ 50 ਏਕੜਾਂ ਚ ਬਣਾਇਆ, 100 ਏਕੜਾਂ ਚ ਬਣਾ ਲੈਣ, ਸਾਨੂੰ ਕੋਈ ਇਹਦੇ ਨਾਲ ਨਹੀਂ। ਕੌਮ ਦੇ ਭਲੇ ਲਈ ਵਰਤਣ, ਧਰਮ ਪ੍ਰਚਾਰ ਲਈ ਵਰਤਣ, ਪੰਥ ਦੀ ਚੜ੍ਹਦੀ ਕਲਾ ਲਈ ਵਰਤਣ, ਇਹਦੋਂ ਵੱਧ ਉਹ ਬਸਤਰ ਸਮਾ ਲੈਣ, ਘੜੀਆਂ ਜੁੱਤੀਆਂ ਜੋੜੇ ਐਨਕਾਂ ਲੈ ਲੈਣ, ਸਾਨੂੰ ਕੋਈ ਇਤਰਾਜ਼ ਨਹੀਂ। ਸਾਨੂੰ ਸਿਰਫ ਇਹ ਆ ਕਿ ਜਿਸ ਚੀਜ਼ ਨੂੰ ਤੁਸੀਂ ਨਿੰਦਦੇ ਹੋ ਸਾਰਾ ਕੁਛ ਆਪ ਕਰਦੇ ਆ। ਅਵਰ ਉਪਦੇਸ਼ ਆਪ ਨਾ ਕਰੇ ਆਵਤ ਜਾਵਤ ਜਨਮੇ ਮਰੇ, ਬਾਣੀ ਕਹਿੰਦੀ ਕਬੀਰ ਅਵਰਾ ਕੋ ਉਪਦੇਸ਼ ਦੇ ਮੁੱਖ ਮੈਂ ਪਰ ਹੈ ਰੇਤ, ਰਾਸ ਬਰਾਨੀ ਰਾਖ ਤੇ ਖਾਇਆ ਘਰ ਕਾ ਖੇਤ। ਦੂਜਿਆਂ ਦੇ ਖੇਤ ਦੀ ਕਹਿੰਦੇ ਆਪਾਂ ਰਾਖੀ ਕਰਨੀ, ਆਪਦਾ ਸਾਰਾ ਹੀ ਜਿਹੜਾ ਖੇਤ ਉਜਾੜ ਲਿਆ। ਸੋ ਉਹ ਗੱਲਾਂ ਸਾਰੀਆਂ ਜਿਹੜੀਆਂ ਨੇ ਜਿਹਨਾਂ ਤੇ ਉਹ ਟੀਕਾ ਟਿੱਪਣੀ ਕਰਦੇ ਆ, ਉਹਨਾਂ ਨਾਲੋਂ ਵੱਧ ਜਿਹੜਾ ਹੈਗਾ ਇਹਨਾਂ ਦਾ ਵਾ, ਤੇ ਉਹਨਾਂ ਸਾਰਿਆਂ ਦਾ ਜਿਹੜਾ ਪੁਜਾਰੀ ਪੁਜਾਰੀ ਉਹਨਾਂ ਦੇ ਪੁਜਾਰੀ ਬਣ ਕੇ ਸੋਚਣ, ਭਾਈ ਰਣਜੀਤ ਸਿੰਘ ਨੇ ਕੀਤਾ, ਚਾਹੇ ਉਹ ਰਾੜਾ ਸਾਹਿਬ, ਚਾਹੇ ਨਾਨਕ ਸਾਹਿਬ, ਚਾਹੇ ਦਮਦਮੀ ਟਕਸਾਲ, ਚਾਹੇ ਖੰਡ ਕੀਰਤਨੀ ਜਥਾ, ਉਹ ਸਾਰਾ, ਚਾਹੇ ਨਿਹੰਗ ਸਿੰਘਾਂ ਵਾਂਗੂ ਦਮਾਲਾ ਬੰਨ ਕੇ ਖੰਡੇ ਲਾ ਕੇ ਸ਼ਸਤਰ ਸਜਾ ਕੇ ਮਾਲਾ ਸਜਾ ਕੇ ਹਨਾ ਹਾਰ ਸ਼ਿੰਗਾਰ ਲਾ ਕੇ ਸਾਰਾ, ਉਹ ਸਾਰਾ ਕੁਛ ਭਾਈ ਰਣਜੀਤ ਸਿੰਘ ਨੇ ਕੀਤਾ। ਇਹ ਤੇ ਸਾਰਾ ਧਿਆਨ ਜਿਹੜਾ ਹੈਗਾ ਸੰਗਤ ਦਾ ਭਟਕਾਉਣ ਵਾਸਤੇ, ਵੀ ਇੱਧਰ ਨੂੰ ਆਉਣ ਦੀ ਬਜਾਏ ਲੋਕ ਉੱਧਰ ਨੂੰ ਦੇਖਣ ਲੱਗ ਜਾਣ। ਸ੍ਰੀ ਅਕਾਲ ਤਖਤ ਸਾਹਿਬ ਤੇ ਹਰ ਵਿਅਕਤੀ, ਚਾਹੇ ਉਹ ਮਹਾਰਾਜਾ ਰਣਜੀਤ ਸਿੰਘ ਸੀ ਜਾਂ ਅੱਜ ਦੇ ਭਾਵੇਂ ਸੁਰਜੀਤ ਸਿੰਘ ਬਰਨਾਲਾ ਸੀ ਜਾਂ ਕੋਈ ਵੀ ਸੀਗਾ, ਪੇਸ਼ ਹੁੰਦੇ ਰਹੇ ਆ, ਜਾਂਦੇ ਰਹੇ ਆ। ਭਾਈ ਰਣਜੀਤ ਸਿੰਘ ਨੇ ਜੇ ਮੈਂ ਉੱਥੇ ਜਾਣਾ ਤੇ ਮੈਨੂੰ ਕਿਸੇ ਦੇ ਪੈਰਾਂ 'ਚ ਬਹਿਣਾ ਪੈਣਾ। ਨਹੀਂ ਦੇਖੋ, ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦਾ ਤਖਤ ਆ, ਸ੍ਰੀ ਅਕਾਲ ਤਖਤ ਸਾਹਿਬ, ਹਾਂਜੀ, ਬਾਕੀ ਕਿਸੇ ਨੇ ਤਲਬ ਤਾਂ ਕੀਤਾ ਹੀ ਨਹੀਂ ਅੱਜ ਤੱਕ ਭਾਈ ਰਣਜੀਤ ਸਿੰਘ ਨੂੰ, ਠੀਕ ਹੈ, ਅਜੇ ਤੱਕ ਤਾਂ ਵਿਚਾਰ ਚਰਚਾ ਦੀ ਨਾ ਸਰਬੱਤ ਖਾਲਸਾ ਜਥੇਦਾਰਾਂ ਨੇ ਕਿਸੇ ਨੇ ਤਲਬ ਕੀਤਾ, ਨਾ SGPC ਵੱਲੋਂ ਥਾਪੇ ਜਥੇਦਾਰਾਂ ਤਲਬ ਕੀਤਾ, ਗੱਲ ਤਾਂ ਵਿਚਾਰ ਚਰਚਾ ਦੀ ਹੋਈ ਅਜੇ ਤੱਕ। ਹਾਂਜੀ, ਇਹ ਵਿਚਾਰ ਜਿਹੜਾ ਆ, ਜਿਹੜੇ ਵਿਚਾਰ ਆ, ਇਹਨਾਂ ਬਾਰੇ ਗੱਲਬਾਤ ਕੀਤੀ ਜਾਵੇ। ਜਿਹੜੇ ਤੁਸੀਂ ਤਰਕ ਦਿੰਦੇ ਹੋ, ਵੈਸੇ ਉਹ ਲੌਜਿਕ ਦਿੰਦੇ ਆ, ਵਿਚਾਰ ਹੋਣੀ ਚਾਹੀਦੀ, ਲੌਜਿਕ ਦਿੰਦੇ ਹੋ, ਲੌਜਿਕ ਨਾਲ ਗੱਲ ਕਰੋ, ਤੇ ਤੁਸੀਂ ਲੌਜਿਕ ਹੀ ਦੇ ਦਿਓ ਇੱਥੇ ਆ ਕੇ ਆਪਣੇ, ਤੁਹਾਡੇ ਆ ਜਿਹੜੀਆਂ ਗੱਲਾਂ ਇਹਦਾ ਕੀ ਲੌਜਿਕ ਆ, ਹਨਾ, ਤੁਹਾਡੇ ਸਰੋਤ ਕੀ ਆ ਤੁਹਾਡੀਆਂ ਗੱਲਾਂ ਦਾ, ਹਨਾ। ਠੀਕ ਹੈ, ਤੁਸੀਂ ਕਹਿੰਦੇ ਹੋ ਵੀ ਨਾਗਰ ਸਾਰਾ ਪੰਥ ਜਾਂ ਅੱਜ ਦਾ ਇਤਿਹਾਸ ਕਹਿੰਦਾ ਵੀ ਭਾਈ ਬਚਿੱਤਰ ਸਿੰਘ ਨੇ ਨਾਗਣੀ ਮੱਥੇ ਚ ਮਾਰੀ, ਤੁਸੀਂ ਕਹਿੰਦੇ ਹੋ ਅੱਖ ਚ ਮਾਰੀ, ਅੱਖ ਨੰਗੀ ਸੀ, ਬਾਕੀ ਲੋਹੇ ਨਾਲ ਢਕਿਆ ਸੀ, ਨੰਗਾ ਤਾਂ ਮੂੰਹ ਵੀ ਸੀਗਾ, ਜਦੋਂ ਚੰਗਾੜਾ ਮਾਰਦਾ ਹੁੰਦਾ ਸੀ ਉਹਦੇ ਮੂੰਹ ਚ ਸੰਘੇ ਚ ਵੀ ਵਰਸੀ ਮਾਰੀ ਜਾ ਸਕਦੀ ਸੀ, ਹਨਾ। ਠੀਕ ਹੈ, ਤੇ ਅੱਖ ਚ ਤੁਸੀਂ ਅੱਜ ਤੁਸੀਂ ਅੱਖ ਕਹਿ ਰਹੇ ਹੋ, ਤੁਹਾਡਾ ਸਰੋਤ ਕੀ ਅੱਖ ਚ ਕਹਿਣ ਦਾ, ਠੀਕ ਹੈ, ਤੇ ਤੁਸੀਂ ਕਿੱਥੋਂ ਇਹ ਪੜਿਆ ਜਾਂ ਤੁਹਾਨੂੰ ਕੀ ਲਾਹੀ ਲਾਮ ਹੋਇਆ, ਇਹਦਾ ਲੌਜਿਕ ਦੱਸੋ ਇੱਥੇ ਜਾ ਕੇ, ਅੱਖ ਦੇ ਵਿੱਚ ਜਿਹੜੀ ਆ ਉਹ ਇਸ ਤਰ੍ਹਾਂ ਵਰਸੀ ਮਾਰੀ ਗਈ। ਸੋ ਇਸ ਤਰ੍ਹਾਂ ਬਹੁਤ ਸਾਰੀਆਂ ਗੱਲਾਂ ਨੇ ਇਤਿਹਾਸ ਦੀਆਂ, ਤੇ ਤੁਸੀਂ ਆਪਣੀ ਗੱਲ ਕਰੋ ਬੈਠ ਕੇ, ਹਨਾ। ਜਿੱਥੇ ਇਹ ਵੀ ਕਿਹਾ ਗਿਆ ਜੇ 5 ਮੈਂਬਰੀ ਕਮੇਟੀ ਦੀ ਜਾਂ ਜਥੇਦਾਰ ਜਨਰਾਲਾ ਸਾਹਿਬ, ਉਹ ਤਾਂ ਉਹਦੇ ਸਥਾਨ ਤੇ ਚਲੇ ਗਏ ਸੀ ਵੀ ਇੱਥੇ ਆਪਾਂ ਬਹਿ ਕੇ ਕਰ ਲੈਂਦੇ ਹਾਂ, ਹਾਂਜੀ ਹਾਂਜੀ, ਵੀ ਤੁਸੀਂ ਬਾਹਰ ਛੱਡੋ, ਨਹੀਂ ਕਿਤੇ ਜਾਣਾ ਹੋਣਾ, ਆਪਾਂ ਇੱਥੇ ਬਹਿ ਕੇ ਕਰ ਲੈਂਦੇ, ਕਰਦੇ ਹੀ ਨਹੀਂ ਆ ਉਸ ਗੱਲ ਨੂੰ, ਉਸ ਗੱਲ ਤੇ ਬਸ ਉਹ ਦੂਜੇ ਨੂੰ
ਭੰਡੀ ਪ੍ਰਚਾਰ ਜਿਹੜਾ ਕਰੀ ਜਾਣਾ, ਰੌਲਾ ਪਾਈ ਜਾਣਾ, ਨਾਲੇ ਰੋਈ ਜਾਣਾ, ਹਾਏ ਪੀੜ ਤੇ ਧਿਰ ਮੇਰੇ ਨਾਲ ਧੱਕਾ ਧੱਕਾ ਧੱਕਾ, ਕਿੱਥੇ ਸਾਰਾ ਕੁਛ ਜਿੰਨਾ ਪੰਥ ਨੇ ਤੇਰੀ ਝੋਲੀ ਚ ਪਾਇਆ, ਇਹਨਾਂ ਦਾ ਕਿਸੇ ਦੇ ਹੈ ਹੀ ਨੀ, ਪਾਇਆ ਹੀ ਨੀ, ਇੰਨਾ ਮਾਣ ਸਨਮਾਨ ਪਾਇਆ ਦੁਨੀਆ ਭਰ ਦੇ ਅੰਦਰ, ਤੇ ਤੂੰ ਆਪ ਹੀ ਹੁਣ ਨਾਲੇ ਮੈਂ ਪੀੜਤ ਆ ਜੀ, ਮੇਰੇ ਨਾਲ ਧੱਕਾ ਹੋ ਗਿਆ, ਨਾਲੇ ਤਾਂ ਇਮੋਸ਼ਨਲ ਬਲੈਕਮੇਲ ਕਰਨ ਦੀ ਗੱਲ ਆ, ਸੰਗਤਾਂ ਨੂੰ ਧਰਮ ਨੂੰ ਵਰਤਿਆ ਜਾ ਰਿਹਾ, ਵਰਤਿਆ ਜਾ ਰਿਹਾ, ਸ਼ਰੇਆਮ ਵਰਤਿਆ ਜਾ ਰਿਹਾ, ਪਰ ਸੰਗਤ ਗੁੰਮਰਾਹ ਸਮਝ ਨਹੀਂ ਰਹੀ। ਅਸੀਂ ਇੱਕੋ ਬੇਨਤੀ ਕਰਦੇ, ਸਾਡਾ ਕੋਈ ਕਿਸੇ ਤਰ੍ਹਾਂ ਦਾ ਜਾਤੀ ਵਿਰੋਧ ਨਹੀਂ, ਪਿਆਰ ਸਤਿਕਾਰ ਭਰਾਵਾਂ ਤੌਰ ਤੇ ਅੱਜ ਵੀ ਕਹਿੰਦੇ ਹਾਂ ਕਿ ਇਸ ਮਸਲੇ ਨੂੰ ਹੱਲ ਕਰਨ ਵਾਲੇ ਰਾਹ ਤੁਰਨਾ ਚਾਹੀਦਾ, ਉਹ ਕਿਹੜਾ ਮਸਲਾ ਹੱਲ ਹੋਵੇ। ਭਾਈ ਰਣਜੀਤ ਸਿੰਘ ਗੱਲਬਾਤ ਕਰੇ ਬੈਠ ਕੇ, ਗੱਲਬਾਤ ਹੁਣ 50 ਟੀਵੀ ਚੈਨਲਾਂ ਦੇ ਵੀ ਤਾਂ ਇੰਟਰਵਿਊ ਦੇ ਦਿੱਤੀਆਂ, ਤੇ ਜੇ 50 ਦੀ ਬਜਾਏ 5 ਬੰਦਿਆਂ ਨਾਲ ਬਹਿ ਕੇ ਗੱਲ ਕਰ ਲਏ, 2 ਨਾਲ ਕਰ ਲਏ, 1 ਨਾਲ ਕਰ ਲਏ, ਬੈਠ ਕੇ ਗੱਲ ਤਾਂ ਕਰੇ, ਕਿਸੇ ਨੇ ਆਪਣੀ ਦੱਸੇ ਵੀ ਆਹ ਗੱਲ। ਹੁਣ ਐਵੇਂ ਕਹਿ ਦੇਣਾ ਮੈਂ 1 ਰੱਬ ਮੰਨਦਾ, ਉਹ 2 ਰੱਬ ਮੰਨਦੇ, ਉਹ ਕੌਣ ਮੰਨਦੇ ਆ, ਇਹਦਾ ਕੋਈ ਪ੍ਰਮਾਣ ਨਹੀਂ। ਨਾ ਲੈ ਵੀ ਭਾਈ ਉਹ ਫਲਾਣੇ ਉਹ 2 ਰੱਬ ਮੰਨਦੇ ਆ, ਨਾ ਲੈ ਕਿਸੇ ਦਾ, ਨਾ ਕਿਸੇ ਦਾ ਨੀ, ਮੈਂ 1 ਰੱਬ ਮੰਨ, ਮੈਂ ਕਹਿੰਦਾ ਅੰਦਰ ਆ, ਉਹ ਕਹਿੰਦੇ ਆ ਉਹ ਬਾਹਰ ਆ, 1 ਅੰਦਰ ਵੀ 1 ਬਾਹਰ, ਉਹ ਕੌਣ ਆ, ਉਹ ਕੋਈ ਨੀ। ਉਹ ਕਹਿੰਦੇ ਤੁਹਾਡੇ ਬ੍ਰਹਮ ਗਿਆਨੀਆਂ ਦੀਆਂ ਐਡੀ ਐਡੀਆਂ ਗੱਲਾਂ, ਜੇ ਮੈਂ ਕਿਤੇ ਲੋਕਾਂ ਨੂੰ ਦੱਸ ਦਿੱਤੀਆਂ ਤੇ ਪਤਾ ਨੀ ਤੁਹਾਡਾ ਕੀ ਬਣ ਜਾਣਾ। ਨਹੀਂ, ਕੀ ਬ੍ਰਹਮ ਗਿਆਨੀਆਂ ਦੀਆਂ ਗੱਲਾਂ ਦੱਸੋਗੇ, ਦੱਸੋ ਤੁਸੀਂ। ਬ੍ਰਹਮ ਗਿਆਨੀਆਂ ਨੇ ਕਮਾਈਆਂ ਕੀਤੀਆਂ, ਜਿਹਨਾਂ ਨਾਮ ਬਾਣੀ ਜਪਿਆ ਜਪਾਇਆ, ਗੁਰੂ ਨਾਲ ਜੋੜਿਆ, ਜੇ ਸਾਡੇ ਗੁਰਸਥਾਨ ਬਣਾਏ ਤਾਂ ਵੀ ਕਾਰ ਸੇਵਾ ਨੇ ਰਾਹੀਂ, ਹਾਂਜੀ, ਗੁਰਸਥਾਨ ਬਣਾਏ, ਜੇ ਗੁਰੂ ਗ੍ਰੰਥ ਸਾਹਿਬ ਦਾ ਪਾਠ ਸਿਖਾਇਆ ਸੋਧ ਤਾਂ ਵੀ ਸਾਧੂ ਸਤ ਪੁਰਖਾਂ ਨੇ, ਜੇ ਅਦਬ ਸਤਿਕਾਰ ਸਿਖਾਇਆ ਤਾਂ ਵੀ ਉਹਨਾਂ ਨੇ, ਅਰਥ ਪੜਾਏ ਤਾਂ ਵੀ ਉਹਨਾਂ ਨੇ, ਪ੍ਰਚਾਰ ਪ੍ਰਸਾਰ ਅੰਮ੍ਰਿਤ ਸੰਚਾਰ ਕੀਤਾ ਤਾਂ ਵੀ ਉਹਨਾਂ ਨੇ, ਇਹਦੇ ਚ ਕੀ ਆ। ਬਾਕੀ ਇੱਕ ਗੱਲ ਹੋਰ, ਕੋਈ ਵੀ ਮਹਿਕਮਾ ਉਹਦੇ ਚ ਜੇ 1-2 ਬੰਦੇ ਜਿਹੜੇ ਵਿੱਚ ਜੇ ਕੋਈ ਐਸੇ ਆ ਗਏ ਆ, ਤੇ ਉਹਦੇ ਨਾਲ ਸਾਰਾ ਮਹਿਕਮਾ ਤਾਂ ਨੀ ਨਾ ਬਦਨਾਮ, ਮਹਿਕਮੇ ਚ ਸਾਰੀ ਸੰਸਥਾ ਨੂੰ ਤਾਂ ਤੁਸੀਂ ਬਦਨਾਮ ਨੀ ਨਾ ਕਰ ਸਕਦੇ, ਜੇ ਕਿਤੇ ਕੋਈ ਐਸੀ ਵੈਸੀ ਗੱਲ ਆ ਉਹਨੂੰ ਤੁਸੀਂ ਦੂਰ ਕਰ ਸਕਦੇ ਆ, ਕੱਢਿਆ ਜਾ ਸਕਦਾ ਹਨਾ ਬੈਠ ਕੇ, ਪਰ ਤੁਸੀਂ ਉਸ ਚੀਜ਼ ਨੂੰ ਨਿੰਦੋ, ਉਸ ਚੀਜ਼ ਨੂੰ ਤੁਸੀਂ ਜਿਹੜਾ ਹੈਗਾ ਬਾਕੀ ਸਾਰੀਆਂ ਤੁਸੀਂ ਪਾਸੇ ਰੱਖ ਦੋ, ਉਹਨਾਂ ਗੱਲਾਂ ਨੂੰ ਜਿਹੜਾ ਮੂਹਰੇ ਰੱਖ ਲਓ। ਇੱਕ ਬੜੇ ਦੋਸ਼ ਲੱਗ ਰਹੇ ਉਹਨਾਂ ਦੇ ਪੁਰਾਣੇ, ਪਹਿਲਾਂ ਵੀ ਇਹ ਬਾਤ ਬਾਅਦ ਚ ਸ਼ੁਰੂ ਹੋਇਆ ਕਿ ਵਿਦੇਸ਼ਾਂ ਚ ਜਾਂਦੇ ਆ ਆਪਣੇ ਬੰਦੇ ਛੱਡੇ ਆਉਂਦੇ ਆ, ਜਾਂ ਇਹ ਬਹੁਤ ਬੰਦੇ ਜਿਹੜੇ ਉਹਨਾਂ ਦੇ ਪਰਮੇਸ਼ਰ ਦੁਆਰ ਤੋਂ ਵੀ ਆਏ ਆ, ਜਿੱਦਾਂ ਤੁਸੀਂ ਗੱਲ ਕੀਤਾ ਨਾ ਵੀ ਕੋਈ ਵੀ ਦਾਇਰਾ ਵਧੀਆ ਨੀ, ਜਿੰਨਾ ਚਿਰ ਬੰਦਾ ਨਾਲ ਹੁੰਦਾ ਕਹਿੰਦਾ ਵੀ ਠੀਕ ਆ, ਜਦੋਂ ਵੱਖ ਹੁੰਦਾ ਤਾਂ ਕਹਿੰਦਾ ਨਹੀਂ ਇਹਦੇ ਚ ਆਹ ਹੁੰਦਾ ਸੀ ਆਹ ਹੁੰਦਾ ਸੀ। ਇੱਥੇ ਇੰਗਲੈਂਡ ਦੇ ਵਿੱਚ ਵੀ ਕੁਝ ਬੰਦੇ ਆਏ ਜਿਹਨਾਂ ਨੇ ਮਤਲਬ ਆਵਾਜ਼ੇ ਕੌਮ ਟੀਵੀ ਤੇ ਵੀ ਉਹਨਾਂ ਦਾ ਜਿਹੜੇ ਆ ਲਿੰਕ ਵਗੈਰਾ ਲੱਗੇ ਆ, ਜਿਹਨਾਂ ਨੇ ਬੋਲਿਆ ਕਿ ਹਾਂ ਭਾਈ ਰਣਜੀਤ ਸਿੰਘ ਦੇ ਵਿੱਚ ਆਹ ਨੋਕਸ਼ਿਆ, ਤੁਸੀਂ ਕੁਝ ਇਸ ਪੱਖ ਤੋਂ ਵੀ ਕਹਿਣਾ ਚਾਹੋ? ਮੇਰੇ ਕੋਲ ਬਹੁਤ ਆਏ ਉਹਨਾਂ ਨੂੰ ਜਿਹੜਾ ਉਹਨਾਂ ਦਾ ਡੇਰਾ ਛੱਡ ਕੇ ਆਏ, ਜਿੱਦਾਂ ਬਹੁਤ ਸਾਰੇ ਆ, ਜਿਹੜਾ ਬਿੱਟੂ ਆ, ਬਿੱਟੂ ਦਾ ਕਾਫੀ ਰੌਲਾ ਪਿਆ ਸੀਗਾ, ਹਾਂਜੀ, ਕਿ ਉੱਥੇ ਹੀ ਜਥੇ ਤੇ ਕੋਈ ਸੇਵਾਦਾਰ ਰਹਿੰਦਾ ਸੀਗਾ, ਉਹਦੇ ਪਰਿਵਾਰ ਦਾ ਰੌਲਾ ਕਾਫੀ ਪਿਆ, ਠੀਕ ਹੈ, ਉਹ ਸਾਰੀ ਵੱਡੀ ਗੱਲ ਆ। ਜਦੋਂ ਕਦੇ ਲਾਈਵ ਰਣਜੀਤ ਸਿੰਘ ਨਾਲ ਬੈਠਾਂਗੇ ਉਦੋਂ ਆਪਾਂ ਉਹ ਸਾਰੀ ਗੱਲ ਕਰਾਂਗੇ। ਮੈਂ ਉਹ ਖੁਦ ਬਿੱਟੂ ਨੇ ਮੈਨੂੰ ਫੋਨ ਕੀਤਾ ਕਿ ਆਹ ਜਿਹੜੀ ਗੱਲਬਾਤ ਆ ਤੁਸੀਂ ਭਾਈ ਰਣਜੀਤ ਸਿੰਘ ਨੂੰ ਕਹੋ ਵੀ ਉਹ ਤੁਹਾਡੀ ਸੁਣਦੇ ਆ, ਹਨਾ। ਮੈਂ ਕਿਹਾ ਵੀ ਇਹ ਗੱਲ ਹੋਈ ਆ ਜਾਂ ਨਹੀਂ, ਉਹ ਕਹਿੰਦੇ ਹੋਈ ਆ। ਮੈਂ ਕਿਹਾ ਜੇ ਹੋਈ ਆ ਤਾਂ ਫਿਰ ਮੈਂ ਤੁਹਾਡੀ ਮਦਦ ਇਸ ਚ ਕਾਹਦੀ ਕਰਾਂ, ਤੇ ਤੁਸੀਂ ਆਪ ਹੀ ਗੱਲ ਕਰ ਲਓ, ਠੀਕ ਹੈ, ਪਰ ਮੈਂ ਮਦਦ ਇਹਦੇ ਚ ਕਾਹਦੀ ਕਰਾਂ ਵੀ ਇੱਕ ਪਾਸੇ ਤੁਸੀਂ ਗਲਤੀ ਕਰੋ, ਦੂਜਾ ਤੁਸੀਂ ਕਹੋ ਮੇਰੀ ਸਿਫਾਰਿਸ਼ ਕਰੋ ਰਣਜੀਤ ਸਿੰਘ ਨੂੰ, ਹਨਾ, ਵੀ ਰਣਜੀਤ ਸਿੰਘ ਨੂੰ ਮੇਰੀ ਸਿਫਾਰਿਸ਼ ਕਰੋ, ਇਹ ਗੱਲ ਨੀ। ਮੇਰੇ ਕੋਲੇ ਬਹੁਤ ਬੰਦੇ ਆਏ, ਬਹੁਤ ਸਾਰੀਆਂ ਗੱਲਾਂ ਨੇ, ਪਰ ਮੈਂ ਹੋ ਸਕਦਾ ਵਿੱਚ ਕਈ ਬੰਦੇ ਵਧਾ ਚੜਾ ਕੇ ਵੀ ਕਰਦੇ, ਜਿੰਨਾ ਚਿਰ ਆਪਾਂ ਰਹਿੰਦੇ ਹਾਂ ਕਿਸੇ ਸੰਸਥਾ ਚ ਉਹਨਾਂ ਚਿਰ ਸਾਨੂੰ ਸਾਰੀਆਂ ਗੱਲਾਂ ਜਿਹੜੀਆਂ ਚੰਗੀਆਂ ਲੱਗਦੀਆਂ, ਜਦੋਂ ਅਸੀਂ ਚਲੇ ਜਾਂਦੇ ਉਦੋਂ ਕਈ ਗੱਲਾਂ ਜਿਹੜੀਆਂ ਸਾਨੂੰ
ਵਿਰੋਧ ਜਿਹੜਾ ਅਸੀਂ ਪੈਦਾ ਕਰਦੇ ਹਾਂ ਤਾਂ ਉਹਦੇ ਚ ਵਧਾ ਚੜਾ ਕੇ ਵੀ ਕਰਦੇ ਹਾਂ। ਪਰ ਮੈਂ ਇਹਨਾਂ ਗੱਲਾਂ ਦੇ ਹੱਕ ਚ ਨਹੀਂ, ਮੈਂ ਸਿਰਫ ਇਹ ਆ ਕਿ ਉਹ ਕੀ ਆ ਕੀ ਨਹੀਂ, ਇੱਥੇ ਤੁਸੀਂ ਉਹਨਾਂ ਨਾਲ ਗੱਲ ਕਰ ਸਕਦੇ ਜਿਹੜੇ ਕਹਿੰਦੇ ਆ, ਠੀਕ ਹੈ। ਪਰ ਮੈਂ ਸਿਰਫ ਇਹਨਾਂ ਨੂੰ ਇਹੀ ਗੱਲ ਭਾਈ ਰਣਜੀਤ ਸਿੰਘ ਨੂੰ ਕਹਿਣੀ ਚਾਹੁੰਦਾ ਕਿ ਪੰਥ ਦੇ ਵਿੱਚ ਇਸ ਤਰ੍ਹਾਂ ਦੇ ਵਿਵਾਦ ਚੰਗੇ ਨਹੀਂ ਆ, ਕਰਨ ਨੂੰ ਬਹੁਤ ਕੁਛ ਪਿਆ। ਸਾਨੂੰ ਤਾਂ ਚਾਰ ਸਫੇਰਿਓਂ ਢਾਹ ਲਾਈ ਦੁਸ਼ਮਣ ਸਾਰੇ, ਸਾਨੂੰ ਜਿਹੜਾ ਟਾਰਗੇਟ ਕੀਤਾ ਹੋਇਆ, ਹਾਂਜੀ ਹਾਂਜੀ, ਕੌਮ ਦੇ ਗਲ ਗੁਲਾਮੀ ਪਈ ਹੋਈ ਆ। ਤੁਸੀਂ ਇਸ ਪਾਸੇ ਨੂੰ ਕੋਈ ਕੌਮ ਨੂੰ ਜਿਹੜਾ ਹੈਗਾ ਸਾਡੇ ਚੰਗੇ ਪਾਸੇ ਨੂੰ ਲੈ ਕੇ ਤੁਰੋ, ਤੁਸੀਂ ਕਿਹੜੇ ਪਾਸੇ ਲੈ ਤੁਰੇ ਆ? ਇਹ ਜਿੱਦਾਂ ਹੁਣ ਜੇ ਅਪਰੋਚ ਕਰਨੀ ਹੋਵੇ, ਤੁਹਾਨੂੰ ਕੋਈ ਕਵੇ ਜਾਂ ਖਾਲਸਾ ਪੰਥ ਇਹ ਕਵੇ ਵੀ ਭਾਈ ਤੁਹਾਡੇ ਨਾਲ ਗੱਲ ਕਰ ਸਕਦੇ ਆ ਜਾਂ ਤੁਸੀਂ ਉਹਨਾਂ ਨਾਲ ਗੱਲ ਕਰ ਸਕਦੇ, ਮੈਨੂੰ ਬਹਿ ਕੇ ਆਪਾਂ, ਚਲੋ ਮੀਡੀਆ 'ਚ ਤਾਂ ਕਰਦੇ ਹਾਂ ਅਪੀਲ ਵੀ ਕਰਦੇ ਹਾਂ, ਪਰਸਨਲੀ ਨਹੀਂ, ਹਰ ਵੇਲੇ ਹਾਜ਼ਰ ਹਾਂ ਜੀ। ਸਾਨੂੰ ਕੋਈ ਕਹੇ ਅਸੀਂ ਹਰ ਵੇਲੇ ਹਾਜ਼ਰ ਹਾਂ, ਜਿੱਥੇ ਪੰਥ ਦੇ ਕੌਮ ਦੀ ਗੱਲ ਆ, ਪੰਥ ਦੇ ਕਿਸੇ ਮੁੱਦੇ ਦੀ ਗੱਲ, ਅੱਧੀ ਰਾਤ ਨੂੰ ਵੀ ਹਾਜ਼ਰ ਹਾਂ, ਠੀਕ ਹੈ, ਹਰ ਵੇਲੇ ਹਾਜ਼ਰ ਹਾਂ। ਤੇ ਸਾਡਾ ਕਿਸੇ ਨਾਲ ਕੋਈ ਵੈਰ ਵਿਰੋਧ ਨਹੀਂ ਇਸ ਤਰ੍ਹਾਂ ਦਾ, ਕੋਈ ਗੈਰ ਸਿੱਖ ਵੀ ਕਿਉਂ ਨਾ ਹੋਵੇ, ਬੈਠ ਕੇ ਜਿੱਥੇ ਪੰਥ ਦੇ ਮਸਲੇ ਦੀ ਗੱਲ ਆ, ਉੱਥੇ ਬਲਜੀਤ ਸਿੰਘ ਦਾਦੂਵਾਲ ਹਰ ਵੇਲੇ ਹਾਜ਼ਰ ਆ, ਪੰਥ ਦੇ ਭਲੇ ਲਈ, ਪੰਥ ਲਈ, ਕੌਮ ਲਈ। ਜਿੱਥੇ ਸਹੀ ਹੋ ਸਹੀ ਕਹਿੰਦੇ, ਜਿੱਥੇ ਗਲਤ ਆ ਉੱਥੇ ਗਲਤ ਕਹਿੰਦੇ। ਇਹ ਕੁਝ ਹੋਰ ਮਸਲੇ ਆ ਜਿੱਦਾਂ ਆਮ ਲੋਕਾਂ 'ਚ ਸਵਾਲ ਆਉਂਦਾ ਜਾਂ ਭਾਈ ਰਣਜੀਤ ਸਿੰਘ ਨੇ ਵੀ ਤੁਹਾਨੂੰ ਕਰ ਦਿੱਤਾ ਵੀ ਹੁਣ ਇਹ ਬਰਗਾੜੀ ਮੋਰਚੇ ਤੋਂ ਵਿਹਲੇ ਹੋਏ ਆ ਤੇ ਤਾਂ ਮੇਰੇ ਦੁਆਲੇ ਹੋ ਗਏ, ਤੇ ਮੈਂ ਤੁਹਾਨੂੰ ਪੁੱਛਣਾ ਚਾਹੁੰਦਾ ਕਿ ਜਿਹੜੇ ਬਰਗਾੜੀ ਮੋਰਚੇ ਦੀ ਗੱਲ ਬੇਸ਼ੱਕ ਸਾਰੇ ਲੋਕਾਂ ਨੂੰ ਪਤਾ ਆ, ਪਰ ਹੁਣ ਜਿੱਦਾਂ ਜਿਹੜੇ ਸਰਬੱਤ ਖਾਲਸਾ ਦੇ ਜਥੇਦਾਰ ਜਾਂ ਜਿਹੜੀ ਬਾਕੀ ਧਿਰਾਂ ਆ, ਜਿਹੜੇ ਉਹ ਮਸਲੇ ਸੀ ਜਿਹੜੇ ਕਾਂਗਰਸ ਸਰਕਾਰ ਨੇ ਵੀ ਵਾਅਦੇ ਕਰਕੇ ਪੂਰੇ ਨਹੀਂ ਕੀਤੇ, ਤੁਸੀਂ ਉਹਨਾਂ ਨੇ ਹੁਣ ਕੁਝ ਕਰ ਰਹੇ? ਦੇਖੋ, ਪਹਿਲੀ ਗੱਲ ਤਾਂ ਇਹ ਬਰਗਾੜੀ ਮੋਰਚਾ ਜਿਹੜਾ, ਬਰਗਾੜੀ ਮੋਰਚੇ ਦੀਆਂ ਪ੍ਰਾਪਤੀਆਂ ਤੁਹਾਡੇ ਸਾਹਮਣੇ, ਵੱਖਰੀ ਗੱਲ ਹੈ ਕਿ ਡਿਸੀਜਨ ਠੀਕ ਨਹੀਂ ਹੋਇਆ, ਪਰ ਮੋਰਚੇ ਲੱਗਦੇ ਵੀ ਰਹਿੰਦੇ, ਕੌਮ ਵਿੱਚ ਹਟਦੇ ਵੀ ਰਹਿੰਦੇ, ਸਮਾਪਨ ਵੀ, ਉਹ ਵੀ ਸਮਾਪਨ ਹੋਣਾ ਸੀ, ਉਹ ਸਦਾ ਤਾਂ ਲੱਗਿਆ ਨਹੀਂ ਸੀ ਰਹਿਣਾ, ਠੀਕ ਹੈ, ਪਰ ਉਹਦਾ ਵਾਇੰਡ ਅਪ ਜਿਹੜਾ ਸਮਾਪਾ, ਮੈਂ ਸਮਝਦਾ ਵੀ ਉਹ ਸਹੀ ਤਰੀਕੇ ਨਾਲ ਨਹੀਂ ਹੋਇਆ, ਜਿੱਥੇ ਸਾਡਾ ਵੀ ਤਕਰਾਰ ਪੈਦਾ ਹੋਇਆ ਜਥੇਦਾਰ ਮਾਨ ਸਾਹਿਬ ਨਾਲ। ਬਾਕੀ ਜੇ ਕਹੀਏ ਵੀ ਜਥੇਦਾਰ ਮਾਨ ਸਾਹਿਬ, ਹੁਣ ਉਹਨਾਂ ਦਾ ਅੱਧਾ ਪਰਿਵਾਰ ਸ਼ਹੀਦ ਹੋਇਆ, ਦੇਖੋ ਉਹਨਾਂ ਦੀ ਵੀ ਐਡੀ ਕੁਰਬਾਨੀ ਕੌਮ ਵਾਸਤੇ, ਅੱਧਾ ਪਰਿਵਾਰ ਸ਼ਹੀਦ ਹੋਇਆ, ਭਰਾ ਸ਼ਹੀਦ ਹੋਏ ਆ, ਫਿਰ ਇਸ ਮੋਰਚੇ ਵਿੱਚ ਵੀ ਉਹ ਬੈਠੇ ਰਹੇ ਲਗਾਤਾਰ ਉੱਥੇ 6.5 ਮਹੀਨੇ, ਹੈ ਨਾ, ਜਿਹੜਾ 6.5 ਮਹੀਨੇ ਇਸ ਤਰ੍ਹਾਂ ਬੈਠਣਾ ਜਿਹੜਾ ਉਹ ਕੋਈ ਸੌਖੀ ਗੱਲ ਨਹੀਂ ਹੁੰਦੀ। ਪਰ ਹਾਂ, ਜਿੱਥੇ ਸਾਡਾ ਵਿਰੋਧ ਉਹਨਾਂ ਨਾਲ ਮਤਭੇਦ ਆ ਕਿ ਉਹ ਸਾਰਿਆਂ ਦੀ ਸਹਿਮਤੀ ਦੇ ਨਾਲ ਜਿਹੜਾ ਸੀ ਉਹਨਾਂ ਨੂੰ ਸਮ ਅਪ ਕਰਨਾ ਚਾਹੀਦਾ ਸੀ, ਉੱਥੇ ਮੈਂ ਨਹੀਂ ਸੀ ਆਉਣੀ ਚਾਹੀਦੀ ਵੀ ਮੇਰਾ ਮੋਰਚਾ ਮੈਂ ਲਾਇਆ ਜਾਂ ਇਸ ਤਰ੍ਹਾਂ ਦੀਆਂ ਗੱਲਾਂ ਜਿਹੜੀਆਂ ਆਈਆਂ ਉਹਦੇ ਕਰਕੇ ਇਸ ਤਰ੍ਹਾਂ ਦੇ ਹਾਲਾਤ ਹੋਏ। ਬਰਗਾੜੀ ਮੋਰਚੇ ਦੀਆਂ ਜਿੰਨੀਆਂ ਪ੍ਰਾਪਤੀਆਂ, ਮੈਂ ਸਮਝਦਾ ਮੇਰੀ ਜ਼ਿੰਦਗੀ 'ਚ ਜਿੰਨੇ ਮੋਰਚੇ ਮੈਂ ਵੇਖੇ, ਏਡੀ ਵੱਡੀਆਂ ਪ੍ਰਾਪਤੀਆਂ ਕਿਸੇ ਮੋਰਚੇ 'ਚ ਨਹੀਂ ਹੋਈਆਂ। ਇਹ ਵੱਖਰੀ ਗੱਲ ਹੈ ਕਿ ਅਸੀਂ ਜਿਹੜਾ ਹੈਗਾ, ਜਿਵੇਂ ਕਹਿੰਦੇ ਗਲਾਸ ਅੱਧਾ ਭਰਿਆ ਤੇ ਅੱਧਾ ਖਾਲੀ ਆ, ਤੁਸੀਂ ਖਾਲੀ ਵਾਲਾ ਲੈਣਾ ਤਾਂ ਖਾਲੀ ਵਾਲਾ ਪਾਸਾ ਲੈ ਲਓ, ਭਰੇ ਵਾਲਾ ਲੈਣਾ ਤਾਂ ਭਰੇ ਵਾਲਾ ਲੈ ਲਓ। ਜਿਹੜੇ ਵਿਰੋਧੀ ਲੋਕ ਆ ਉਹਨਾਂ ਦਾ ਜ਼ੋਰ ਲੱਗਿਆ ਹੋਇਆ ਇਸ ਗੱਲ ਤੇ, ਕਿਉਂਕਿ ਮੈਂ ਇਹ ਸਵਾਲ ਤਾਂ ਵੀ ਕੀਤਾ ਕਿ ਪਿਛਲੇ ਦਿਨੀ ਜਿਹੜੇ ਮੁੱਖ ਗਵਾਹ ਸੁਰਜੀਤ ਸਿੰਘ ਸੀ, ਉਹਨਾਂ ਦੀ ਧਰਮ ਪਤਨੀ ਜਿਹੜੀ ਸਰਕਾਰ ਜਾਂ ਤੁਸੀਂ ਵੀ ਸਾਰੇ ਬਰਗਾੜੀ ਮੋਰਚਾ ਵੀ ਇਹ ਕਹਿ ਰਹੇ ਵੀ ਇਹ ਜਿਹੜਾ ਪੈਣਾ ਕੈਪਟਨ ਸਾਹਿਬ ਵੀ ਕਹਿੰਦੇ ਜੀ ਬਾਦਲ ਦੇ ਘਰ ਵੱਲ ਨੂੰ ਜਾਂਦੀਆਂ, ਤੇ ਅੱਜ ਉਹ ਪਰਿਵਾਰ ਬਾਦਲ ਦੇ ਕੋਲ ਮਜੀਠੀਏ ਦੇ ਸਾਹਮਣੇ ਬੈਠ ਕੇ ਲੋਕਾਂ ਨੂੰ ਦੱਸ ਰਿਹਾ ਵੀ ਸਾਡੇ ਸਾਨੂੰ ਕਾਂਗਰਸ। ਦੇਖੋ, ਜਿਹੜੇ ਸਿਆਸੀ ਬੰਦੇ ਨਾ, ਸਿਆਸੀ ਤੌਰ ਤੇ ਵਰਦੇ ਜੀ, ਕੋਈ ਦੋ ਰਾਵਾਂ ਨਹੀਂ ਕਿ ਕੈਪਟਨ ਕਾਂਗਰਸ ਸਰਕਾਰ ਨੇ ਉਸ ਵੇਲੇ ਇਸ ਮੁੱਦੇ ਨੂੰ ਆਪਣੇ ਹੱਕ 'ਚ ਵਰਤਣ ਲਈ ਜ਼ੋਰ ਲਾਇਆ, ਤੇ ਅੱਜ ਜੇ ਉਹ ਗਵਾਹ ਦੀ ਮੌਤ ਹੋਈ ਹੈ ਤੇ ਅੱਜ ਉਹਨੂੰ ਮਜੀਠੀਆ ਜਾਂ ਸੁਖਬੀਰ ਆਪਣੇ ਹੱਕ 'ਚ ਵਰਤਣ ਲਈ ਪੂਰਾ ਜ਼ੋਰ ਲਾ ਰਹੇ ਆ। ਸਵਾਲ ਇਹ ਹੈ ਵੀ ਕਾਰਨ ਕੀ ਹੋਇਆ? ਇਹਦੇ 'ਚ ਕੋਈ ਦੋ ਰਾਵਾਂ ਨਹੀਂ ਆ, ਪਰ ਅਸਲ ਜਿਹੜੀ ਕਹਾਣੀ ਹੈ ਕਿ ਦੇਖੋ, ਕੈਪਟਨ ਸਰਕਾਰ ਨੇ ਦੋ ਮੰਤਰੀ ਭੇਜੇ ਸੀ 9 ਦਸੰਬਰ ਨੂੰ, ਜਦੋਂ ਮੋਰਚਾ ਸਮਾਪਤ ਹੋਇਆ ਉਸ ਦਿਨ ਉਹਨਾਂ ਨੇ ਐਲਾਨ ਕੀਤਾ ਸੀ ਸਾਰੀਆਂ ਮੰਗਾਂ ਮੰਨਾਂਗੇ, ਆਹ ਕੁਛ ਕਰਾਂਗੇ, ਇੱਦਾਂ ਕਰਾਂਗੇ, ਉਸ ਤੋਂ ਬਾਅਦ ਉਹ ਮੁੱਕਰ ਗਏ, ਤੇ ਉਹ ਖੁਦ ਮੰਤਰੀ ਕਹਿ ਰਿਹਾ ਹੁਣ, ਸੁਖਜਿੰਦਰ ਸਿੰਘ ਰੰਧਾਵਾ ਦਾ ਬਿਆਨ ਸੁਣੋ, ਕਹਿ ਰਿਹਾ ਵੀ ਕੈਪਟਨ ਸਾਹਿਬ ਨਹੀਂ ਕਰ ਰਹੇ, ਬਾਦਲ ਕੈਪਟਨ ਦੋਸਤੀ, ਅਸੀਂ ਪਰੇਸ਼ਾਨ ਆ ਕਿ ਉਹ ਨਹੀਂ ਕਰ ਰਹੇ। ਇਹਦੇ ਵਿੱਚ ਹੁਣ ਕੈਪਟਨ ਅਮਰਿੰਦਰ ਸਿੰਘ ਜਵਾਬ ਦੇ ਆ, ਮੁੱਖ ਮੰਤਰੀ ਪੰਜਾਬ,
ਪਹਿਲਾਂ ਸਰਕਾਰ ਬੰਦ ਤੋਂ ਕਿਹਾ ਸੀ ਬੇਦਬੀ ਦੀਆਂ ਪੈੜਾਂ ਬਾਦਲਾਂ ਦੇ ਘਰ ਨੂੰ ਜਾਂਦੀਆਂ, ਤੇ ਹਾਂਜੀ ਬਾਅਦ ਵਿੱਚ ਭੁੱਲ ਕੇ ਹੁਣ ਬਾਦਲਾਂ ਨਾਲ ਜਾ ਰਹੀ ਆ, ਤੇ ਹੁਣ ਸਾਰਾ ਕੁਝ ਕੈਪਟਨ ਅਮਰਿੰਦਰ ਸਿੰਘ ਭੁੱਲਿਆ ਪਿਆ। ਕੈਪਟਨ ਅਮਰਿੰਦਰ ਸਿੰਘ ਨੂੰ ਹੁਣ ਪੰਥ ਵਿਰੋਧੀ ਕੋਈ ਮਸਲਾ ਹੋਵੇ ਉਹਦੇ ਤੇ ਕੈਪਟਨ ਅਮਰਿੰਦਰ ਸਿੰਘ ਤਿਆਰ ਬਰ ਤਿਆਰ ਆ। ਹਰਜੀਤ ਸਿੰਘ ਸੱਜਣ ਡਿਫੈਂਸ ਮਿਨਿਸਟਰ ਕੈਨੇਡਾ ਚੋਂ, ਸਾਡਾ ਸਿੱਖ ਭਰਾ ਹੁੰਦਾ, ਸਾਡਾ ਮਾਣ ਨਾਲ ਸੀਨਾ ਚੌੜਾ ਹੋਣਾ ਚਾਹੀਦਾ ਹਾਂਜੀ, ਕਿ ਸਾਡੇ ਸਿੱਖ ਭਰਾ ਨੂੰ ਕੈਨੇਡਾ ਨੇ ਡਿਫੈਂਸ ਮਿਨਿਸਟਰ ਬਣਾਇਆ, ਠੀਕ ਹੈ। ਕੈਪਟਨ ਅਮਰਿੰਦਰ ਸਿੰਘ ਉਹਦਾ ਵਿਰੋਧ ਕਰ ਰਿਹਾ, ਉਹਦੀ ਇੰਨੀ ਬੇਕਦਰੀ ਕੀਤੀ ਇੱਥੇ ਪੰਜਾਬ ਦੇ ਵਿੱਚ। ਅੱਜ ਇੰਡੀਆ ਗਵਰਨਮੈਂਟ ਨੇ ਉਹਨੂੰ, ਨਰਿੰਦਰ ਮੋਦੀ ਨੇ, ਉਦੋਂ ਰਾਜਨਾਥ ਸਿੰਘ ਸੀ ਸ਼ਾਇਦ ਗ੍ਰਹਿ ਮੰਤਰੀ, ਉਹਨਾਂ ਨੇ ਤਾਂ ਗਾਰਡ ਆਫ ਆਨਰ ਦਿੱਤਾ ਉੱਥੇ ਸਾਰੀਆਂ ਚਾਰੇ ਫੌਜਾਂ ਦਾ, ਜਿਹੜੀਆਂ ਮੇਨ ਸੀਗੀਆਂ ਹਾਂਜੀ ਦਿੱਲੀ ਦੇ ਵਿੱਚ, ਤੇ ਪੰਜਾਬ 'ਚ ਉਹਦੀ ਬੇਕਦਰੀ ਕੀਤੀ। ਕਰਤਾਰਪੁਰ ਸਾਹਿਬ ਦਾ ਲਾਂਘਾ ਖੁੱਲ ਰਿਹਾ ਸੀ, ਨਰਿੰਦਰ ਮੋਦੀ ਦਾ ਉਦਘਾਟਨ ਕਰਨ ਆ ਰਹੇ ਆ, ਕੈਪਟਨ ਅਮਰਿੰਦਰ ਸਿੰਘ ਵਿਰੋਧ ਕਰ ਰਿਹਾ ਉਹਦਾ। ਹੁਣ ਵੀ ਆ ਜੇ DGP ਪੰਜਾਬ ਆ ਕੈਪਟਨ ਅਮਰਿੰਦਰ ਸਿੰਘ, ਉਹ ਉਹਦਾ ਵਿਰੋਧ ਕਰੀ ਜਾ ਰਿਹਾ। ਸੋ ਜਿਹੜੇ ਪੰਥ ਵਿਰੋਧੀ ਮਸਲੇ ਆ, ਜਿਹੜੇ ਪੰਥ ਦੇ ਖਿਲਾਫ ਜਾਂਦੀ ਆ ਗੱਲ, ਉੱਥੇ ਤਾਂ ਉਹ ਸਵਾ ਸ਼ੇਰ ਹੋ ਜਾਂਦੇ, ਚੰਗਿਆਈ ਆਰ ਕਰੇ ਬੁਰਿਆਈ ਹੋਏ ਸਿਰ, ਜਿੱਥੇ ਬਰਗਾੜੀ ਕਾਂਡ ਦੇ ਇਨਸਾਫ਼ ਦੀ ਗੱਲ ਆਉਂਦੀ, ਉੱਥੇ ਕੈਪਟਨ ਅਮਰਿੰਦਰ ਸਿੰਘ ਭਿੱਜੀ ਬਿੱਲੀ ਵਾਂਗੂ ਬੈਠ ਜਾਂਦਾ, ਕਿਉਂਕਿ ਇੱਕ ਉਹ ਕਰਦਾ ਨਹੀਂ ਇਸ ਪਾਸੇ। ਇੱਕ ਸਮਾਂ ਸੀ ਸ਼ਾਇਦ ਜਿਹੜੀ ਆਹ ਟਰਮ ਹੈ, ਇਹ ਨਹੀਂ ਜਦੋਂ ਪਿਛਲੀ ਟਰਮ ਸੀ ਕੈਪਟਨ ਦੀ, ਲੋਕੀ ਇਹ ਕਹਿਣ ਲੱਗ ਪਏ ਸੀ ਵੀ ਜਿਹੜੇ ਸਿੱਖ ਮਸਲਿਆਂ ਤੇ ਬਾਦਲ ਨਾਲੋਂ ਕੈਪਟਨ ਚੰਗਾ ਆ, ਪਰ ਹੁਣ ਪਿਛਲੇ ਜਿਹੜੇ 5 ਸਾਲ ਸੀ ਨਾ, ਉਹ ਪਿਛਲੇ 5 ਸਾਲਾਂ ਨੂੰ ਵੇਖ ਕੇ ਲੋਕਾਂ ਨੇ ਭਰੋਸਾ ਕਰ ਲਿਆ ਹੁਣ ਤੇ ਲੈ ਆਉਂਦਾ, ਪਰ ਜਿਹੜੇ ਇਹ 5 ਸਾਲ ਐਸਾ ਸਤਿਆਨਾਸ਼ ਕੀਤਾ ਕੈਪਟਨ ਅਮਰਿੰਦਰ ਸਿੰਘ ਨੇ, ਪੰਜਾਬ ਦਾ ਬੱਚਾ ਬੱਚਾ ਤੁਸੀਂ ਹੋਰ ਤਾਂ ਛੱਡੋ, ਜਿਹੜੀ ਉਹਦੀ ਪਾਰਟੀ ਦੇ MLA ਮੰਤਰੀ, ਉਹਦੀ ਪਾਰਟੀ ਦੇ ਵਰਕਰ ਆ, ਉਹ ਸਾਰੇ ਕਹਿ ਰਹੇ, ਉਹ ਤਾਂ ਇੱਥੋਂ ਤੱਕ ਕਹਿ ਰਹੇ ਵੀ ਇਹਨੇ ਤਾਂ ਚੋਣ ਲੜਨੀ ਨੀ, ਇਹਨੇ ਤਾਂ ਆਪਣਾ ਬੋਰੀ ਬਿਸਤਰਾ CM ਹਾਊਸ ਤੋਂ ਚੱਕ ਲਿਆ ਤੇ ਮਹਿੰਦਰਾ ਬਾਗ 'ਚ ਜਿਹੜਾ ਨਵਾਂ ਚੰਡੀਗੜ੍ਹ ਆ ਉੱਥੇ ਆਪਣਾ ਬੰਗਲਾ ਬਣਾ ਲਿਆ, ਉੱਥੇ ਲੈ ਗਿਆ। ਤੇ ਅਸੀਂ ਲੋਕਾਂ 'ਚ ਜਾਣਾ, ਅਸੀਂ ਮੁੜ ਕੇ ਵੀ ਇਲੈਕਸ਼ਨ ਲੜਨੀ ਆ, ਸਾਡਾ ਹਸਰ ਕੀ ਹੋਊਗਾ। ਹੁਣ ਸਾਰੇ ਪੰਥ ਵਿਰੋਧੀ ਕੰਮ ਜਿਹੜੇ ਕੈਪਟਨ ਸਰਕਾਰ 'ਚ ਹੋ ਰਹੇ ਆ, ਪਹਿਲਾਂ ਸਰਸੇ ਵਾਲਿਆਂ ਦਾ ਬਾਦਲਾਂ ਵੇਲੇ ਵੀ ਜ਼ੋਰ ਚੱਲਦਾ ਸੀ, ਹੁਣ ਕੈਪਟਨ ਵੇਲੇ ਵੀ ਚੱਲ ਰਿਹਾ। ਸਾਡੇ ਨਾਲ ਹੀ ਮੋੜ ਮੰਡੀ ਦੇ ਪ੍ਰੇਮ ਕੋਟਲੀ ਖੁਰਦ ਪਿੰਡ ਆ, ਠੀਕ ਹੈ, ਉਦੋਂ ਬਾਦਲਾਂ ਦਾ ਰਾਜ ਸੀ, ਇੱਕ ਅੰਮ੍ਰਿਤਧਾਰੀ ਸਰਪੰਚ ਸੀਗਾ, ਅੰਮ੍ਰਿਤ ਛਕਿਆ ਹੋਇਆ, ਬਾਕੀ ਪੰਚਾਇਤ ਨੀ ਹੱਕ 'ਚ, ਉਹ ਇਕੱਲਾ ਇੱਕ ਮੈਂਬਰ ਨਾਲ, ਪਰ ਉਹ ਸਰਸੇ ਵਾਲਿਆਂ ਦੀਆਂ ਵੋਟਾਂ ਲੈਂਦਾ ਸੀਗਾ ਤੇ ਅਕਾਲੀ ਦਲ ਦਾ ਮੈਂਬਰ ਸੀ, ਉਹਨੇ ਚੱਕ ਕੇ ਉਹਦਾ ਸਰਸੇ ਵਾਲਿਆਂ ਦੇ ਕਹਿਣ ਤੇ ਨਾਂ ਪ੍ਰੇਮ ਕੋਟਲੀ ਰੱਖਤਾ, ਕੋਟਲੀ ਖੁਰਦ ਦੀ ਜਗ੍ਹਾ ਪ੍ਰੇਮ ਕੋਟਲੀ ਮਤਾ ਪਾਤਾ। 80% ਪਿੰਡ ਵਿਰੋਧ ਆ, ਸਾਰੀ ਨਵੀਂ ਹੁਣ ਪੰਚਾਇਤ ਬਣ ਗਈ, ਨਵੀਂ ਵਿਰੋਧ ਆ ਸਾਰਾ ਕੁਝ। ਆ 2 ਦਿਨ ਪਹਿਲਾਂ ਮੈਨੂੰ ਉਹਨਾਂ ਨੇ ਭੇਜਿਆ, ਕਿਉਂਕਿ ਮੈਂ ਵੀ ਉਹਦੇ 'ਚ DC ਨੂੰ, ਬਠਿੰਡੇ ਨੂੰ ਕਿਹਾ ਸੀ ਕਿ ਭਾਈ ਇਹ ਸਰਸੇ ਵਾਲਿਆਂ ਦੇ ਕਹਿਣ ਤੇ ਤੁਸੀਂ ਪਿੰਡ ਦਾ ਨਾਂ ਰੱਖੀ ਜਾਂਦੇ, ਸਾਰਾ ਪਿੰਡ ਖਿਲਾਫ ਆ। ਪਰ ਹੁਣ ਕੈਪਟਨ ਸਰਕਾਰ ਨੇ ਦੇਖੋ ਨਵੀਂ ਪੰਚਾਇਤ ਨੂੰ ਵੀ ਇਗਨੋਰ ਕੀਤਾ, ਪੰਥ ਨੂੰ ਇਗਨੋਰ ਕੀਤਾ, ਕੌਮ ਨੂੰ ਇਗਨੋਰ ਕੀਤਾ, ਉਸ ਪਿੰਡ ਦਾ ਨਾਂ ਜਿਹੜਾ ਕੋਟਲੀ ਖੁਰਦ ਸੀ ਉਹਨੂੰ ਬਦਲ ਕੇ ਪ੍ਰੇਮ ਕੋਟਲੀ ਨੋਟੀਫਿਕੇਸ਼ਨ ਜਾਰੀ ਕਰਤਾ। ਤਕਰੀਬਨ DC ਬਠਿੰਡਾ ਨੇ ਹੁਣ 35 ਅਦਾਰਿਆਂ ਨੂੰ ਲਿਖਤਾ, ਜਿਹੜੀਆਂ ਬੈਂਕਾਂ ਸੀ ਹੋਰ ਵੀ, ਇਹ ਪਿੰਡ ਦਾ ਨਾਂ ਪ੍ਰੇਮ ਕੋਟਲੀ ਕਰ ਦਿੱਤਾ ਗਿਆ ਤੇ ਪ੍ਰੇਮ ਕੋਟਲੀ ਖੁਰਦ ਦੀ ਜਗ੍ਹਾ ਇਹਨੂੰ ਪ੍ਰੇਮ ਕੋਟਲੀ ਕਿਹਾ ਜਾਵੇ। ਸਰਸੇ ਵਾਲਾ ਆ 2 ਦਿਨ ਪਹਿਲਾਂ ਦੀ ਗੱਲ ਆ, ਮੈਨੂੰ ਇੱਥੇ ਆਏ ਨੂੰ, ਜਦੋਂ ਮੈਂ ਪਰਸੋਂ ਆਇਆ ਤਾਂ ਮੈਨੂੰ ਉਹਨਾਂ ਨੇ ਸੰਗਤਾਂ ਨੇ ਫੋਨ ਕੀਤਾ, ਕੋਟਲੀ ਖੁਰਦੀਆਂ ਨੇ, ਉਹਨਾਂ ਨੇ ਬਕਾਇਦਾ ਉਹ ਨੋਟੀਫਿਕੇਸ਼ਨ ਜਿਹੜਾ ਜਾਰੀ ਕੀਤਾ ਉਹ ਮੈਨੂੰ ਵਟਸਐਪ ਕੀਤਾ ਭੇਜਿਆ ਇੱਥੇ। ਸੋ ਕਹਿਣ ਤੋਂ ਭਾਵ ਵੀ ਅੱਜ ਵੀ ਜਿਹੜੇ ਸਰਸੇ ਵਾਲਿਆਂ ਦੇ ਕੰਮ ਜਿਹੜੇ ਉਹ ਕੈਪਟਨ ਸਰਕਾਰ ਕਰ ਰਹੀ ਆ, ਇਸੇ ਕਰਕੇ ਕੈਪਟਨ ਸਰਕਾਰ ਉਹਨਾਂ ਸਰਸੇ ਵਾਲਿਆਂ ਨੂੰ ਬਚਾ ਰਹੀ ਆ ਬੇਅਦਬੀ ਦੇ। ਸਾਰਾ ਕੁਝ ਗਵਾਹ ਨੂੰ ਦੇਖੋ, ਜਿਹੜੇ ਸਰਸੇ ਵਾਲਿਆਂ ਦੇ ਪੈਰੋਕਾਰ ਦੋਸ਼ੀ ਆ ਬੇਅਦਬੀ ਕਾਂਡ ਦੇ, ਉਹਨਾਂ ਨੂੰ ਤਾਂ ਕੈਪਟਨ ਸਰਕਾਰ ਨੇ ਦਿੱਤੀ ਆ ਸਿਕਿਉਰਿਟੀ, ਗਨਮੈਨ, ਤੇ ਜਿਹੜੇ ਆ ਗਵਾਹ ਉਹਨਾਂ ਦੇ ਉਹ ਰੱਬ ਆਸਰੇ ਆ, ਉਹਨਾਂ ਦੀ ਕੋਈ ਸਿਕਿਉਰਿਟੀ ਨੀ। ਇੱਕ ਥੋੜਾ ਜਿਹਾ ਕਦੇ ਇੰਨਾ ਦਬਾਅ ਪਾ ਕੇ ਜਿਹੜਾ ਸਰਜੀਤ ਸਿੰਘ ਸਰਪੰਚ ਆ ਉਹ ਵਿਚਾਰਾ ਹਾਰਟ ਅਟੈਕ ਹੋ ਗਿਆ, ਅਸੀਂ ਉਹਦੇ ਜਿਹੜਾ ਹੈਗਾ ਭੋਗ ਤੇ ਗਏ ਆ, ਉੱਥੇ ਪਰਿਵਾਰ ਕੋਲੇ ਗਏ ਆ, ਜਥੇਬੰਦੀ ਦੇ ਸਿੰਘ ਗਏ ਪਹਿਲਾਂ, ਫਿਰ ਅਸੀਂ ਗਏ ਆ। ਇਸੇ ਤਰ੍ਹਾਂ ਇੱਕ ਸੇਵਕ ਸਿੰਘ ਆ ਮੱਲ ਕੇ ਕਾਂਡ ਦਾ ਜਿਹੜਾ ਗਵਾਹ ਆ, ਉਹਦੀ ਕੋਈ ਕੋਈ ਸਿਕਿਉਰਿਟੀ ਨੀ, ਕੋਈ ਕੁਛ ਨੀ ਆ। ਇਥੋਂ ਪਤਾ ਲੱਗਦਾ ਵੀ ਜਿਹੜੇ ਚੋਰ ਕੁੱਤੀ ਸਭ ਰਲੇ ਹੋਏ ਆ,
ਸਰਕਾਰਾਂ ਦਾ ਅਗਲੇ ਲੈਵਲ ਤੇ ਸਮਝੌਤਾ, ਲੀਡਰਾਂ ਦਾ ਥੱਲੇ ਲੋਕਾਂ ਨੂੰ ਗੁੱਧੂ ਬਣਾਉਂਦੇ। ਇੱਕ ਬੀਬੀ ਸੁਰਜੀਤ ਕੌਰ ਨੇ ਇਹ ਕਿਹਾ, ਉਹਦਾ ਸਵਾਲ ਇਹ ਆਉਂਦਾ ਕਿ ਜਿਹੜੇ 7 ਬੰਦਿਆਂ ਨੂੰ ਨਾਮ ਵਿੱਚੋਂ ਕੱਢ ਦਿੱਤੇ ਗਏ ਆ, ਉਹ ਜਿਹੜੇ ਮੰਤਰੀ ਬਾਜਵਾ ਜੀ ਉਹਨਾਂ ਦੇ ਨਾਲ ਸੰਬੰਧਿਤ ਸਨ, ਤੇ ਤੁਹਾਡਾ ਵੀ ਸੰਬੰਧ ਜੋੜਿਆ ਜਾ ਰਿਹਾ ਕਿ ਤੁਹਾਡੇ ਬਾਜਵਾ ਸਾਹਿਬ ਬਹੁਤ ਨੇੜੇ ਆ। ਦੇਖੋ ਪਹਿਲੀ ਗੱਲ, ਦੇਖੋ ਦੇਖੋ ਪਿੰਡ ਹੁੰਦਾ ਨਾ, ਅਸੀਂ ਇੱਕੋ ਪਿੰਡ ਦੇ ਹੈਗੇ ਆ, ਠੀਕ ਹੈ, ਉੱਥੇ ਹੀ ਉਹਨਾਂ ਉਸੇ ਸ਼ਹਿਰ ਚ ਉਹਨਾਂ ਦੀ ਰਿਹਾਇਸ਼, ਉੱਥੇ ਸਾਡੀ ਆ। ਹਾਂ, ਦੇਖੋ ਪਿੰਡ ਦਾ ਜਿਹੜਾ ਹੁੰਦਾ ਇਸ ਕਰਕੇ ਜੋੜ ਦਿੰਦੇ ਆ, ਕਿਉਂਕਿ ਬਾਦਲਾਂ ਨੇ ਵੀ ਉਦੋਂ ਕਿਹਾ ਸੀਗਾ ਵੀ ਤੁਸੀਂ ਉੱਥੇ ਰਾਤ ਨੂੰ ਗਏ ਆ ਚੰਡੀਗੜ੍ਹ। ਨਹੀਂ, ਬਾਕੀ ਉਹ ਮੇਰੇ ਕੋਲੇ ਜਿਹੜਾ ਉੱਥੇ ਸਾਡੇ ਕੋਲੇ ਮੋਰਚੇ ਜੋ ਹੀ ਆਉਂਦੇ ਰਹੇ, ਸਰਕਾਰ ਵੱਲੋਂ ਡਿਊਟੀ ਉਹਨਾਂ ਦੀ ਲੱਗੀ ਸੀ, ਠੀਕ ਹੈ, ਤਾਂ ਉਹ ਇੱਥੇ ਆਉਂਦੇ ਰਹੇ ਆ ਜੋੜੇ ਦਾ। ਜਿੱਥੇ ਚਾਹੇ ਕੋਈ ਮੰਤਰੀ ਆ ਚਾਹੇ MLA, ਜਿੱਥੇ ਦੋਸ਼ੀ ਆ ਸਾਡਾ ਕੁਛ ਨੀ ਲੱਗਦਾ, ਠੀਕ ਹੈ। ਹੁਣ ਜੇ ਤੁਹਾਨੂੰ ਦੱਸਾਂਗੇ, ਜਿੱਦਾਂ ਉਹ ਚਰਨਜੀਤ ਸਿੰਘ SSP ਸੀਗਾ, ਜਿੱਦਾਂ ਜੇ ਇਸ ਕਾਂਡ ਚ ਨਹੀਂ ਸੀਗਾ, ਸਾਡੀ ਫਤਿਹ ਦੀ ਵੀ ਸਾਂਝ ਹੁੰਦੀ ਸੀ। ਪਹਿਲਾਂ ਅਸੀਂ ਮੋਰਚਾ ਜਿਹੜਾ ਲਾਇਆ ਸੀਗਾ, ਮੇਲ ਮਿਲਾਪ ਵੀ ਸੀਗਾ, ਪਰ ਜਿੱਦਣ ਉਹ ਇਸ ਬਰਗਾੜੀ ਕਾਂਡ ਦਾ ਦੋਸ਼ੀ, ਉਦੋਂ ਬਾਅਦ ਸਾਡੀ ਸਤਿ ਸ੍ਰੀ ਅਕਾਲ ਅੱਜ ਤੱਕ ਨਹੀਂ, ਠੀਕ ਆ ਨਾ। ਜਿਹੜਾ ਦੋਸ਼ੀ ਆ, ਦੋਸ਼ੀ ਨੂੰ ਦੋਸ਼ੀ ਦੇ ਤਰੀਕੇ ਨਾਲ ਦੇਖੋ, ਠੀਕ ਹੈ, ਉਹਦੇ ਨਾਲ ਸਾਡੀ ਕੋਈ ਸਾਂਝ ਨਹੀਂ ਆ, ਚਾਹੇ ਕੋਈ ਮੰਤਰੀ ਹੈ, MLA ਆ, ਚਾਹੇ ਕੁਛ ਆ। ਜਿੱਥੇ ਗੁਨਾਹਗਾਰ ਹੁਣ ਦੱਸੋ, ਕਹਿਣ ਨੂੰ ਤਾਂ ਸਾਡੀ ਕੈਪਟਨ ਅਮਰਿੰਦਰ ਸਿੰਘ ਨਾਲ ਬਹੁਤ ਯਾਰੀ ਦੱਸਦੇ ਆ ਸਾਰੇ, ਸਾਰੇ ਮੀਡੀਆ ਸੁਣ ਲਓ, ਸੁਖਬੀਰ ਨੂੰ ਸੁਣ ਲਓ, ਮਜੀਠੀਆਂ ਸੁਣ ਲਓ, ਕਹਿੰਦੇ ਕੈਪਟਨ ਅਮਰਿੰਦਰ ਸਿੰਘ ਤੇ ਦਾਦੂਵਾਲ ਦੀ ਇੱਕ ਗੱਲ ਆ, ਕਹਿੰਦੇ ਰਾਤ ਨੂੰ ਵੀ ਮਿਲ ਜਾਂਦੇ ਆ। ਹਾਂ, ਰਾਤ ਨੂੰ ਵੀ ਮਿਲਦੇ ਆ, ਪਰ ਮੈਂ ਗੁਰੂ ਗ੍ਰੰਥ ਸਾਹਿਬ ਨੂੰ ਹਾਜ਼ਰ ਨਾਜ਼ਰ ਜਾਣ ਕੇ ਕਹਿਣਾ ਕਿ ਬਰਗਾੜੀ ਮੋਰਚੇ ਦੀ ਮੁਲਾਕਾਤ ਤੋਂ ਬਿਨਾਂ, ਜਿਹੜਾ ਵਫਦ ਮਿਲਿਆ 6 ਜੂਨ ਨੂੰ ਪੰਜਾਬ ਭਵਨ, ਉਦੋਂ ਬਿਨਾਂ ਸਰਕਾਰ ਜਦੋਂ ਦੀ ਬਣੀ ਕੈਪਟਨ ਅਮਰਿੰਦਰ ਸਿੰਘ ਦੀ, ਬਲਜੀਤ ਸਿੰਘ ਦਾਦੂਵਾਲ ਕਦੇ ਹਨੇਰੇ ਜਾਂ ਸਵੇਰੇ ਜਾਂ ਰਾਤ ਨੂੰ ਮਿਲਿਆ ਹੋਵੇ ਕੈਪਟਨ ਅਮਰਿੰਦਰ ਸਿੰਘ ਨੂੰ, ਕੈਪਟਨ ਅਮਰਿੰਦਰ ਸਿੰਘ ਵੀ ਸੁਣੂਗਾ, ਉਹ ਵੀ ਕਹਿ ਸਕਦਾ ਵੀ ਕਿੱਡਾ ਝੂਠਾ ਬੰਦਾ ਜੇ ਮੈਨੂੰ ਮਿਲਿਆ ਤਾਂ। ਮੈਂ ਇਹ ਵੀ ਗੱਲ ਧਿਆਨ ਚ ਰੱਖਣੀ, ਪਰ ਮੈਨੂੰ ਇਹ, ਮੈਂ ਆਪਣੇ ਦਾਅਵੇ ਨਾਲ ਕਹਿ ਸਕਦਾ, ਕੈਪਟਨ ਅਮਰਿੰਦਰ ਸਿੰਘ ਨੂੰ ਵੀ ਪੁੱਛ ਲਓ, ਬਾਕੀ ਤਾਂ ਤੁਸੀਂ ਛੱਡੋ, ਕਦੇ ਟੈਲੀਫੋਨ ਤੇ ਵੀ ਕੈਪਟਨ ਅਮਰਿੰਦਰ ਸਿੰਘ ਨਾਲ ਮੇਰੀ ਗੱਲ ਹੋਈ ਹੋਵੇ। 3 ਸਾਲ ਤੋਂ ਵੱਧ ਸਮਾਂ ਸਰਕਾਰ ਦਾ, 3 ਸਾਲ ਦਾ ਹੋ ਗਿਆ, ਕੱਲਾ ਬਰਗਾੜੀ ਵਫਦ ਦੇ ਵਿੱਚ ਅਸੀਂ ਜਿਹੜਾ ਵਾ ਉਹ ਮਿਲੇ ਆ, ਬਰਗਾੜੀ ਮੋਰਚੇ ਦੀਆਂ ਮੰਗਾਂ ਦੇ ਸੰਬੰਧ, ਉਹ ਵੀ ਪੰਜਾਬ ਭਵਨ, ਠੀਕ ਹੈ ਨਾ। ਇਹ ਜਿਹੜੀਆਂ ਗੱਲਾਂ ਬਾਤਾਂ ਨੇ, ਕਹਿਣ ਨੂੰ ਤਾਂ ਬਹੁਤ ਕੁਛ ਆ। ਜਦੋਂ ਵਿਰੋਧੀ ਜਿਹੜੇ ਕਹਿੰਦੇ ਆ ਕਦੇ ਕੁਛ, ਉਹ ਨਿਰੰਕਾਰੀ ਬੰਬ ਕਾਂਡ ਹੋਇਆ ਸੀਗਾ, ਉਹ ਮਜੀਠੀ ਹੋਣਾ ਨੇ, ਸੁਖਬੀਰ ਨੇ ਸਾਡੇ ਨਾਲ ਜੋੜਤਾ ਵੀ ਬਰਗਾੜੀ ਵਾਲਿਆਂ ਕਰਾਤਾ, ਬਲਜੀਤ ਸਿੰਘ ਦਾਦੂਵਾਲ ਨੇ ਕਰਾਤਾ, ਉਹਨਾਂ ਦਾ ਚੈਨਲ ਤੇ ਦਿਨ ਰਾਤ PDC ਤੇ ਇਹੀ ਕੁਝ ਦਿੰਦੇ ਸੀ। ਸੋ ਇਹ ਤਾਂ ਵਿਰੋਧੀ ਜਿਹੜੇ ਇਲਜ਼ਾਮ ਇੱਦਾਂ ਦੇ ਲਾਉਂਦੇ ਆ। ਹਾਂ, ਜਿੱਥੇ ਗੱਲ ਹੈਗੀ ਆ, ਤੁਹਾਨੂੰ ਦੱਸਿਆ ਵੀ ਚਾਹੇ ਉਹ ਬਾਜਵਾ ਚ ਰੰਧਾਵਾ, ਉਹ ਸਾਡੇ ਜ਼ਿਲ੍ਹੇ ਦੇ ਆ, ਤੇ ਜ਼ਿਲ੍ਹੇ ਵਿੱਚ ਵਿਚਰਦਿਆਂ ਜਿਹੜਾ ਮੇਲ ਮਿਲਾਪ ਹੋਣਾ, ਇੱਕ ਪਿੰਡ ਵਿੱਚ ਜਿਹੜਾ ਮੇਲ ਮਿਲਾਪ ਹੁੰਦਾ, 2-3 ਪੀੜੀਆਂ ਦੀ ਸਾਂਝ ਹੁੰਦੀ ਆ, ਹਾਂ, ਪੀੜੀਆਂ ਦੀ ਸਾਂਝ ਹੁੰਦੀ ਆ। ਉਹਨਾਂ ਨੇ ਵੀ ਇਹੀ ਕਿਹਾ ਜਦੋਂ ਬਾਜਵੇ ਨੂੰ ਪੁੱਛਿਆ, ਉਹ ਕਹਿੰਦੇ ਸਾਡੇ ਪਿੰਡ ਦੇ ਨੇ, ਸਾਡੀ ਬਾਕੀ ਬਹੁਤ ਸਾਰੇ ਅਕਾਲੀ ਸਾਨੂੰ ਮਿਲਦੇ ਆ, ਬਹੁਤ ਸਾਰੇ ਜਿਹੜੇ ਹੈਗੇ ਆ ਆਮ ਪਾਰਟੀ ਦੇ ਮਿਲਦੇ ਆ, ਬਹੁਤ ਸਾਰੇ ਇਹਨਾਂ ਦੇ ਜਿਹੜੇ ਹੈਗੇ, ਜਦੋਂ ਅਸੀਂ ਵਿਚਰਦੇ ਆ ਨਾ ਤੇ ਸੰਸਾਰਕ ਵਿਚਰਦੇ ਆ, ਸਾਨੂੰ ਕਈਆਂ ਨਾਲ ਸਾਡਾ ਮੇਲ ਮਿਲਾਪ ਜਿਹੜਾ ਹੁੰਦਾ, ਬੜਿਆਂ ਨਾਲ ਫੋਟੋਆਂ ਵੀ, ਮੇਰੀਆਂ ਫੋਟੋਆਂ ਕੈਪਟਨ ਅਮਰਿੰਦਰ ਸਿੰਘ ਨਾਲ ਵੀ ਹੋਣਗੀਆਂ, ਸੁਖਬੀਰ ਬਾਦਲ ਨਾਲ ਵੀ ਹੋਣਗੀਆਂ, ਆਮ ਪਾਰਟੀ ਦੇ ਬੰਦਿਆਂ ਨਾਲ ਵੀ ਹੋਣਗੀਆਂ, ਪਰਮਜੀਤ ਸਿੰਘ ਸਰਨੇ ਨਾਲ, ਮਨਜੀਤ ਸਿੰਘ GK ਨਾਲ, ਮਨਜਿੰਦਰ ਸਿੰਘ ਸਰਸੇ ਨਾਲ ਵੀ ਹੋਣ। ਜਦੋਂ ਅਸੀਂ ਵਿਚਰਦੇ ਹਾਂ ਉਸ ਲੈਵਲ ਤੇ ਨਾ, ਤਾਂ ਉਹ ਫੋਟੋਆਂ ਆਉਣੀਆਂ, ਇੱਕ ਦੂਜੇ ਨਾਲ ਫਤਿਹ ਦੀ ਸਾਂਝ ਹੋਣੀ ਜਾਂ ਮੇਲ ਮਿਲਾਪ ਹੋਣਾ, ਇਹ ਨਾਰਮਲ ਗੱਲਾਂ ਹੁੰਦੀਆਂ ਨੇ। ਤੁਸੀਂ ਅਕਾਲੀ ਦਲ ਦੇ ਖਿਲਾਫ ਆ ਜਾਂ ਬਾਦਲਾਂ ਦੇ? ਦੇਖੋ, ਅਸੀਂ ਬਾਦਲ ਪਰਿਵਾਰ ਨੇ ਜੋ ਕੁਛ ਕੀਤਾ, ਮੇਰੀ ਲੜਾਈ ਸੀ ਸਰਸੇ ਵਾਲੇ ਨਾਲ, ਉਹ ਪੰਥ ਵਿਰੋਧੀ ਸੀ, ਮੈਂ ਉਹਦੇ ਖਿਲਾਫ਼ ਪ੍ਰਚਾਰ ਕਰਦਾ, ਸੰਗਤ ਨੂੰ ਜਾਗਰੂਕ ਕਰਦਾ, ਉਹਦੀ ਸਪੋਰਟ ਤੇ ਆਏ ਬਾਦਲ, ਮੈਨੂੰ ਜੇਲ੍ਹਾਂ ਚ ਡੱਕਿਆ, ਮੁਕਦਮੇ ਪਾਏ ਮੇਰੇ ਤੇ, ਸਾਡੀ ਟਾਈ ਇਹਨਾਂ ਨਾਲ ਪੈ ਗਈ, ਠੀਕ ਹੈ। ਸ਼੍ਰੋਮਣੀ ਅਕਾਲੀ ਦਲ ਸਾਡੀ ਪੰਥ ਦੀ ਜਥੇਬੰਦੀ ਆ, ਬਾਦਲ ਪਰਿਵਾਰ ਤੋਂ ਆਜ਼ਾਦ ਕਰਾਉਣੀ ਚਾਹੀਦੀ ਆ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਾਡੇ ਪੰਥ ਦੀ ਜਥੇਬੰਦੀ ਆ, ਬਾਦਲ ਪਰਿਵਾਰ ਤੋਂ ਉਹਨੂੰ ਆਜ਼ਾਦ ਕਰਾਉਣਾ,
ਇਹ ਸਾਡੀ ਜਿਹੜੀ ਲੜਾਈ, ਮੈਂ ਉਹਨਾਂ ਸੰਸਥਾਵਾਂ ਦੇ ਖਿਲਾਫ਼ ਨਹੀਂ ਹਾਂ, ਠੀਕ ਹੈ, ਇਸੇ ਤਰ੍ਹਾਂ ਬਾਕੀ ਸੰਸਥਾਵਾਂ, ਨਿਹੰਗ ਸਿੰਘ ਜਥੇਬੰਦੀਆਂ, ਨਾਨਕਸਰ, ਰਾੜਾ ਸਾਹਿਬ, ਦਮਦਮੇ, ਟਕਸਾਲ, ਉੱਥੇ ਤਾਂ ਅਸੀਂ ਪੜ੍ਹੇ ਹਾਂ, ਹਾਂਜੀ, ਸਾਡਾ ਕਿਸੇ ਜਥੇਬੰਦੀ ਨਾਲ ਕੋਈ ਮਤਭੇਦ ਨਹੀਂ ਹੈ, ਵਿਅਕਤੀਗਤ ਕਿਸੇ ਨਾਲ ਕੋਈ ਮਤਭੇਦ ਹੋ ਸਕਦੇ ਆ ਸਾਡੇ, ਚਾਹੇ ਉਹ ਦਮਦਮੇ ਟਕਸਾਲ ਦਾ ਹੀ ਕੋਈ ਸਿੰਘ ਕਿਉਂ ਨਾ ਹੋਵੇ, ਚਾਹੇ ਕਿਸੇ ਹੋਰ ਸੰਸਥਾ ਦਾ ਕਿਉਂ ਨਾ ਹੋਵੇ, ਅਸੀਂ ਇਹਨਾਂ ਸੰਸਥਾਵਾਂ ਜਿਹੜੀਆਂ ਪੰਥ ਦੀਆਂ ਸੰਸਥਾਵਾਂ ਨੇ ਸਾਡੀਆਂ ਸਤਿਕਾਰਯੋਗ ਆ, ਅਸੀਂ ਕਿਸੇ ਵਿਅਕਤੀਗਤ ਵਿਰੋਧ ਵਿੱਚ ਸੰਸਥਾ ਨੂੰ ਜਿਹੜਾ ਹੈਗਾ ਉਹ ਨਹੀਂ ਅਸੀਂ ਕੰਡੈਮ ਕਰਨਾ, ਸੰਸਥਾ ਨੂੰ ਅਸੀਂ ਇਹੀ ਭਾਈ ਰਣਜੀਤ ਸਿੰਘ ਨੂੰ ਕਹਿ ਰਹੇ ਹਾਂ ਕਿ ਕਿਸੇ ਨਾਲ ਵਿਅਕਤੀਗਤ ਵਿਰੋਧ ਆ ਵਿਅਕਤੀਗਤ ਤੌਰ ਤੇ ਲਿਆ ਜਾਵੇ, ਤੁਸੀਂ ਪੂਰੇ ਪੰਥ ਨਾਲ, ਪਹਿਲਾਂ ਤੁਸੀਂ ਦਮਦਮੀ ਟਕਸਾਲ ਨਾਲ ਪਾ ਲਿਆ, ਮੁੜ ਕੇ ਸਾਰੇ ਪੰਥ ਨਾਲ, ਅਕਾਲ ਤਖ਼ਤ ਸਾਹਿਬ ਨਾਲ ਮੱਥਾ ਲਾ ਲਿਆ, ਇਸ ਚੀਜ਼ ਤੋਂ ਤੁਹਾਨੂੰ ਜਿਹੜਾ ਗੁਰੇਜ਼ ਕਰਨਾ ਚਾਹੀਦਾ। ਭਾਈ ਰਣਜੀਤ ਸਿੰਘ ਨਾਲ ਵੀ ਸਾਡਾ ਕੋਈ ਵਿਰੋਧ ਨਹੀਂ, ਜਾਤੀ ਬਿਲਕੁਲ ਨਹੀਂ ਆ, ਕੋਈ ਵਿਰੋਧ ਨਹੀਂ ਆ ਕਿਸੇ ਤਰ੍ਹਾਂ ਦਾ, ਸਾਡਾ ਤਾਂ ਇੰਨਾ ਮੇਲ ਮਿਲਾਪ ਸੀ, ਸਾਡੀ ਕੋਈ ਡਾਂਗ ਨੀ ਚੱਲੀ, ਕੋਈ ਬੋਲ ਬੁਲਾਰਾ ਨੀ ਹੋਇਆ, ਕੋਈ ਸਾਡੀ ਜਿਹੜਾ ਹੈਗਾ ਕੋਈ ਆਹ ਜਿਹੜੀ ਗੱਲ ਆ, ਇਹੋ ਜਿਹੀਆਂ ਗੱਲਾਂ ਜਿਹੜੀਆਂ ਨੇ ਇਹੀ ਦੂਰ ਕਰਦੀਆਂ ਨੇ ਨਾ, ਏਦਾਂ ਦੀਆਂ ਗੱਲਾਂ, ਹੁਣ ਤਾਂ ਸਾਡੀ ਕੋਈ ਨੀ, ਉਹਨਾਂ ਨੇ ਮੇਰੇ ਟੈਲੀਫੋਨ ਤੇ ਉਹ ਦੀਵਾਨ ਲਾਉਂਦੇ ਰਹੇ ਆ, ਮੇਰੇ ਦੀਵਾਨਾਂ ਵਿੱਚ ਆ ਕੇ ਉਹ ਬੋਲਦੇ ਰਹੇ ਆ, ਤੁਸੀਂ ਸੁਣਿਆ ਉਹਨਾਂ ਦਾ, ਠੀਕ ਆ ਨਾ, ਸਾਡਾ ਵਿਅਕਤੀਗਤ ਕੋਈ ਰੌਲਾ ਨੀ ਆ ਇੱਕ ਦੂਜੇ ਦੇ ਨਾਲ, ਅੱਜ ਵੀ ਉਹ ਇਸ ਚੀਜ਼ ਨੂੰ ਛੱਡਣ, ਅਸੀਂ ਅੱਧੀ ਰਾਤ ਨੂੰ ਵੀ ਉਹਨਾਂ ਦੀ ਸਪੋਰਟ ਵਾਸਤੇ ਧਿਆਨ ਆ। ਇਹ ਪੰਥ ਨੂੰ ਉਲਝਾਉਣ ਲਈ ਜਿਹੜੇ ਬਾਕੀ ਮਤਲਬ ਪੰਥ ਦੇ ਮੁੱਦੇ ਆ ਉਹਨਾਂ ਨੂੰ ਦੂਰ ਕਰਨ ਲਈ, ਇਹਦੇ ਪਿੱਛੇ ਕੋਈ ਕੋਈ ਅਹੀ ਸੰਸਥਾ ਹੋ ਸਕਦੀ ਆ, ਕੋਈ ਏਜੰਸੀਆਂ ਹੋ ਸਕਦੀਆਂ, ਦੇਖੋ ਹਮੇਸ਼ਾ ਹੀ ਜ਼ੋਰ ਲਾਇਆ ਪੰਥ ਨੂੰ ਜਿਹੜਾ ਹੈਗਾ ਮਲੀਆ ਮੇਡ ਕਰਨ ਲਈ, ਖਰਾਬ ਕਰਨ ਲਈ ਏਜੰਸੀਆਂ ਜ਼ੋਰ ਲਾਉਂਦੀਆਂ, ਸਿੱਖ ਵਿਰੋਧੀ ਸੰਸਥਾਵਾਂ ਜਿਹੜੀਆਂ ਨੇ, ਠੀਕ ਹੈ, ਅਸੀਂ ਸਮਝਦੇ ਜਿੱਦਾਂ ਦੇ ਹਾਲਾਤ ਪੈਦਾ ਕੀਤੇ ਜਾ ਰਹੇ, ਸਾਡਾ ਖਦਸ਼ਾ ਕਿ ਭਾਈ ਰਣਜੀਤ ਸਿੰਘ ਪਿੱਛੇ ਕੋਈ ਏਦਾਂ ਦੀ ਸੰਸਥਾ ਜਿਹੜੀ ਖੜ ਗਈ ਆ, ਸ਼ਾਇਦ ਭਾਈ ਰਣਜੀਤ ਸਿੰਘ ਨੂੰ ਪਤਾ ਹੋਵੇ ਜਾਂ ਉਹ ਸੰਪਰਕ ਚ ਹੋਣ, ਜਾਂ ਸ਼ਾਇਦ ਉਹਨਾਂ ਨੂੰ ਪਤਾ ਵੀ ਨਾ ਹੋਵੇ, ਪਰ ਉਹਨਾਂ ਨੂੰ ਉਸ ਰਾਹ ਤੇ ਉਸ ਟਰੈਕ ਤੇ ਤੋਰਿਆ ਜਾ ਰਿਹਾ, ਉਹਨਾਂ ਨੂੰ ਵਰਤਿਆ ਜਾ ਰਿਹਾ ਇਸ ਗੱਲ ਤੇ, ਤਾਂ ਹੀ ਮੈਂ ਸੁਚੇਤ ਕੀਤਾ ਸੀ ਭਾਈ ਰਣਜੀਤ ਸਿੰਘ ਜੀ, ਇਹ ਸੰਸਥਾਵਾਂ ਏਦਾਂ ਦੀਆਂ ਨੇ ਬੰਦੇ ਨੂੰ ਵਰਤ ਕੇ ਟਿਸ਼ੂ ਪੇਪਰਾਂ ਨੂੰ ਪੂੰਝ ਕੇ ਸਿੱਟ ਦਿੰਦੀਆਂ, ਉੜ ਕੇ ਪਤਾ ਵੀ ਨੀ ਲੱਗਦਾ ਵੀ ਕਦੋਂ ਅੱਖਾਂ ਚ ਘਸੁਣ ਦੇ ਕੇ ਰੋਣ ਜੋਗਾ ਰਹਿ ਜਾਂਦਾ, ਕਿ ਤੁਸੀਂ ਇਸ ਤਰ੍ਹਾਂ ਕਿਤੇ ਵਰਤੇ ਤਾਂ ਨੀ ਜਾ ਰਹੇ, ਤੁਸੀਂ ਸੁਚੇਤ ਹੋਵੋ ਇਸ ਗੱਲ ਤੋਂ। ਤੁਸੀਂ ਉਹ ਜਿਹੜਾ ਨਿਊਜ਼ੀਲੈਂਡ ਚ ਬੈਠਾ ਨੇਕੀ ਕਹਿੰਦੇ ਆ ਕਿ ਉਹਦੀਆਂ ਗੱਲਾਂ ਜਿਹੜੀਆਂ ਮੈਨੂੰ ਬਹੁਤ ਚੰਗੀਆਂ ਲੱਗਦੀਆਂ ਨੇ, ਮੈਂ ਉਹਨੂੰ ਸੁਣਦਾ, ਹਾਂਜੀ, ਤੇ ਉਹ ਤਾਂ ਅਕਾਲ ਤਖ਼ਤ ਸਾਹਿਬ ਨੂੰ ਮੜੀ ਕਹਿ ਰਿਹਾ, ਉਹਨੇ ਤਾਂ ਕੋਈ ਸ਼ਹੀਦ ਸਿੰਘ ਨੀ ਛੱਡੇ, ਉਹਨੇ ਤਾਂ ਹੁਣ ਡਿਕਲੇਅਰ ਹੀ ਕਰਤਾ ਕਿ ਸਾਡਾ ਲੀਡਰ ਜਿਹੜਾ ਉਹ ਭਾਈ ਰਣਜੀਤ ਸਿੰਘ ਆ, ਤੇ ਭਾਈ ਰਣਜੀਤ ਸਿੰਘ ਤੈਨੂੰ ਸਿਰਫ ਉਹ ਲੀਡਰ ਕਹਿ ਰਿਹਾ, ਤੂੰ ਇਸੇ ਕਰਕੇ ਤੈਨੂੰ ਉਹਦੀ ਖੁਸ਼ਾਮਦ ਚ ਤਾਂ ਨਹੀਂ ਆ ਰਿਹਾ, ਉਹਨੇ ਇੰਨਾ ਕੁਛ ਸਾਰਾ ਕੁਛ ਹੀ ਕੰਡੈਮ ਕਰਤਾ, ਉਹਨੇ ਗੁਰਬਾਣੀ, ਗੁਰ ਇਤਿਹਾਸ, ਗੁਰੂ ਸਾਹਿਬਾਨ ਸਭ ਕੁਛ ਕੰਡੈਮ ਕੀਤਾ ਉਸ ਬੰਦੇ ਨੇ, ਏਡੀ ਵੱਡੀ ਜਿਹੜੀ ਪੰਥ ਵਿਰੋਧੀ ਗੱਲ ਆ ਉਹ ਤੇਰੀ ਸਪੋਰਟ ਤੇ ਖੜੀ ਆ, ਤੇ ਇਸ ਗੱਲ ਕੇ ਤੈਨੂੰ ਸੁਚੇਤ ਹੋਣਾ ਚਾਹੀਦਾ ਉਹਨਾਂ ਗੱਲਾਂ ਤੋਂ, ਪੰਥ ਦੇ ਵਿੱਚ ਏਦਾਂ ਦੀ ਖਾਨਾ ਜੰਗੀ, ਸ਼ੀਆ ਸੁੰਨੀ ਵਾਲੀ ਲੜਾਈ ਜਿਹੜੀ ਉਹ ਪੈਦਾ ਨਹੀਂ ਕਰਨੀ ਚਾਹੀਦੀ, ਤੇ ਮੈਂ ਉਹਨਾਂ ਨੂੰ ਵੀ ਕਹਿਣਾ ਚਾਹੁੰਦਾ ਜਿਹੜੇ ਉਹਨਾਂ ਨੂੰ ਸੁਣਨ ਵਾਲੇ ਆ, ਫੇਸਬੁੱਕ, ਸੋਸ਼ਲ ਮੀਡੀਆ ਤੇ ਕੰਟਰੋਲ ਕੋਈ ਨਹੀਂ ਆ, ਤੇ ਦੂਜੀਆਂ ਧਿਰਾਂ ਨੂੰ ਵੀ ਕਹਿਣਾ, ਚਾਹੇ ਪੰਥਕ ਧਿਰਾਂ ਨੇ, ਭਾਈ ਰਣਜੀਤ ਸਿੰਘ ਨਾਲ ਵਿਚਾਰ ਦਾ ਮਸਲਾ ਚੱਲ ਰਿਹਾ, ਕਿਸੇ ਨੂੰ ਮਾੜਾ ਚੰਗਾ ਜਿਹੜਾ ਉਹ ਲਫ਼ਜ਼ ਨਹੀਂ ਬੋਲਣਾ ਚਾਹੀਦਾ, ਦੋਨਾਂ ਤੇ ਰਾਲੇ ਪਾਸ ਜਿਹੜਾ ਇਹਦੇ ਚੀਜ਼ ਦਾ ਕੋਈ ਹੱਲ ਨੀ, ਇੱਕ ਦੂਜੇ ਨੂੰ ਉੱਥੇ ਗਾਲਾਂ ਕੱਢੀ ਜਾਓ ਕਿ ਇਸ ਤੇ ਕੀ ਅਸਰ ਆ, ਕੀ ਅਸਰ ਆ ਇਹਦੇ ਤੇ ਜਿਹੜਾ ਫੇਸਬੁੱਕ ਤੇ ਤੁਸੀਂ ਪਾਈ ਜਾਓਗੇ, ਕੋਈ ਰਿਜ਼ਲਟ ਥੋੜੀ ਕੱਢਦੀ ਹੈ, ਜੇ ਫੇਸਬੁੱਕ ਇਹਦਾ ਰਿਜ਼ਲਟ ਕੱਢਦੀ ਹੁੰਦੀ ਤੇ ਪੰਜਾਬ ਵਿੱਚ ਆਮ ਪਾਰਟੀ ਦੀ ਸਰਕਾਰ ਹੁੰਦੀ, ਹੁਣ ਕਾਂਗਰਸ ਦੀ ਸਰਕਾਰ ਨਾ ਹੁੰਦੀ। ਤੁਸੀਂ ਇੰਗਲੈਂਡ ਦੇ ਵਿੱਚ ਆਏ, ਕਿਉਂਕਿ ਮੈਂ ਇੰਗਲੈਂਡ ਦਾ ਵੀ ਇੱਕ ਮਸਲਾ ਜ਼ਰੂਰ ਤੁਹਾਡੇ ਨਾਲ ਸਾਂਝਾ ਕਰਨਾ ਚਾਹੁੰਦਾ ਕਿ ਇੰਗਲੈਂਡ ਦੀਆਂ ਜਥੇਬੰਦੀਆਂ ਨੇ ਫੈਸਲਾ ਰਲ ਕੇ ਕੀਤਾ ਕਿ ਜਦੋਂ ਉਹਨਾਂ ਦੇ ਇੱਕ ਸੇਵਾਦਾਰ ਹਰਿੰਦਰ ਸਿੰਘ ਨੇ, ਤੁਸੀਂ ਉਹ ਸਾਰੇ ਵਕਫੇ ਤੋਂ ਜਾਣੂ ਆ, ਉਹਦੇ ਬਾਰੇ ਵੀ ਕੁਝ ਕਹਿਣਾ ਚਾਹੁੰਦੇ ਆ, ਗੁਰੂ ਨਾਨਕ ਦੇਵ ਜੀ ਦਾ ਜਿਹੜਾ ਉਹਨਾਂ ਨੇ ਕਿਹਾ ਜੀ ਉਹਨਾਂ ਨੂੰ ਕਿਡਨੈਪ ਕਰ ਲਿਆ, ਆਹ ਹੋ ਬਹੁਤ ਮਾੜੀ ਗੱਲ ਆ। ਮੈਂ ਇਹੀ ਗੱਲ ਪਹਿਲਾਂ ਕਹੀ ਹੈ ਕਿ ਸਰੋਤ ਕੀ ਆ ਤੁਹਾਡੀ ਕਹਿਣ ਦਾ, ਜਿਹੜੀ ਗੱਲ ਕਹਿੰਦੇ ਤੁਹਾਡਾ ਇਤਿਹਾਸਕ ਸਰੋਤ ਕੀ ਆ, ਵੀ ਤੁਸੀਂ ਕਿੱਥੋਂ ਪੜਿਆ ਵਾ, ਤੁਹਾਨੂੰ ਕੀ ਇਲਾਹੀ ਇਲਹਾਮ ਹੋਇਆ, ਇਹਦਾ ਤੁਸੀਂ ਲੌਜਿਕ ਕੀ ਆ ਤੁਹਾਡੇ ਕਹਿਣ ਦਾ। ਉਹ ਕਹਿੰਦੇ ਬੱਚਿਆਂ ਨੂੰ ਦੱਸੀਏ ਕੀ,
ਬੱਚਿਆਂ ਨੂੰ ਦੱਸੋ ਜੋ ਇਤਿਹਾਸ ਵਿੱਚ ਲਿਖਿਆ ਹੋ ਜਿਸ ਤਰ੍ਹਾਂ ਵੀ ਗੁਰੂ ਸਾਹਿਬ ਜਦੋਂ ਜਿਸ ਵੇਲੇ ਜੋਤੀ ਜੋਤ ਸਮਾਏ ਆ, ਤੇ ਇੱਕ ਪਾਸੇ ਹਿੰਦੂ ਸਿੱਖ, ਇੱਕ ਪਾਸੇ ਮੁਸਲਮਾਨ, ਉਹ ਕਹਿੰਦੇ ਸਾਡੇ ਪੀਰ ਆ, ਉਹ ਕਹਿੰਦੇ ਸਾਡੇ ਗੁਰੂ ਆ, ਅਸੀਂ ਸੰਸਕਾਰ ਕਰਨਾ। ਗੁਰੂ ਸਾਹਿਬ ਨੇ ਉਹਨਾਂ ਦਾ ਨਿਬੇੜਾ ਕਰਤਾ ਜਦੋਂ ਉਹਨਾਂ ਨੇ ਚਾਦਰ ਉਟਾਈ। ਗੁਰੂ ਸਾਹਿਬ ਦਾ ਜਿਹੜਾ ਫੁੱਲ ਸਰੀਰ ਜਿਹੜਾ ਮਤਲਬ ਇਹ ਆਉਂਦਾ, ਤੇ ਬਾਕੀ ਇਹ ਆਉਂਦਾ ਕਿ ਉੱਥੇ ਸੰਸਕਾਰ ਕੀਤਾ ਗਿਆ। ਇਹਨਾਂ ਨੇ ਇਹ ਗੱਲ ਨੂੰ ਕਿਉਂ ਇਦਾਂ ਲਿਆ? ਇਹ ਤਾਂ ਐਵੇਂ ਜਾਣ ਕੇ ਤੁਸੀਂ ਦੇਖੋ ਗੁਰੂ ਸਾਹਿਬ ਦੇ ਇਹਨਾਂ ਚੀਜ਼ਾਂ ਨੂੰ ਵਿਵਾਦਿਤ ਕਿਉਂ ਬਣਾ ਰਹੇ, ਉਹਨਾਂ ਦੇ ਸੰਸਕਾਰ ਨੂੰ। ਇਤਿਹਾਸ ਦੇ ਵਿੱਚ ਜਿਹੜਾ ਲਿਖਿਆ ਉਸ ਚੀਜ਼ ਨੂੰ ਅੱਜ ਵੀ ਉੱਥੇ ਜਾਓ ਕਰਤਾਰਪੁਰ ਸਾਹਿਬ, ਉੱਥੇ ਅੱਜ ਵੀ ਸੀਨਾ ਪਸੀਨਾ ਤੁਰੀ ਆਉਂਦੀਆਂ ਗੱਲਾਂ ਜਿਹੜੀਆਂ ਉੱਥੇ ਸੁਣਦੇ ਆ। ਉੱਥੇ ਇੱਕ ਪਾਸੇ ਮਕਬਰਾ ਬਣਾਇਆ ਮੁਸਲਮਾਨਾਂ ਨੇ ਅੱਜ ਵੀ, ਤੇ ਅੱਜ ਵੀ ਗੁਰੂ ਘਰ ਦੇ ਵਿੱਚ ਹੀ ਗੁਰੂ ਸਾਹਿਬ ਉਹਨਾਂ ਕਿਹਾ ਸੀ, ਕਿਉਂਕਿ ਮੁਸਲਮਾਨ ਮਕਬਰਾ ਪੂਜਦੇ ਉਹਨਾਂ ਮਕਬਰਾ, ਤੇ ਇੱਧਰ ਗੁਰਦੁਆਰਾ ਸਾਹਿਬ ਬਣਿਆ ਹੋਇਆ। ਸੋ ਇਸ ਤਰ੍ਹਾਂ ਇਹ ਜਿਹੜੀਆਂ ਗੱਲਾਂ ਨੇ ਇਹਨਾਂ ਨੂੰ ਵਿਵਾਦਤ ਬਣਾਈ ਜਾਂਦੇ ਆ ਜਾਣ ਬੁੱਝ ਕੇ, ਤੇ ਜਥੇਬੰਦੀਆਂ ਜਿਹੜੀਆਂ ਫਿਰ ਉਹਨਾਂ ਨੂੰ ਆਪਣਾ ਫਰਜ਼ ਨਿਭਾਉਣ ਲਈ ਫੈਸਲਾ ਲੈਣਾ ਪੈਂਦਾ ਸੰਗਤਾਂ ਨੂੰ, ਜਿਹੜਾ ਇੱਥੇ ਫੈਸਲਾ ਉਹਨਾਂ ਨੇ ਲਿਆ ਵਾ। ਇਸੇ ਤਰ੍ਹਾਂ ਰਣਜੀਤ ਸਿੰਘ ਤੇ ਉੱਥੇ ਸਾਰੀਆਂ ਜਥੇਬੰਦੀਆਂ ਜੋ ਸਾਰੇ ਉਹ ਫੈਸਲਾ ਲੈ ਰਹੇ, ਸਾਰੇ ਇਕੱਠੇ ਹੋ ਗਏ ਵੀ ਇਸ ਚੀਜ਼ ਨੂੰ ਇਹਦਾ ਹੱਲ ਕੱਢੋ, ਇਹਦਾ ਜਵਾਬ ਦਿਓ, ਉਦੋਂ ਬਾਅਦ ਦੀਵਾਨ ਲਾਓ, ਕਿਤੇ ਲਾਓ, ਕਿਸੇ ਨੂੰ ਕੋਈ ਇਤਰਾਜ਼ ਨਹੀਂ ਆ। ਉਹ ਹਾਲਾਂਕਿ ਜਿੱਦਾਂ ਤੁਸੀਂ ਵੀ ਕਲੀਅਰ ਕਰ ਚੁੱਕੇ ਆ ਵੀ ਭਾਈ ਰਣਜੀਤ ਸਿੰਘ ਨੂੰ ਗੱਲਬਾਤ ਲਈ ਉਹਨਾਂ ਨੇ ਸੱਦਾ ਪੱਤਰ ਦਿੱਤਾ, ਨਾ ਤਲਬ ਕੀਤਾ, ਨਾ ਇਹ ਕਿਹਾ ਇਹ ਛੇਕ ਦੇਣਾ। ਉਹ ਪਹਿਲਾਂ ਹੀ ਕਦੇ ਕਹੀ ਜਾਂਦੇ ਮੈਨੂੰ ਛੇਕ ਦਿਓ, ਮੈਨੂੰ ਛੇਕ ਦਿਓ। ਉਹੀ ਹੁੰਦਾ ਨਾ, ਉਹ ਆਪਣਾ ਪ੍ਰੈਸ਼ਰ ਬਿਲਡ ਕਰਦੇ ਆ ਹਰ ਗੱਲ ਦੇ ਉੱਤੇ ਨਾ, ਮਤਲਬ ਆਪਣੇ ਆਪ ਨੂੰ ਵਿਚਾਰਾ ਬਣਾ ਕੇ, ਪੀੜਤ ਧਿਰ ਬਣਾ ਕੇ, ਜਿਵੇਂ ਛੋਟੀ ਧਿਰ ਬਣਾ ਕੇ, ਤੇ ਉਹ ਪ੍ਰੈਸ਼ਰ ਬਿਲਡ ਕਰਦੇ ਆ। ਦੂਸਰੇ ਪਾਸੇ ਉਹ ਇਸ ਤਰ੍ਹਾਂ ਵੀ ਪਹਿਲਾਂ ਹੀ ਮੈਂ ਤਾਂ ਕਹਿ ਰਿਹਾ ਸੀ ਵੀ ਆਹ ਹੋਣਾ ਵਾ, ਆਹ ਕਰਨਾ ਇਹਨਾਂ ਨੇ, ਉਹ ਇਸ ਤਰੀਕੇ ਦਾ ਪ੍ਰਭਾਵ ਸੰਗਤਾਂ ਚ ਲਿਜਾ ਰਹੇ ਆ। ਤੇ ਮੈਂ ਸਮਝਦਾ ਵੀ ਇਹਦੇ ਤੇ ਬਹੁਤ ਧਿਆਨ ਨਾਲ ਸਿਆਣਪ ਦੇ ਨਾਲ ਸਾਰੀ ਕਾਰਵਾਈ ਹੋਣੀ ਚਾਹੀਦੀ, ਕਿਉਂਕਿ ਇੱਕੋ ਕੁਛ ਧੜਾ ਲੈ ਕੇ ਪਾਸੇ ਉਹ ਕੌਮ ਦੇ ਵਿੱਚੋਂ ਪਹਿਲਾਂ ਹੀ ਬੜੀਆਂ ਸੰਸਥਾਵਾਂ ਨਿਕਲ ਗਈਆਂ ਜਿੱਥੇ ਗੁਰੂ ਗ੍ਰੰਥ ਸਾਹਿਬ ਨਹੀਂ ਆ, ਠੀਕ ਹੈ, ਸੰਸਥਾਵਾਂ ਪੰਥ ਦੇ ਵਿੱਚੋਂ ਨਿਕਲ ਕੇ ਪਾਸੇ ਲੜੀਆਂ ਬਣ ਗਈਆਂ, ਸੰਪਰਦਾਵਾਂ ਬਣ ਗਈਆਂ ਜਿਹੜੀਆਂ ਪੰਥ ਚੋਂ ਪਰੇ ਜਿੱਥੇ ਗੁਰੂ ਗ੍ਰੰਥ ਸਾਹਿਬ ਵੀ ਨਹੀਂ ਆ। ਇਸੇ ਤਰ੍ਹਾਂ ਦਾ ਕਿਤੇ ਉਹ ਭਾਈ ਰਣਜੀਤ ਸਿੰਘ ਵਾਲਾ ਡੇਰਾ ਨਾ ਬਣ ਜੇ। ਇਸ ਕਰਕੇ ਉਹਨਾਂ ਨੂੰ ਥੋੜਾ ਸਮਝਾ ਕੇ ਮੈਂ ਕਹਿੰਦਾ ਵੀ ਨਾਲ ਹੀ ਜੋੜਨ ਦੀ ਲੋੜ ਹੈ, ਪੰਥ ਦੇ ਜਿਹੜੀਆਂ ਦੁਬਦਾ ਉਹਨਾਂ ਦੇ ਮਨ ਚ ਪਈ ਹੈ ਉਹਨੂੰ ਕੱਢਣ ਦੀ ਲੋੜ। ਹੋਏ ਇਕੱਤਰ ਮਿਲੋ ਮੇਰੇ ਭਾਈ, ਦੁਬਦਾ ਦੂਰ ਕਰੋ ਲਿਵਲਾਏ, ਹਰ ਨਾਮੇ ਕੇ ਹੋਵੋ ਜੋੜੀ, ਗੁਰਮੁਖ ਵੈਸੋ ਸਫਾ ਵਸਾਏ। ਬੈਠ ਕੇ ਦੁਬਦਾ ਜਿਹੜੀ ਉਹਨੂੰ ਕੱਢ ਲੈਣਾ। ਇੱਕ ਜਦੋਂ ਆਪਾਂ ਅੱਜ ਪੋਸਟਰ ਪਾਇਆ ਪ੍ਰੋਗਰਾਮ ਤੇ, ਇੱਕ ਫੋਨ ਆਇਆ ਸਵਾਲ ਪੰਜਾਬ ਤੋਂ ਕਿ ਸੰਤ ਬਲਜੀਤ ਸਿੰਘ ਨੂੰ ਸਿੰਘ ਸਾਹਿਬ ਨੂੰ ਪੁੱਛਿਓ ਕਿ ਇਹ ਰਾਧਾ ਸਵਾਮੀ ਡੇਰਿਆਂ ਦੇ ਨਾਲ ਇਹਨਾਂ ਦੇ ਉਹਨਾਂ ਨਾਲ ਗੁਰਿੰਦਰ ਸਿੰਘ ਨਾਲ ਨੇੜਤਾ ਕੀ ਹੈ? ਦੇਖੋ ਕਦੇ ਵੀ ਨਾ ਕਦੇ ਡੇਰਾ ਪਿਆਸ ਸਾਡੇ ਕੋਈ ਖਾਨਦਾਨੀ ਜੋ ਪਰਿਵਾਰ ਚੋਂ ਗਿਆ, ਨਾ ਕੋਈ। ਜਿਸ ਵੇਲੇ ਉਹ ਗੁਰਦੁਆਰਾ ਸਾਹਿਬ ਬੜੈਚ ਪੱਤੀ ਦਾ ਮਸਲਾ ਸੀਗਾ, ਸਾਰੀਆਂ ਜਥੇਬੰਦੀਆਂ ਦੇ ਨਾਲ ਜਿਹੜਾ ਸੀਗਾ ਉਹਨਾਂ ਨੇ ਸੰਪਰਕ ਕੀਤਾ, ਮੇਰੇ ਨਾਲ ਵੀ ਸੰਪਰਕ ਹੋਇਆ। ਜਿਸ ਵੇਲੇ ਵਿਵਾਦ ਵੱਧ ਗਿਆ ਸੀ, ਜਦੋਂ ਜਨਾਲਾ ਸਾਹਿਬ ਉਹਨਾਂ ਨੇ ਮੁਜ਼ਾਹਰਾ ਕੀਤਾ ਸੀ ਜਾ ਕੇ ਵੀ ਇੱਥੋਂ ਗੁਰਦੁਆਰਾ ਸਾਹਿਬ ਹੈ, ਅਸੀਂ ਉਹ ਗੁਰਦੁਆਰਾ ਬਣਵਾਇਆ। ਅੱਜ ਉਹ 1 ਨਾਲ 14 ਮਰਲੇ ਦੀ ਜਗ੍ਹਾ 2.5-3 ਕਿੱਲਿਆਂ ਚ ਗੁਰਦੁਆਰਾ ਸਾਹਿਬ ਬਣਿਆ। ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੈ ਸਾਡਾ ਇੰਨਾ ਕਾ ਕਿ ਅਸੀਂ ਉੱਥੇ ਬਣਾ ਤਾ, ਤੇ ਹੁਣ ਅਸੀਂ ਉਹ ਵੀ ਵੇਖਣਾ ਉੱਥੇ ਕੋਈ ਬੇਅਦਬੀ ਨਾ ਹੋਵੇ। ਠੀਕ ਹੈ, ਅਸੀਂ ਉਹਦੀ ਦੇਖ ਰੇਖ ਸੰਭਾਲ, ਉੱਥੇ ਗ੍ਰੰਥੀ ਸਿੰਘ ਅੰਮ੍ਰਿਤਧਾਰੀ ਗ੍ਰੰਥੀ ਸਿੰਘ ਨੇ 2 ਉੱਥੇ ਹੀ ਰਹਿੰਦੇ ਆ, ਸੇਵਾ ਸੰਭਾਲ ਕਰਦੇ ਆ। ਜਿੰਨੇ ਰਾਧਾ ਸਵਾਮੀ ਪੈਰੋਕਾਰ ਉੱਥੇ ਜਾਂਦੇ ਆ, ਉਹ ਗੁਰਦੁਆਰਾ ਸਾਹਿਬ ਚ 2 ਟਾਈਮ ਲਾਈਨ ਲੱਗ ਕੇ ਉਹਨਾਂ ਦਾ ਮੱਥਾ ਟੇਕਦਾ, ਲਾਈਨ ਲੱਗ ਕੇ ਜਾ ਕੇ ਵਾਰੀ ਸਿਰ ਉੱਥੇ ਦਰਸ਼ਨ ਕਰਦੇ ਆ। ਉਹ ਜਿਹੜਾ ਵਿਵਾਦ ਸੀ ਉਦੋਂ ਬਾਅਦ ਚ ਕਿੰਨੇ ਡੇਰਾ ਬਿਆਸ ਦੇ ਪੈਰੋਕਾਰ ਜਿਹੜੇ ਇਧਰੋਂ ਸਾਊਥ ਚੋਂ ਆਉਂਦੇ ਸੀ, ਉਹਨਾਂ ਦੀ ਟਿਕਟ ਪਹਿਲਾਂ ਰੇਲਾਂ ਦੀ ਡੇਰਾ ਬਿਆਸ ਦੀ ਹੁੰਦੀ ਸੀ, ਹੁਣ ਉਹਨਾਂ ਦੀ ਟਿਕਟ ਦਰਬਾਰ ਸਾਹਿਬ ਦੀ ਹੁੰਦੀ ਹੈ। ਉਸ ਕਾਂਡ ਤੋਂ ਬਾਅਦ ਤੁਸੀਂ ਦੇਖੋ ਦਰਬਾਰ ਸਾਹਿਬ ਦੇ ਵਿੱਚ ਕਿੰਨੇ ਗੈਰ ਸਿੱਖ ਸਾਊਥ ਵਾਲੇ ਜਿਹੜੇ ਆ ਉਹ ਆ ਕੇ ਦਰਸ਼ਨ ਇਸ਼ਨਾਨ ਕਰਨ ਲੱਗ ਗਏ, ਕਿਉਂਕਿ ਉਹ ਰੌਲਾ ਨਿਬੇੜਨ ਤੋਂ ਬਾਅਦ ਡੇਰਾ ਬਿਆਸ ਮੁਖੀ ਸਾਡੇ ਨਾਲ ਜਾ ਕੇ ਦਰਬਾਰ ਸਾਹਿਬ ਮੱਥਾ ਟੇਕਿਆ।
ਸ੍ਰੀ ਖਾਲਸਾ ਸਾਹਿਬ ਤੇ ਮੱਥਾ ਟੇਕਿਆ। ਥੋੜੇ ਦਿਨ ਪਹਿਲਾਂ ਜਾਂ 5-4 ਦਿਨਾਂ ਦੀ ਗੱਲ ਆ, ਤੁਸੀਂ ਪੜਿਆ ਹੋਣਾ ਉਹ ਸਰਦਾਰ ਸਿਮਰਨਜੀਤ ਸਿੰਘ ਮਾਨ ਦੇ ਘਰ ਵੀ ਗਏ ਆ, ਪਹਿਲਾਂ ਵੀ ਗਏ ਆ, ਹਨਾ। ਤੇ ਇਹ ਜਿਹੜਾ ਹੈਗਾ ਅਸੀਂ ਗੁਰਦੁਆਰਾ ਸਾਹਿਬ ਬਣਾਇਆ, ਸਾਡਾ ਮਿਲਾਪ ਤਾਂ ਇਹੀ ਆ, ਨਾ ਕੋਈ ਸਾਡੀ ਰਿਸ਼ਤੇਦਾਰੀ, ਨਾ ਮੇਰੀ ਨਾ ਮੇਰੇ ਸਹੁਰੇ ਪਰਿਵਾਰ ਦੀ। ਇਹ ਅਫਵਾਹਾਂ ਨੇ, ਕਈ ਕਹਿੰਦੇ ਨੇ ਕਿ ਬਰਾਤ ਦੇ ਵਿੱਚ ਸਾਰਾ ਕਾਰੋਬਾਰ ਹੀ ਉਹਨਾਂ ਨੇ, ਨਹੀਂ ਕਈ ਕਈ ਕਹਿੰਦੇ ਆ ਕਿ ਡੇਰਾ ਬਿਆਸ ਮੁਖੀ ਦੇ ਪੈਰੋਕਾਰ ਨੇ ਜਿਹੜਾ ਸਹੁਰਾ ਪਰਿਵਾਰ, ਤੇ ਕਈ ਕਹਿੰਦੇ ਇਹਨਾਂ ਦਾ ਰਿਸ਼ਤਾ ਉਹਨਾਂ ਨੇ ਕਰਾਇਆ। ਇਹ ਬਿਲਕੁਲ ਜਿਹੜੀਆਂ ਨਿਰਮੂਲ ਗੱਲਾਂ ਨੇ। ਮੇਰਾ ਸਹੁਰਾ ਪਰਿਵਾਰ ਜਦੋਂ 84 ਤੋਂ ਬਾਅਦ ਜਿਸ ਦਾ ਮਾਹੌਲ ਚੱਲਿਆ, ਉਹਦੇ ਵਿੱਚ ਵੀ ਉਹਨਾਂ ਤੇ ਤਸ਼ੱਦਦ ਹੋਇਆ ਮੇਰੇ ਸਹੁਰਾ ਸਾਹਿਬ ਤੇ। ਅੰਮ੍ਰਿਤਧਾਰੀ ਗੁਰਸਿੱਖ ਪਰਿਵਾਰ ਆ, ਸਾਰੀ ਡਾਕਟਰ ਫੈਮਿਲੀ ਆ। ਮੇਰਾ ਸਾਲਾ ਸਾਹਿਬ ਉਹ ਵੀ ਡਾਕਟਰ ਨੇ, ਮੇਰੀ ਵਾਈਫ ਆ ਉਹ ਵੀ BSc ਨਰਸਿੰਗ ਆ, ਹਨਾ। ਅੰਮ੍ਰਿਤਧਾਰੀ ਮੇਰੇ ਮਿਲਾਪ ਤੋਂ ਵੀ ਪਹਿਲਾਂ ਦੇ ਗੁਰਸਿੱਖ ਨੇ ਉਹ, ਠੀਕ ਹੈ ਠੀਕ ਆ ਨਾ। ਉਹਨਾਂ ਦੇ ਘਰ ਵਿੱਚ ਜਿਹੜਾ ਉਹਨਾਂ ਦੇ ਹਸਪੀਟਲ ਆ, ਉਹਦੇ ਚ ਵੀ ਬਾਬਾ ਠਾਕਰ ਸਿੰਘ ਜੀ ਨੇ ਨੀਂਹ ਪੱਥਰ ਰੱਖਿਆ। ਇਹ ਭਾਈ ਰਣਜੀਤ ਸਿੰਘ ਹੋਣਾ ਨੇ ਵੀ ਇੱਕ ਉਹਨਾਂ ਦਾ ਜਿਹੜਾ ਵਾਰਡ ਸੀ ਉਹਦਾ ਨੀਂਹ ਪੱਥਰ ਜਿਹੜਾ ਪਰਦਾ ਹਟਾਇਆ ਭਾਈ ਰਣਜੀਤ ਸਿੰਘ ਨੇ, ਢੱਡਰੀਆਂ ਵਾਲਿਆਂ ਨੇ। ਜਿੰਨੇ ਸਾਧੂ ਸੰਤ ਮਹਾਤਮਾ ਉੱਥੇ ਕੀਰਤਨ ਕਰਨ ਜਾਂਦੇ, ਇੱਕ ਵੱਖਰਾ ਪੋਰਸ਼ਨ ਬਣਿਆ ਉਹਨਾਂ ਦਾ। ਉੱਤੇ ਉਹਨਾਂ ਦੇ ਘਰ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਆ, ਉਹ ਆਪ ਸਹਿਜ ਪਾਠ ਕਰਕੇ ਮਹੀਨੇ ਬਾਅਦ ਭੋਗ ਪਾਉਂਦੇ ਆ। ਔਰ ਉੱਥੇ ਲੰਗਰ, ਕੋਈ ਕੀਰਤਨੀਆਂ ਜਾਵੇ ਨੇੜੇ ਨੇੜੇ ਕੀਰਤਨ ਦਰਬਾਰ ਹੋਵੇ ਤੇ ਲੰਗਰ ਪ੍ਰਸ਼ਾਦਾ ਜਿਹੜਾ ਉਹਨਾਂ ਕੋਲੇ ਉੱਥੇ ਹੁੰਦਾ ਵਾ। ਸੋ ਇੱਦਾਂ ਦਾ ਪਰਿਵਾਰ ਆ ਉਹ। ਇਹ ਤਾਂ ਐਵੇਂ ਬਣਾ ਦੇਣਾ, ਉਸ ਜਦੋਂ ਮੇਰਾ ਆਨੰਦ ਕਾਰਜ ਸੀ ਉਹਨਾਂ ਦਿਨਾਂ ਚ ਮੇਰਾ ਵਿਆਹ ਸੀਗਾ, ਆਨੰਦ ਕਾਰਜ ਸੀਗਾ ਮੇਰਾ, ਜਿਹੜੇ ਦਿਨਾਂ ਚ ਇਹ ਰੌਲਾ ਗੁਰਦੁਆਰਾ ਸਾਹਿਬ ਦਾ ਚੱਲ ਰਿਹਾ ਸੀ, ਤੇ ਉੱਥੇ ਉਹ ਵੀ ਆਨੰਦ ਕਾਰਜ ਦੇ ਵਿੱਚ ਸ਼ਾਮਿਲ ਹੋਏ। ਬਾਕੀ ਸਾਰੀਆਂ ਜਥੇਬੰਦੀਆਂ, ਸਾਰੀਆਂ ਜਥੇਬੰਦੀਆਂ ਨਾਲ ਗੋਡੇ ਨਾਲ ਗੋਡਾ ਜੋੜ ਕੇ ਸੰਗਤ ਵਿੱਚ ਬੈਠੇ। ਕੋਈ ਵੱਖਰਾ ਆਸਣ ਨੀ ਲੱਗਾ, ਕੋਈ ਗੱਦੀ ਨੀ ਲੱਗੀ, ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਟੇਕਿਆ। 3-4 ਘੰਟੇ ਆਨੰਦ ਕਾਰਜ ਦਾ ਪ੍ਰੋਗਰਾਮ ਚੱਲਿਆ, ਹਾਜ਼ਰੀ ਭਰੀ, ਪ੍ਰਸ਼ਾਦ ਤੁਹਾਡੀ ਸ਼ਮੂਲੀਅਤ। ਉਹ ਦਰਬਾਰ ਸਾਹਿਬ ਗਏ, ਉਹੀ ਨੀ ਗਏ, ਉਹਨਾਂ ਨੂੰ ਸੁਣਨ ਵਾਲੇ ਜਿਹੜੇ ਉਹਨਾਂ ਦੇ ਫਾਲੋਅਰ ਹਜ਼ਾਰਾਂ ਲੱਖਾਂ ਜਿਹੜੇ ਸੀ, ਉਹ ਦਰਬਾਰ ਸਾਹਿਬ ਜਾਣ ਲੱਗ ਗਏ। ਕਿੰਨਿਆਂ ਦਾ ਮਨ ਬਦਲਿਆ, ਕਿੰਨੇ ਗੁਰਮਤਿ ਸਮਾਗਮਾਂ ਚ ਆਉਣ ਲੱਗ ਗਏ, ਕਿੰਨੇ ਗੁਰੂ ਘਰਾਂ ਦੇ ਵਿੱਚ ਜਾਣ ਲੱਗ ਗਏ, ਕਿੰਨਿਆਂ ਦਾ ਜਿਹੜਾ ਸੀਗਾ ਮਨ ਦਰਬਾਰ ਸਾਹਿਬ ਸਿੱਖ ਇਤਿਹਾਸ ਬਾਣੀ ਵਾਲੇ ਪਾਸੇ ਜੋੜਨ। ਅਸੀਂ ਤਾਂ ਹੋਰਾਂ ਨੂੰ ਵੀ ਕਹਿੰਦੇ ਹਾਂ, ਇੱਕ ਹੋਰ ਆ ਸ੍ਰੀ ਅਕਾਲ ਤਖਤ ਸਾਹਿਬ ਤੋਂ ਅੱਜ ਤੱਕ ਉਹ ਪੰਥ ਚੋਂ ਖਾਰਜ ਨਹੀਂ ਆ, ਠੀਕ ਹੈ, ਕੋਈ ਹੁਕਮਨਾਮਾ ਜਾਰੀ ਨਹੀਂ ਹੋਇਆ ਵੀ ਉਹਨਾਂ ਨਾਲ ਮੇਲ ਮਿਲਾਪ ਨਹੀਂ ਰੱਖਣਾ, ਉਹਨਾਂ ਨਾਲ ਤੁਸੀਂ ਗੱਲਬਾਤ ਨਹੀਂ। ਡੇਰੇ ਸਰਸੇ ਮੁਖੀ ਤੇ ਹੋਇਆ, ਜਦੋਂ ਡੇਰਾ ਸਰਸਾ ਮੁਖੀ ਦੇ ਖਿਲਾਫ 17 ਮਈ 2007 ਨੂੰ ਹੁਕਮਨਾਮਾ ਜਾਰੀ ਹੋ ਗਿਆ, ਉਦੋਂ ਬਾਅਦ ਚ ਇੱਕ ਕੋਸ਼ਿਸ਼ ਚੱਲੀ ਕਿ ਅੱਜ ਸਰਸੇ ਵਾਲੇ ਨਾਲ ਕੋਈ ਮੀਟਿੰਗ ਕਰਨੀ ਆ। ਉਹਦਾ ਕੁੜਮ ਸੀ ਸ਼ਾਇਦ ਚੰਡੀਗੜ੍ਹ ਚ ਮੀਟਿੰਗ ਸੀਗੀ, ਕਹਿੰਦੇ ਵੀ ਉਹਦੇ ਚ ਤੁਸੀਂ ਜਿਹੜਾ ਆਓ। ਮੈਂ ਕਿਹਾ ਵੀ ਅਕਾਲ ਤਖ਼ਤ ਸਾਹਿਬ ਦਾ ਹੁਕਮਨਾਮਾ ਜਾਰੀ ਹੋਇਆ, ਇਹਦਾ ਨਾਲ ਬਿਲਕੁਲ ਜੱਸੀ ਜਿਹੜਾ ਕੁੜਮ ਹੈ ਉਹਦੇ ਨਾਲ ਮੀਟਿੰਗ ਸੀ ਚੰਡੀਗੜ੍ਹ ਸਾਹਿਬ ਕਿਸੇ ਪੁਲਿਸ ਅਫਸਰ ਦੀ ਕੋਠੀ ਚ ਸੀਗੀ। ਜਿਹੜੇ ਜਿਹੜੇ ਗਏ ਤੁਹਾਨੂੰ ਵੀ ਪਤਾ ਕਿ ਉੱਥੇ ਗੱਲਬਾਤ ਹੋਈ, ਪਰ ਮੈਂ ਉਸ ਸ਼ਾਮਿਲ ਨਹੀਂ ਹੋਇਆ ਵੀ ਅਕਾਲ ਤਖ਼ਤ ਸਾਹਿਬ ਤੋਂ ਹੁਕਮਨਾਮਾ ਹੋਇਆ ਪੰਥ ਚੋਂ ਖਾਰਜ ਆ। ਜਿਹੜਾ ਪੰਥ ਚੋਂ ਖਾਰਜ ਨਹੀਂ ਉਹਦੇ ਨਾਲ ਗੱਲਬਾਤ ਕਰਨੀ, ਉਹਨਾਂ ਨਾਲ ਜਿਹੜਾ ਚਾਹੇ ਕਿਸੇ ਸੰਪਰਦਾ ਚੋਂ ਆ, ਚਾਹੇ ਕਿਸੇ ਸੰਸਥਾ ਕਿਸੇ ਧਰਮ ਚੋਂ ਆ, ਉਹਦੇ ਨਾਲ ਆਹ ਸਾਡਾ ਰਿਸ਼ਤਾ ਦੇਖ ਲਓ। ਇਹ ਕੀ ਰਿਸ਼ਤਾ ਵਾ ਕਿ ਅਸੀਂ ਢੱਠਿਆ ਆ, ਗੁਰਦੁਆਰਾ ਬਣਾਇਆ ਵਾ, ਬਣਵਾਇਆ ਉੱਥੇ, ਤੇ ਅੱਜ ਵੀ ਉੱਥੇ ਮਹਾਰਾਜ ਦਾ ਪ੍ਰਕਾਸ਼ ਆ, ਤੇ ਉੱਥੇ ਲਾਈਨਾਂ ਲਾ ਕੇ ਉਹ ਮੱਥਾ ਟੇਕਦੇ ਆ ਗੁਰੂ ਗ੍ਰੰਥ ਸਾਹਿਬ ਨੂੰ। ਤੇ ਜਦੋਂ ਵੀ ਕਿਤੇ ਮੇਲ ਮਿਲਾਪ ਹੁੰਦਾ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ, ਜਿਹੜਾ ਵੀ ਉਹਨਾਂ ਦਾ ਕੋਈ ਪੈਰੋਕਾਰ ਵੀ ਮੈਨੂੰ ਮਿਲੇ, ਮੈਨੂੰ ਅੱਜ ਤੱਕ ਕਿਸੇ ਨੇ ਰਾਧਾ ਸਵਾਮੀ ਨਹੀਂ ਕਿਹਾ, ਮੈਨੂੰ ਜਦੋਂ ਕੋਈ ਉਹਨਾਂ ਦਾ ਪੈਰੋਕਾਰ ਮਿਲੇ ਕਿਤੇ ਵੀ ਸਮਾਗਮ, ਉਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ, ਉਹ ਫਤਿਹ ਦੀ ਸਾਂਝ ਕਰਦੇ। ਆਪਾਂ ਤੇ ਕੋਸ਼ਿਸ਼ ਆ ਕਿ ਜਿਹੜੇ ਸਗੋਂ ਜਿਹੜੇ ਸਾਡੇ ਚੋਂ ਪਰੇ ਗਏ ਉਹਨਾਂ ਨੂੰ ਲੈ ਕੇ ਆਈਏ। ਹੁਣ ਜਿਵੇਂ ਭਾਈ ਰਣਜੀਤ ਸਿੰਘ ਪਰੇ ਜਾਣ ਦੀ ਕੋਸ਼ਿਸ਼ ਕਰ ਰਹੇ, ਤੇ ਅਸੀਂ ਇਹਦੇ ਚ ਕੋਸ਼ਿਸ਼ ਕਰ ਰਹੇ ਹਾਂ ਵੀ ਪੰਥ ਵਿੱਚ ਰਹਿਣ, ਇੱਧਰ ਨੂੰ ਆਉਣ, ਪਾਸੇ ਨਾ ਨਿਕਲਣ, ਕੋਈ ਐਸੀ ਗੱਲ ਨਾ ਬਣ ਜਾਵੇ ਕਿ ਉਹ ਪੰਥ ਨਾਲੋਂ ਵੱਖਰਾ ਧੜਾ ਬਣ ਜਾਵੇ। ਠੀਕ ਹੈ, ਸਾਡੀ ਕੋਸ਼ਿਸ਼, ਮੇਰੀ ਕੋਸ਼ਿਸ਼ ਹਮੇਸ਼ਾ ਇਹ ਰਹੀ ਹੈ।
ਹਾਂਜੀ, ਬਹੁਤ ਬਹੁਤ ਬਾਈ ਧੰਨਵਾਦ। ਫਿਰ ਵੀ ਕਾਫੀ ਲੰਬੀ ਆਪਾਂ ਗੱਲਬਾਤ ਕੀਤੀ ਇੰਟਰਵਿਊ, ਕੋਈ ਗੱਲ ਮੈਂ ਸਵਾਲ ਪੁੱਛਣ ਤੋਂ ਰਹਿ ਗਿਆ ਹੋਵਾਂ ਤੁਹਾਡੇ ਮਨ 'ਚ ਹੋਵੇ ਵੀ ਜ਼ਰੂਰ ਅਸੀਂ ਦਰਸ਼ਕਾਂ ਨਾਲ ਸਾਂਝੀ ਕਰਨੀ ਆ। ਬਹੁਤ ਵਿਚਾਰਾਂ ਜਿਹੜੀਆਂ ਮੈਂ ਸਮਝਦਾ ਹੋ ਗਈਆਂ, ਉੱਥੇ ਵੀ ਬਹੁਤ, ਮੈਂ ਉਧਰੋਂ ਕੀਰਤਨ ਦਰਬਾਰ ਕਰਕੇ ਆਇਆ ਕਰਾਂ, ਆਉਂਦਿਆਂ ਨੂੰ ਗੁਰਦੁਆਰਾ ਸਾਹਿਬ ਟੀਵੀ ਚੈਨਲ ਵਾਲੇ ਬੈਠੇ ਹੁੰਦੇ ਸੀਗੇ, ਹਾਂਜੀ, ਉਹਨਾਂ ਦੀ ਆਪਣੀ ਡਿਊਟੀ ਉੱਥੇ। ਹੁਣ ਜਦੋਂ ਮੈਂ ਇੱਧਰ ਨੂੰ ਤੁਰਿਆ, ਫਿਰ ਮੈਨੂੰ ਜਿਹੜੇ ਨੈਸ਼ਨਲ ਨਿਊਜ਼ ਚੈਨਲ ਸੀ ਉਹਨਾਂ ਦੀ ਕਈਆਂ ਦੇ ਆਏ ਵੀ ਅਸੀਂ ਤੁਹਾਡੇ 5 ਮਿੰਟ ਹੀ ਲੈਣਾ ਚਾਹੁੰਦੇ ਹਾਂ ਤੁਸੀਂ ਸਾਨੂੰ, ਜਿਹੜਾ ਮੈਂ ਕਿਹਾ ਮੈਂ ਤਾਂ ਦਿੱਲੀ ਨੂੰ ਜਾ ਰਿਹਾ, ਏਅਰਪੋਰਟ ਨੂੰ ਜਾ ਰਿਹਾ, ਮੈਂ ਇੰਗਲੈਂਡ ਜਾ ਰਿਹਾ ਹਾਂ, ਹੁਣ ਤਾਂ ਵਾਪਸੀ ਤੇ ਜਾਂ ਫੋਨ ਤੇ ਤੁਸੀਂ ਗੱਲਬਾਤ ਕਰ ਸਕਦੇ ਹੋ। ਠੀਕ, ਬਹੁਤ ਗੱਲਾਂ ਬਾਤਾਂ ਜਿਹੜੀਆਂ ਹੋਈਆਂ ਨੇ, ਮੈਂ ਸਮਝਦਾ ਵੀ ਸਗੋਂ ਹੁਣ ਗੱਲਾਂ ਬਾਤਾਂ ਤੋਂ ਸੰਕੋਚ ਕਰਕੇ ਆਪਾਂ ਨੂੰ ਹੱਲ ਵਾਲੇ ਪਾਸੇ ਹੀ ਤੁਰਨਾ ਚਾਹੀਦਾ। ਅਸੀਂ ਇਹ ਵੀ ਚਾਹੁੰਦੇ ਵੀ ਜਰੂਰ ਹੱਲ ਦੱਸੋ ਵੀ ਕੀ, ਬਸ ਇਹੀ ਆ ਹੁਣ ਹੱਲ ਜਿਹੜਾ ਹੈਗਾ ਉਹ ਭਾਈ ਰਣਜੀਤ ਸਿੰਘ ਨੂੰ ਚਾਹੀਦਾ ਵੀ ਸਮਝਦਾਰੀ ਤੋਂ ਕੰਮ ਲੈਂਦੇ ਆ, ਬੈਠ ਕੇ ਗੱਲਬਾਤ, ਕੋਈ ਪੈਰਾਂ 'ਚ ਨਹੀਂ ਪਾਉਂਦਾ, ਕੋਈ ਹੇਠਾਂ ਨਹੀਂ ਬਿਠਾਉਂਦਾ, ਸਾਰੇ ਬਰਾਬਰ ਨਾਲ ਭਾਈਚਾਰੇ ਪਿਆਰ ਨਾਲ ਗੱਲਬਾਤ ਜਿਹੜੀ ਹੈ ਕਰਨੀ, ਆਪਣੀ ਗੱਲ ਰੱਖੋ। ਪਰ ਇਹ ਨਹੀਂ ਗੱਲ ਵੀ ਤੁਸੀਂ ਇਕੱਲੇ ਸਾਰਿਆਂ ਨੂੰ ਕੰਡੈਮ ਕਰੀ ਜਾਓ ਤੇ ਗੱਲਬਾਤ ਵੇਲੇ ਤੁਸੀਂ ਭੱਜ ਜਾਓ। ਮੈਂ ਤੇ ਇੱਕ ਲਫ਼ਜ਼ ਵੀ ਵਰਤਿਆ ਸੀ ਵੀ ਆਪਦੇ ਘਰੇ ਹਰੇਕ ਹੀ ਭਲਵਾਨ ਹੁੰਦਾ, ਮਾਂ ਦੇ ਸਾਹਮਣੇ ਹਰੇਕ ਪੱਟਾਂ ਦੇ ਹੱਥ ਮਾਰ ਕੇ ਕਹਿੰਦਾ ਮੈਂ ਭਲਵਾਨ ਆ। ਠੀਕ ਹੈ, ਪਤਾ ਤਾਂ ਅਖਾੜੇ ਚ ਲੱਗਦਾ ਭਲਵਾਨਾਂ ਦੇ ਵੀ ਕਿਹੜੀ ਕਿਹਦੀ ਮਾਂ ਨੇ ਦੁੱਧ ਪਿਆ ਤੇ ਕਿਹਦੀ ਮਾਂ ਨੇ ਦੋਧੀਆਂ ਦੇ ਢੋਲ ਚ ਪਾਇਆ, ਤੇ ਭਲਵਾਨ ਕਿਹੜਾ ਅਖਾੜੇ ਚ ਪਤਾ ਲੱਗਦਾ। ਹਾਂਜੀ ਹਾਂਜੀ, ਹੁਣ ਆਪਣੇ ਆਪ ਨੂੰ ਆਪੇ ਹੀ ਸਾਰਾ ਕੁਛ ਕਹੀ ਜਾਣਾ, ਉਹ ਤਾਂ ਮੈਂ ਵੀ ਕਹੀ ਜਾ ਸਕਦਾ, ਪਰ ਪਤਾ ਤਾਂ ਦੂਜੇ ਨਾਲ ਗੱਲਬਾਤ ਕਰਕੇ ਲੱਗੂ ਨਾ। ਹੁਣ ਤੁਸੀਂ ਸਾਰੇ ਕਹੀ ਜਾਂਦੇ ਮੈਂ ਨਵੇਂ ਅਰਥ ਦੇ ਰਿਹਾ, ਮੈਂ ਦੱਸ ਰਿਹਾ ਸਾਰਾ ਕੁਛ, ਉਹ ਪਤਾ ਦੂਜਿਆਂ ਨਾਲ ਬੈਠ ਕੇ ਲੱਗੂਗਾ। ਆਪਣੇ ਕੋਲੇ ਕਹੀ ਜਾਣਾ ਮੈਂ ਇੱਕ ਰੱਬ ਮੰਨਦਾ, ਉਹ ਦੋ ਮੰਨਦੇ, ਉਹ ਦੋ ਕੌਣ ਇਹ ਵੀ ਨਹੀਂ ਪਤਾ। ਫਿਰ ਕਹਿੰਦੇ ਉਹ ਮੇਰੇ ਨਾਲ ਆਹ ਕਰ ਲੇ, ਕੋਈ ਹੋਰ ਕਿਉਂ ਮੇਰੇ ਨਾਲ ਵਿਚਾਰ ਕਰੇ, ਕਿਉਂ ਨਹੀਂ? ਹਰ ਸਿੱਖ ਦਾ ਫਰਜ਼ ਆ, ਜਿਹੜੇ ਸਿੱਖ ਨੂੰ ਵੀ ਇਤਰਾਜ਼ ਆ, ਹਰ ਸਿੱਖ ਕਰ ਸਕਦਾ, ਹਰ ਸਿੱਖ ਰਾਈਟ ਰੱਖਦਾ। ਮੈਂ ਹੁਣ ਤੁਹਾਡੇ ਇੰਗਲੈਂਡ 'ਚ ਆ, ਕੋਈ ਇੰਗਲੈਂਡ ਦਾ ਸਿੱਖ ਮੇਰੇ ਨਾਲ ਗੱਲਬਾਤ ਕਰੇ ਕਿਸੇ ਮੁੱਦੇ ਤੇ ਕਰੇ? ਆ ਬਰਗਾੜੀ ਤੇ ਕਿੰਨੀਆਂ ਗੱਲਾਂ ਬਾਤਾਂ, ਮੈਂ ਕੈਨੇਡਾ ਗਿਆ, ਕੈਨੇਡਾ ਦੇ ਵਿੱਚ ਗੱਲਬਾਤ ਹੋਈ, ਮੈਂ ਇਟਲੀ 'ਚ ਗਿਆ, ਜਰਮਨ 'ਚ ਗਿਆ, ਉੱਥੇ ਗੱਲਬਾਤ ਬੈਠ ਕੇ, ਜਰਮਨ ਹੰਬਰਗ ਗੁਰਦੁਆਰੇ ਬੈਠੇ ਕਮੇਟੀ ਰੂਮ ਦੇ ਵਿੱਚ ਗੱਲਬਾਤ। ਫਿਰ ਕਿਸੇ ਕੋਈ ਸਵਾਲ ਹੀ ਨਹੀਂ ਸੀਗਾ, ਜਦੋਂ ਗੱਲਬਾਤ ਹੋਈ ਪਤਾ ਲੱਗ ਗਿਆ ਸਾਨੂੰ ਇੱਕ ਗੱਲ ਦਾ ਪਤਾ ਹੀ ਨਹੀਂ ਸੀ। ਭੁਲੇਖੇ ਜਦੋਂ ਬੈਠਾਂਗੇ ਨਾ ਫਿਰ ਹੀ ਦੂਰ ਹੁੰਦੇ ਆ, ਇਕੱਲਿਆਂ ਨੂੰ ਬਹੁਤ ਭੁਲੇਖੇ ਹੁੰਦੇ ਆ। ਹੁਣ ਜਿਵੇਂ ਆਹ ਹੋਰ ਕੁਛ ਨਹੀਂ ਲੱਭਦਾ, ਆਹ ਜਿਹੜੇ ਰਣਜੀਤ ਸਿੰਘ ਸੁਣਨ ਵਾਲੇ, ਬਰਗਾੜੀ ਕਾਂਡ ਦਾ ਪੁੱਛ ਲਓ ਜੀ ਦਾਦੂ ਵਾਲ ਨੂੰ, ਬਰਗਾੜੀ ਕਾਂਡ ਦਾ ਜੀ ਉਹ ਤੇ ਪੁੱਛ ਲਓ, ਮੈਂ ਤਾਂ ਆਪ ਦੱਸ ਦਿੱਤਾ, ਜਿੰਨੇ ਕਿਸੇ ਨੇ ਪੁੱਛਣਾ ਮੇਰਾ ਟੈਲੀਫੋਨ ਤੇ ਗੱਲ ਕਰ ਲਓ, ਉਦਾਂ ਗੱਲ ਕਰ ਲਓ, ਅਸੀਂ ਇਹ ਥੋੜੀ ਕਹਿੰਦੇ ਅਸੀਂ ਜਵਾਬ ਨਹੀਂ ਦੇਣਾ, ਨਹੀਂ ਦੱਸਣਾ ਨਹੀਂ ਆ। ਹਰ ਸਿੱਖ ਦਾ ਰਾਈਟ ਹੈ, ਉਹ ਸਾਨੂੰ ਪੁੱਛ ਸਕਦਾ, ਅਸੀਂ ਉਹਨੂੰ ਜਵਾਬ ਦੇ ਆ। ਹੁਣ ਭਾਈ ਰਣਜੀਤ ਸਿੰਘ ਨਾਲੇ ਤਾਂ ਸਾਰਿਆਂ ਤੋਂ, ਤੂੰ ਨਾਨਕ ਸਾਹਿਬ ਤੇ ਟਿੱਪਣੀ ਕਰੇ, ਤੂੰ ਡਾੜਾ ਸਾਹਿਬ ਤੇ ਕਰੇ, ਤੂੰ ਨਿਹੰਗ ਸਿੰਘਾਂ ਤੇ ਕਰੇ, ਤੂੰ ਕਾਲਦਰ ਸਾਹਿਬ ਤੇ ਕਰੇ, SGPC ਤੇ ਕਰੇ, ਦਮਦਮੀ ਟਸਾਲ ਤੇ ਕਰੇ, ਤੇ ਤੇਰੇ ਨਾਲ ਗੱਲ ਕੋਈ ਨਾ ਕਰੇ, ਤੂੰ ਕਹੇ ਨਾ ਗੱਲ ਮੈਂ ਕਿਸੇ ਨਾਲ ਨਹੀਂ ਕਰਨੀ, ਜੋ ਮੈਂ ਕਹਿਤਾ ਕਹਿਤਾ, ਜੋ ਮੈਂ ਕਹਿਤਾ ਕਹਿਤਾ। ਫਿਰ ਇਹ ਗੱਲ ਤਾਂ ਚੱਲਦੀ ਨਹੀਂ ਨਾ ਬੰਦ ਸਿੱਖ ਕੌਮ ਵਿੱਚ। ਸਿੰਘ ਸਾਹਿਬ ਬਹੁਤ ਬਹੁਤ ਧੰਨਵਾਦ, ਤੁਸੀਂ ਕਾਫੀ ਸਮਾਂ ਕੱਢਿਆ ਤੇ ਆਵਾਜ਼ ਕੌਮ ਦੇ ਦਰਸ਼ਕਾਂ ਵੱਲੋਂ ਆਪਣੇ ਵੱਲੋਂ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ। ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਜੀ, ਵਾਜੇ ਕੌਮ ਟੀਵੀ ਦਾ ਵੀ ਤੇ ਭਾਈ ਰਘਵੀਰ ਸਿੰਘ ਦੀ, ਪੁਰਾਣੇ ਪੰਥ ਦੀ ਸੇਵਾ ਦੇ ਵਿੱਚ ਲੱਗੇ ਹੋਏ ਆ, ਤੁਸੀਂ RTV ਰਾਹੀਂ ਹੁਣ ਸੇਵਾ ਕਰ ਰਹੇ ਆ, ਤੁਹਾਡਾ ਵੀ ਬਹੁਤ ਬਹੁਤ ਧੰਨਵਾਦ। ਤੇ ਸਾਰੀਆਂ ਸੰਗਤਾਂ, ਸਾਰੇ ਸਰੋਤਿਆਂ ਦਾ ਮੈਂ ਸਾਰਿਆਂ ਸਿਰਫ ਇਹੀ ਬੇਨਤੀ ਕਰਨੀ ਚਾਹੁੰਦਾ, ਕਿਸੇ ਨੂੰ ਨੀਵਾਂ ਦਿਖਾਉਣ ਦੀ ਗੱਲ ਨਹੀਂ ਹੈ, ਕਿਸੇ ਦਾ ਕੋਈ ਜਾਤੀ ਵਿਰੋਧ ਨਹੀਂ ਆ, ਇਹਦੇ ਵਿੱਚ ਸਿਰਫ ਇਹੀ ਹੈ ਕਿ ਆਪਾਂ ਬੈਠ ਕੇ ਭਰਾਵਾਂ ਤੌਰ ਤੇ ਇਸ ਮਸਲੇ ਨੂੰ ਜਿਹੜਾ ਹੈਗਾ ਇਹਦਾ ਹੱਲ ਕੱਢੀਏ। ਠੀਕ, ਇਹੀ ਮੇਰੀ ਬੇਨਤੀ ਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ।